ਸਵੇਰੇ ਸਵੇਰੇ ਸੱਜਣਾ ਦਾ ਦੀਦਾਰ ਹੋ ਜਾਏਗਾ, ਸਾਰਾ ਦਿਨ ਚੰਗਾ ਲੰਘ ਜਾਂਦਾ। ਉੱਤੋਂ ਸੱਜਣ ਬੇਪਰਵਾਹ ਨਾਲ ਦਿਲ ਲਾ ਬੈਠੇ, ਉਹ ਸਾਨੂੰ ਚੰਗਾ ਹੀ ਨਹੀਂ ਸਮਝੇ, ਚੰਗਾ ਵੀ ਕਿਵੇਂ ਸਮਝੇ? ਸਾਡੇ ਚ ਵੀ ਤਾਂ ਕੋਈ ਇਨਸਾਨ ਵਾਲਾ ਕੰਮ ਹੀ ਨਹੀਂ ਨਾ। ਇਨਸਾਨ ਬਣਨ ਨੂੰ ਤੇ ਬੜਾ ਜੀ ਕਰਦਾ, ਪਰ ਅੰਦਰ ਦਾ ਜਾਨਵਰ ਸਾਡਾ ਬਹੁਤਾ ਡਰ ਹੈ। ਇਹ ਕਬਰੇ ਪਵਾਂਗੇ ਤੇ ਢਵੇਗਾ। ਕਬਰ ਤੋਂ ਯਾਦ ਆਇਆ ਵੀ ਉਹਦੀ ਕਬਰ ਤੇ ਜਾਣਾ, ਫਿਰ ਉਹਨੂੰ ਕਿਹੜੇ ਖਰਚੇ ਦੀ ਲੋੜ? ਸਿਗਰਟ ਹੀ ਮੁੱਕੇ ਹੋਣੇ ਨਾਲ ਦੇ ਮੁਰਦੇ ਕੋਲ ਮੰਗ ਕੇ ਦੋ ਦਸ ਦੀ ਅੱਗ ਨਾ ਲਾ ਲਏਗਾ, ਪਰ ਜਿਹੜੀ ਸਾਡੇ ਅੰਦਰ ਅੱਗ ਲੱਗੀ ਉਹਨੂੰ ਬੁਝਾਉਣ ਲਈ ਕਦੀ ਆ ਜਾਏ ਤੇ ਅੰਦਰ ਠੰਡ ਠੰਡਈ ਹੋ ਜਾਏ। ਇਹ ਠੰਡ ਇਸਰਾਣੀ ਪੈਣੀ ਓਏ, ਓਏ ਸੂਫੀ ਕੁਕਿੰਗ ਆਇਲ, ਮੈਂ ਸੂਫੀ ਕੁਕਿੰਗ ਆਇਲ, ਤੇਰੀ ਮਾਂ ਮੇਰੇ ਚ ਪਕੌੜੇ ਤਲਦੀ ਰਹੀ। ਪਕੌੜੇ ਹਰੇ ਕਿੱਥੇ ਤਲਦੀ ਰਹੀ ਹੈ? ਕਤਲਾਮਾ ਇੱਧਰ ਸਾੜ ਦਿੱਤਾ ਤੂੰ, ਕਤਲਾਮਾ ਇੱਧਰ ਸਾੜ ਦਿੱਤਾ ਤੂੰ, ਸਮੋਸਾ ਇੱਧਰ ਕੱਚਾ ਰਹਿ ਗਿਆ। ਸਮੋਸੇ ਨੇ ਤੇ ਆਪੇ ਹੀ ਕੱਚਾ ਰਹਿਣਾ ਸੀ, ਵਿੱਚ ਆਲੂ ਜੂ ਸਖਤ ਆ ਰਿਹਾ ਸੀ। ਆਲੂ ਸਖਤ ਕਿਉਂ ਨਾ ਹੋਵੇ, ਨਿਕਲਿਆ ਜੋ ਤੁਹਾਡੀਆਂ ਫਸਲਾਂ ਜੋ ਹੈ, ਸਾਡੀਆਂ ਫਸਲਾਂ ਤੇ ਉਸੇ ਦਿਨ ਬਰਬਾਦ ਹੋ ਗਈਆਂ ਜਿਸ ਦਿਨ ਸੂਰ ਫੇਰਾ ਪਾ ਗਿਆ ਸੀ। ਸੂਰ ਫੇਰਾ ਕਿਉਂ ਨਾ ਪਾਵੇ, ਨਾ ਫਸਲਾਂ 'ਚ ਭੇਡਾਂ ਛੱਡਿਆ ਕਰੋ। ਦੁਆ ਕਰੀ ਅੱਜ ਟੱਕ ਦੀਆਂ ਬਾਜ਼ੀਆਂ ਨੀ, ਫਾਈਨਲ ਫਿਰ ਤਾਂ ਅਸੀਂ ਜਿੱਤਣੀ ਹੈ। ਸੂਰਜ ਕਿੱਡਾ ਸੋਹਣਾ ਨਿਕਲਿਆ, ਧੁੱਪ ਕਿੱਡੀ ਚੰਗੀ ਲੱਗਣ ਡਈ, ਕੁਦਰਤ ਦੇ ਨਜ਼ਾਰੇ ਨੇ ਸੋਹਣੇ ਤੇ ਲੱਗਣੇ ਹੋਏ। ਆ ਬਾਬਿਓ, ਤੁਹਾਨੂੰ ਕੀ ਦੱਸੀਏ, ਨਜ਼ਾਰੇ ਸਾਨੂੰ ਕਿੱਡੇ ਚੰਗੇ ਲੱਗਦੇ ਨੇ, ਦਿਲ ਕਰਦੇ ਇਹਨਾਂ ਦੀ ਤਾਰੀਫ ਕਰੀ ਜਾਵਾਂ, ਕਰੀ ਜਾਵਾਂ, ਕਰੀ ਜਾਵਾਂ। ਉਹ ਇਹਨਾਂ ਦੀ ਤਾਰੀਫ ਸ਼ਾਇਰਾਂ ਕੋਲ ਨਹੀਂ ਹੋਈ, ਸ਼ਾਇਰਾਂ ਨੇ ਐਸਾ ਐਸਾ ਸ਼ੇਰ ਕਿਹਾ, ਮੋਰਾਂ ਵਾਂਗੂ ਪਹਿਲਾਂ ਪਾਉਂਦੇ ਰਹਿੰਦੇ ਨੇ, ਮੁੰਡੇ ਨਹਿਰ 'ਚ ਨੰਗੇ ਨਹਾਉਂਦੇ ਰਹਿੰਦੇ। ਕਹਿੰਦਾ ਸੁਣਿਆ ਕੱਲ ਚੋਰੀ ਹੋ ਗਿਆ ਜ਼ੇਵਰ ਕੋਈ ਸਰਦਾਰਾਂ ਦਾ, ਅੱਧੀ ਰਾਤੀ ਖੋਲ ਕੇ ਲੈ ਗਿਆ ਖੋਤਾ ਕੋਈ ਘੁਮਿਆਰਾਂ ਦਾ। ਮੇਰੀ ਗੱਲ ਸੁਣ, ਤੂੰ ਜਿੱਤੇਗਾ ਟੱਕ ਦੀਆਂ ਬਾਜ਼ੀਆਂ, ਅੱਲਾ ਦੀਆਂ ਸ਼ਾਨਾ ਦੇਖੋ, ਭੈਣ ਭਰਾਵਾਂ ਦੀਆਂ ਸ਼ਕਲਾਂ ਕਿੰਨੀਆਂ ਮਿਲਦੀਆਂ? ਸ਼ਕਲਾਂ ਹੀ ਮਿਲਦੀਆਂ ਨਾ, ਪ੍ਰੋਗਰਾਮ ਤੇ ਨਾ ਮਿਲਦੇ। ਆ ਬਜ਼ੁਰਗੋ, ਤੁਹਾਨੂੰ ਕੀ ਦੱਸੀਏ, ਨਜ਼ਾਰੇ ਸਾਨੂੰ ਕਿੱਡੇ ਚੰਗੇ ਲੱਗਦੇ ਨੇ, ਕਾਸ਼ ਕਦੀ ਇਹ ਰੁਕ ਜਾਣ, ਇਹਨਾਂ ਨੂੰ ਅਸੀਂ ਜਾਨ ਦੇਣ ਨੂੰ ਤਿਆਰ ਹਾਂ। ਤੁਹਾਡੇ ਵਰਗੇ ਬਦਮਾਸ਼ਾ ਕੋ ਤੰਗ ਆ ਕੇ ਟਗਾ ਟਗਾ ਜੋੜ ਕੇ ਇਸ ਆਬਾਦੀ ਚ ਮਕਾਨ ਬਣਾਇਆ ਸੀ, ਉਹਨੇ ਤੋਂ ਵੇਚ ਕੇ ਕਿਸੇ ਹੋਰ ਚਾਹ ਵੀ ਨਹੀਂ ਸਕਦੀ। ਮਗਰ ਤੁਮੇ ਤੋ ਇਸ ਵਕਤ ਕਾਲਜ ਕੇ ਅੰਦਰ ਹੋਣਾ ਚਾਹੀਏ ਥਾ, ਯਹਾਂ ਕਿਆ ਕਰ ਰਹੀ ਹੋ? ਯਹਾਂ ਕਿਆ ਕਰ ਰਹੀ ਹੋ? ਕਬ ਸੇ ਆਪਸੇ ਕਹਿ ਰਹੇ ਕਿ ਪਲੀਜ਼ ਆਪ ਵੀ ਮੁਝੇ ਕਾਲਜ ਛੋੜਾ ਹੈ? ਮੈਨੂੰ ਨਾ ਨਾਲ ਲੈ ਕੇ ਜਾਇਆ ਕਰ। ਕਿਉਂ? ਲੋਕੀ ਗੱਲਾਂ ਕਰਨਗੇ ਕਿ ਕੁੜੀ ਨੇ ਜਾਨਵਰ ਰੱਖਿਆ ਹੈ। ਜਾ ਮਾਂ ਕੋ ਲੈ ਜਾ। ਅੱਤੇ ਕਾਲਜ ਚਾਹੀ ਕਿ ਨਹੀਂ? ਪਤਾ ਹੈ ਲੇਟ ਕਾਲਜ ਚਾਹੀ ਨਾ, ਤੂੰ ਟੀਚਰ ਦਰਵਾਜ਼ੇ ਤੇ ਖੜਾ ਰੱਖਤੀ ਹੈ। ਆ ਤੁਹਾਡਾ ਪੀਰੀਅਡ ਤੇ ਬਦਲਦਾ ਤੇ ਬੈਲ ਵੱਜਦੀ ਹੈ ਨਾ ਟੰ ਟੰ। ਸਾਡੇ ਵਕਤਾਂ 'ਚ ਨਹੀਂ, ਸਾਡੇ ਉਸਤਾਦਾਂ ਨੇ ਜਾਨਵਰ ਬੰਨੇ ਹੁੰਦੇ ਸਨ, ਲੇਲੇ ਨੇ ਬੋਲਣਾ ਹਿਸਾਬ ਦਾ ਪੀਰੀਅਡ ਸ਼ੁਰੂ ਹੋ ਜਾਣਾ, ਕੁੱਕੜ ਨੇ ਬਾਗ ਦੇਣੀ ਦੀਨਿਆਦ ਦਾ ਪੀਰੀਅਡ ਸ਼ੁਰੂ ਹੋ ਜਾਣਾ, ਕੱਟੇ ਨੇ ਬੋਲਣਾ ਤੇ ਅੱਧੀ ਛੁੱਟੀ ਹੋ ਜਾਣੀ, ਗਲਤੀ ਨਾਲ ਸੰਡਾ ਬੋਲ ਪੈਣਾ ਸੀ ਪੂਰੀ ਛੁੱਟੀ ਕਰ ਜਾਣੀ, ਅੱਗੇ ਅੱਗੇ ਅਸੀਂ ਤੇ ਪਿੱਛੇ ਪਿੱਛੇ ਪੀਟੀ ਮਾਸਟਰ। ਜਿਸ ਦਿਨ ਖੋਤੇ ਨੇ ਬੋਲਣਾ ਉਸ ਦਿਨ 2 ਮਹੀਨੇ ਦੀਆਂ ਛੁੱਟੀਆਂ ਹੋ ਜਾਣ। ਕਾਹਦਾ ਮਜ਼ਾ, ਸਾਰਾ ਮਹੀਨਾ ਬਾਜ਼ਾਰ ਛੱਪੜ ਤੇ ਹੁੰਦਾ ਹੁੰਦਾ, ਲੋਕਾਂ ਨੇ ਕੱਚ ਦੌੜੀ ਮਾਰੀ, ਡੱਡੂਆਂ ਨੇ ਵਾਹ ਵਾਹ ਕਰ ਦਿੱਤੀ। ਜਾ ਮਾਂ ਕੋ ਲੈ ਜਾ। ਮਾਂ ਕੋ
किधर ले जाओ, उनके सर में बहुत दर्द है। मारे सिर में दर्द है? अल्लाह रहम करे, 25 साल बाद फिर दर्द शुरू हो। ए फखरुन निसा, ए फखरुन निसा। अरे क्या है? अरे ऊपर तो दुनिया नो पता लगे साढ़े कोल भी हाइड्रोजन बम पे चार कनाल कठी ले लई है। ओ ते नाल वा चार कनाल कठी
ਆ ਤਿੰਨ ਮਰਲੇ ਦਾ ਪਲਾਟ ਲੈ ਲਓ। ਇਹ ਪਲਾਟ ਨਹੀਂ ਚਾਹੀਦਾ, ਇਹਦੇ ਆਲੇ ਦੁਆਲੇ ਰੂੜੀ ਬੜੀ ਪਈ। ਇੱਥੇ ਆ ਕੇ ਤੇਰੀ ਮਾਂ ਗੋਹੇ ਥੱਪਦੀ ਰਹੀ। ਇਹ ਅੰਮਾ ਦੇ ਗੋਹੇ ਯਾਦ ਨਹੀਂ ਜਿਹੜਾ ਮੇਰਾ ਆਬਾ ਗਟਰ ਖੋਲਦਾ ਰਿਹਾ, ਉਹ ਨਹੀਂ ਯਾਦ। ਗਟਰ ਹੋਰ ਕਿੱਥੇ ਖੋਲਦਾ ਰਿਹਾ, ਟੱਕਾ ਉੱਥੇ ਹੀ ਫਸਿਆ। ਚੱਲ ਤੂੰ ਇਸ ਜੱਕੇ ਨੂੰ ਛੱਡ, ਤੇਰੀ ਹੌਦੀ ਤੇ ਸਾਫ ਹੈ ਨਾ। ਤੇਰੇ ਤੇ ਛੋਟੀ ਨਜ਼ਰ ਆ ਲਿਆ, ਸਮੁੰਦਰ ਨੂੰ ਨਹਿਰ ਕਹਿਣ ਦੇ। ਬਕਵਾਸ ਨਹੀਂ ਕਰ ਮੇਰੇ ਸਾਥ, ਤੂੰ ਸਮਝ ਆਈ ਕਿ ਨਹੀਂ? ਪਰ ਮੈਂ ਤੇਰੇ ਕੋ ਮਾਰ ਦੂੰਗੀ। ਕੰਬਹਟ ਆਵੇ, ਤੂੰ ਕਿਉਂ ਬਕਵਾਸ ਕਰ ਰਹਾ? ਅਰੇ ਤੇਰੇ ਲਈ ਮੇਰੇ ਕਿਆ ਕਿਆ ਕੁਰਬਾਨੀਆਂ ਨੇ ਜੀ। ਅੱਲੇ ਕਾਲੀ ਚੂਚਾ ਲਾਲ ਕਰਕੇ ਦਿੱਤਾ ਤੂੰ। ਯਖਨੀ ਆਪ ਪੀ ਗਈ, ਮੈਨੂੰ ਕਹਿੰਦੀ ਹੱਡੀਆਂ ਚਾਪ ਲੈ। ਤੇਰੇ ਹੱਡੀਆਂ ਮੈਂ ਚਾਪੂਗੀ? ਇਹਦੀਆਂ ਹੱਡੀਆਂ ਨਾ ਚਬਾਈ, ਇਹਦੇ ਚੋਂ ਹੱਡੀਆਂ ਨਿਕਲ ਗਈਆਂ। ਇਹਨੇ ਇੰਜ ਡਿੱਗਾ ਪਿਆ ਹੋਣਾ ਜਿਵੇਂ ਬੰਨੇ ਤੋਂ ਧੋਤੀ ਨਹੀਂ ਡਿੱਗੀ ਹੁੰਦੀ। ਚਾਚੇ ਤੁਸੀਂ ਸ਼ੁਰੂ ਹੋਵੋ। ਅਸੀਂ ਕੀ ਸ਼ੁਰੂ ਹੋ ਗਏ, ਸਾਨੂੰ ਮੌਕਾ ਦੇ ਦੋ। ਮੈਂ ਕਿਹਾ ਤੁਹਾਨੂੰ ਹਲੇ ਤੱਕ ਮੌਕਾ ਹੀ ਨਹੀਂ ਮਿਲਿਆ। ਮੌਕਾ ਮਿਲੇਗਾ, ਅਬ ਇਸ ਅਗਲੇ ਜਹਾਨ ਜਾਕਰ ਉੱਥੇ ਵੀ ਤੂੰ ਰੱਫੜੀ ਪਾ ਲੈਣਾ। ਮੇਰੀ ਮਾਂ ਜਾਣੇ ਕੀ ਜਾਂ ਮਰ ਤੂੰ ਹੋਗਾ। ਇਹਦਾ ਮਤਲਬ ਹੈ ਤੂੰ ਦੋਜ਼ਖ 'ਚ ਜਾਣਾ ਹੈ ਫਿਰ। ਕਿਆ ਕਿਆ ਕਿਆ? ਤੇਰੀ ਮਿਹਰਬਾਨੀ ਖਾਲਾ, ਜਾਈ ਦੋਜ਼ਖ 'ਚ। ਕਿਉਂ ਬਾ? ਤੂੰ ਵਾਵਾ ਜਗ੍ਹਾ ਮੰਨ ਲੈਣੀ ਹੈ, 500-600 ਬੰਦਾ ਬਚ ਜਾਏਗਾ ਜੀ। ਸਵਾਰੀਆਂ ਢੋਂਦੀ ਫਿਰਨੀ ਹੈ, ਤੇਰਾ ਤੋਂ ਦਖਲ ਟਾਂਗਾ ਚੱਲਦਾ ਹੈ ਜਾਂ ਤੂੰ ਉਧਰ 47 ਨੰਬਰ ਵੈਗਨ ਪਾਈ ਜਾਂ ਆਪਣੇ ਮੱਥੇ ਤੇ ਹੀ 47 ਲਿਹਾੜਾ ਹੀ। ਮੈਂ ਕਿਹਾ ਕਾਹਦੇ ਲਈ ਸਾਰਾ ਦਿਨ ਆਪਣੇ ਚਾਚੇ ਨਾਲ ਲੜਦੀ ਰਹਿੰਦੀ ਹੈ? ਕਿਸਦਾ ਚਾਚਾ? ਇਹ ਤੇਰਾ ਚਾਚਾ। ਵੈਸੇ ਦੋਵੇਂ ਇਕੱਠੇ ਲੜਦੇ ਬੜੇ ਸੋਹਣੇ ਲੱਗਦੇ ਹੋ, ਕਾਲਾ ਹੀ ਮਾਨ ਨਾ ਤੂੰ ਵੀ ਦਾੜੀ ਰੱਖ ਲੈ ਤੇ ਦੋਵੇਂ ਭੈਣਾਂ ਹੀ ਲੱਗੋ। ਜਵਾਨੀ ਦੇ ਨਾਲ ਉਲਟਬਾਜ਼ੀਆਂ ਵੀ ਲਾਉਂਦੀ ਹੁੰਦੀ ਸੀ। ਇਹ ਉਲਟਬਾਜ਼ੀਆਂ ਲਾਉਂਦੀ ਹੋਣੀ ਹੈ ਤੇ ਇੰਜ ਹੀ ਲੱਗਦਾ ਹੁਣ ਬਜਰੀ ਖੋਲਣ ਵਾਲੀ ਮਸ਼ੀਨ ਚੱਲਣ ਡਈ। ਤੂੰ ਆਪਣੀ ਵੀ ਬਚਾ ਨਾ, ਜੋ ਤੂੰ ਛਲਾਂਗਾ ਲਗਾ ਲਗਾ ਕੇ ਮੈਨੂੰ متاثر ਕਰਨਾ ਥਾ। ਮੈਂ ਕਹੇ ਦੋਵੇਂ ਉਲਟਬਾਜ਼ੀਆਂ ਤੇ ਛਲਾਂਗਾ ਲਾਉਂਦੇ ਰਹੇ, ਉਹ ਨਿੱਕਿਆ ਹੁੰਦੇ ਆ ਬਾਂਦਰਾਂ ਦੀ ਜੋੜੀ ਤੇ ਨਹੀਂ ਸੋ। ਚਾਲਾ ਅਸੀਂ ਸਰਕਸ 'ਚ ਕੰਮ ਕਰਨੇ ਹੁੰਦੇ ਸਾ। ਅੱਛਾ ਜੀ, ਇਹ ਖਾਲਾ ਵੀ? ਹਾਂ। ਕਿਉਂ ਝੂਠ ਬੋਲਨੇ ਆ, ਇੰਨੀ ਤੇ ਕੁੱਲ ਸਰਕਸ ਹੁੰਦੀ ਆ। ਇਹ ਕੀ ਸਰਕਸ ਪੈਰਾਂ ਥੱਲੇ ਲੈ ਕੇ ਵਿਖਾਉਂਦੀ ਸੀ? ਮੈਂ ਕਿਹਾ ਖਾਲਾ ਰੱਸੇ ਤੇ ਟੁਰ ਲੈਂਦੀ ਹੁੰਦੀ ਸੀ। ਰੱਸਾ? ਇਹ ਤੇ ਇੰਨੀ ਪਤਲੀ ਹੁੰਦੀ ਸੀ, ਧਾਗੇ ਤੇ ਟੁਰਦੀ ਹੁੰਦੀ ਸੀ। ਕਿੰਨੀ ਵਾਰੀ ਇਹਨੇ ਧਾਗੇ 'ਚ ਚੁੱਭ ਜਾਣਾ, ਧਾਗੇ ਨੇ ਕਹਿਣਾ ਉਹ ਮੈਂ ਮਰ ਗਿਆ। ਇਹ ਤੇ ਖੈਰ ਕਦੀ ਵੀ ਨਹੀਂ ਸੀ ਇੰਨੀ ਪਤਲੀ ਹੁੰਦੀ, ਇਹ ਖਾ ਧਾਗੇ ਨੂੰ ਕੋਈ ਹੋਰ ਤਕਲੀਫ ਹੋਣੀ। ਇਹਦੇ ਨਸੀਬ ਜੀ ਪੱਖੇ ਨਾਲ ਲਟਕਦਾ ਲਟਕਦਾ ਵਾਸ਼ਿੰਗ ਮਸ਼ੀਨ ਨਾਲ ਜਾ ਲੱਗਾ। ਸਰਕਸ ਦੀ ਹਰ ਵੱਡੀ ਆਈਟਮ ਇਹਦੀ ਹੁੰਦੀ ਸੀ। ਇਹ ਵੀ ਉੱਥੇ ਪੂਛਲ ਤੋਂ ਹਾਥੀ ਚੁੱਕ ਕੇ ਵਹਾਂਦੀ ਸੀ। ਆਕਾ ਦੇ ਕੜੇ ਚੋਂ ਬਾਂਦਰੀ ਤੋਂ ਪਹਿਲੇ ਇਹੋ ਹੀ ਤੇ ਲੰਘਦੀ ਸੀ।
ਬਾਂਦਰੀ ਦੇ ਮਗਰੋਂ ਅੰਮੀ ਜੀ ਕਹਿ ਕੇ ਲੰਘ ਜਾਂਦੀ। ਹੁਣ ਤੇ ਵਿਚਾਰੀ ਕਦੇ ਛਾਲ ਨੀ ਮਾਰੀ ਜਾਂਦੀ। ਹਾਏ ਕੋ ਮਨਹੂਸ ਕਰਦਾ, ਛਾਲ ਨਹੀਂ ਲਗਾਈ ਜਾਂਦੀ। ਲਗਾਓ ਛਾਲ, ਲਗਾ ਛਾਲ। ਲੈ ਬਈ ਮੇਰੇ ਨਾਲ ਸ਼ਰਤ ਲਾ, 100 ਦਾ ਨੋਟ ਦੇਵਾਂਗਾ ਜੇ ਇੱਥੋਂ ਛਾਲ ਮਾਰ ਕੇ ਬਾਈ ਨੀਫ ਦੇ ਕੋਠੇ ਤੇ ਜਾਏ। 100 ਰੁਪਿਆ? ਓਏ ਠੀਕ ਲੈ 100 ਰੁਪਿਆ, ਹਮ ਵੀ ਘਰੇ ਦੇ ਗੋਸ਼ਤ ਪਕਾ ਲੈ। ਬਸ ਜੇ ਹਾਰ ਗਏ ਤੇ ਚਟਣੀ ਤੋਂ ਵੀ ਜਾਓਗੇ। ਨਹੀਂ ਨਹੀਂ, ਤੂੰ ਬਤਾ, ਤੂੰ ਬਤਾ ਕਿੱਧਰ ਤੇ ਕਿੱਧਰ ਵਾਲਾ ਜਾਣਾ? ਇੱਥੇ ਹੀ ਆ ਜਿੱਥੋਂ ਮਰਦੀ। ਕਿੰਨੇ ਲਿਪਿਆ? 1, 2, 3। ਕੋਠਾ ਨੀਵਾ ਕਰਾ ਦਈਏ। ਅਰੇ ਮਰ ਮਰ, ਤੂੰ ਇਹ ਹਿਸਾਬ ਠੀਕ ਨਹੀਂ ਬੈਠਾ। ਕੀ ਹਿਸਾਬ ਲਾ ਰਹੇ ਹੋ? ਓਏ ਦੋਵੇਂ ਸਰਕਸ 'ਚ ਕੰਮ ਕਰਦੇ ਸਣੀ ਪਹਿਲੇ। ਅੱਛਾ, ਇਹ ਖਾਲਾ ਹੁਣੇ ਛਾਲ ਮਾਰ ਕੇ ਤੁਹਾਡੇ ਕੋਠੇ ਤੇ ਆਏਗੀ। ਨਹੀਂ ਨਹੀਂ ਮੇਰੇ ਤੇ, ਕਿਉਂ ਸਾਡੀ ਛੱਤ 'ਚ ਮੋਰਾ ਕਰਾਣਾ ਹੀ? ਅੱਖ ਲੋ ਜਾ, 100-100 ਦੀ ਸ਼ਰਤ ਲੱਗੀ ਹੀ ਹੂ। ਹਾਏ, ਤੁਹਾਡੇ 100 ਦੀ ਖਾਤਰ ਅਸੀਂ ਆਪਣੀ ਛੱਤ ਦੇਖ ਲਈਏ? ਓ ਨਹੀਂ ਡਿੱਗਦੀ ਤੁਹਾਡੀ ਛੱਤ, ਸਾਨੂੰ ਵੀ ਅੱਜ ਫਨ ਵੇਖ ਲੈਂਦੇ ਜਿਹਦੀ ਮੁਹੱਬਤ 'ਚ ਅਸੀਂ ਸ਼ਾਦੀ ਕੀਤੀ ਸੀ। ਹਾਏ ਚਾਚਾ, ਤੂੰ ਵੀ ਤਾਂ ਸਰਕਸ 'ਚ ਹੀ ਹੁੰਦਾ ਸੀ, ਤੂੰ ਕੀ ਕਰ ਲੈਣਾ ਸੀ? ਇਹ ਜਦੋਂ ਸਰਕਸ ਬੰਦ ਹੁੰਦੀ ਸੀ ਤੇ ਖੁਸਰਿਆਂ ਦੀ ਗਿਣਤੀ ਕਰਦਾ ਹੁੰਦਾ ਸੀ। ਇੱਕ ਅੱਧਾ ਘੱਟ ਹੁੰਦਾ ਸੀ ਤੇ ਤਿਆਰੀ ਫੜ ਕੇ ਆਪ ਫੱਟੇ ਤੇ ਚੜ ਜਾਂਦਾ ਸੀ ਔਰ ਪੂਰੇ ਸ਼ਹਿਰ 'ਚ ਮਸ਼ਹੂਰ ਹੋ ਜਾਂਦਾ ਸੀ ਬਈ ਉਹ ਸਰਕਸ ਇੱਕ ਵਹਿਸ਼ੀ ਖੁਸਰਾ ਵੀ ਹੈ। ਇਹ ਤੈਨੂੰ ਕਿਹਨੇ ਦੱਸਿਆ ਉਹ ਸਾਰੇ ਖੁਸਰੇ ਹੀ ਹੁੰਦੇ ਸਨ? ਮੈਂ ਤਾਂ ਮੂੰਹ ਤੋਂ ਅੱਗ ਕੱਢਣਾ ਹੁੰਦਾ ਸਾਂ। ਤੇ ਤੂੰ ਆ ਕਿੱਧਰ ਜਾਂਦਾ ਸੀ? ਉਹੀ ਤੇ ਗਾਇਬ ਕਰਨਾ ਹੁੰਦਾ ਸੀ, ਇਹੋ ਤੇ ਫਨ ਸੀ। ਇਹ ਫਨ ਸਾਨੂੰ ਵੀ ਸਿਖਾ ਦੇ ਯਾਰ, ਜਦੋਂ ਪਤਾ ਸਿਗਣ ਲਾ ਕੇ ਤੂੰ ਆਵਾਰ ਕੱਢੀ ਦਾ ਪੁਲਿਸ ਸਾਨੂੰ ਚੰਮ ਲੈਂਦੀ। ਕਿਸ ਲਈ ਕੱਲਿਆਂ ਵੇਲੀ ਓਏ, ਸਿਖਾ ਦੇਾਂਗੇ ਇਹ ਵੀ ਫਨ। ਚਾਚੀ, ਤੁਸੀਂ ਵੀ ਤਾਂ ਸਰਕਸ 'ਚ ਹੀ ਹੁੰਦੇ ਸੋ? ਹਾਂ, ਤੁਸੀਂ ਕੀ ਕੀ ਕਰ ਲੈਂਦੇ ਸੋ? ਇਹ ਜੋ ਉੱਥੇ ਕਰਦੀ ਹੁੰਦੀ ਸੀ ਉਹਦੀ ਤੇ ਹੁਣ ਤੌਬਾ ਕਰਦੀ ਫਿਰਦੀ। ਮਗਰ ਨਹੀਂ, ਇੱਕ ਵਾਰੀ ਚੱਲ ਲੈ ਉੱਥੇ, ਤੇਰੇ ਲਈ ਤੇ ਫਰਿਸ਼ਤੇ ਬਕਾਇਦਾ ਵਰਜ਼ਿਸ਼ ਕਰਨ ਦੇ। ਤੌਬਾ ਕਰਦੀ ਰਹਿੰਦੀ ਹੈ ਜੋ ਕਰਦੀ ਸੀ, ਉਦੋਂ ਲੋਕੀ ਤੌਬਾ ਕਰਦੇ, ਸਾਨੂੰ ਇਹ ਤੌਬਾ ਨਾ ਕਰੇ। ਤੇਰੇ ਜਜ਼ਬਾਤ ਤੋਂ ਲੱਗਦਾ ਕਿ ਉਹ ਦਿਨ ਕੋ ਅੱਛੇ ਨਹੀਂ ਸਨ ਹੁੰਦੇ। ਓਏ ਕੋਈ ਜਜ਼ਬਾਤ ਹੀ ਨਹੀਂ ਹੋਈ, ਜਦੋਂ ਐਸਰਾ ਐਸਰਾ ਕਰੇ ਨਾ, ਸਮਝੋ ਇਹਨੂੰ ਭੁੱਖ ਲੱਗੀ। ਤੇ ਭੁੱਖ ਲੱਗੀ ਉਹਨੂੰ ਤੇ ਉੱਥੋਂ ਗਲਵੜੇ ਵਿੱਚ ਪਾ ਉਹਨੂੰ। ਚੁੱਪ ਕਰ ਤੂੰ ਮੇਰਾ ਲਾ ਕੇ ਤੰਬਖਤਾ। ਹਾਏ ਬਬਲੀ, ਕੀ ਬਤਾਉਂ ਮੈਂ, ਕੀ ਮਸਤ ਥਾ ਵੋ, ਕੀ ਜ਼ਮਾਨਾ ਥਾ, ਕੀ ਇੱਜ਼ਤ ਹੁਆ ਕਰਤੀ ਥੀ ਹਮਾਰੀ, ਸਭ ਹਮਾਰੇ ਆਗੇ ਪੀਛੇ ਫਿਰਦੇ ਥੇ। ਇਹ ਕੋਈ ਇੱਜ਼ਤ ਵਾਲੀ ਗੱਲ ਨਹੀਂ, ਗੋਲ ਚੱਕਰ ਦੇ ਆਲੇ ਦੁਆਲੇ ਰਾਸ਼ ਹੀ ਬੜਾ ਹੁੰਦਾ ਹੈ। ਅਰੇ ਨਹੀਂ, ਕੰਬਹਰ ਸ਼ੇਰੋ ਕੇ ਸਾਥ ਮੇਰੇ ਕਰਤਬ ਕਰਨੇ, ਘੋੜੋ ਕੇ ਸਾਥ ਮੇਰੇ ਕਲਾਬਾਸੀਆਂ ਲਗਾਣੀ, ਬੰਦਰੋ ਕੇ ਸਾਥ ਛਲਾਂਗੇ ਲਗਾ ਲਗਾ ਕਰ ਰਸੇ ਪਰ ਜਾਣਾ। ਹਾਏ ਹਾਏ, ਸੱਜੇ ਪਾਸੇ ਸ਼ੇਰ ਦੌੜ ਰਹੇ ਹੋਣੇ, ਖੱਬੇ ਪਾਸੇ ਲੂਮੜ ਸ਼ਰਾਰਤਾਂ ਕਰ ਰਹੇ ਹੋਣੇ, ਮਗਰ ਬਾਂਦਰ ਲੱਗੇ ਹੋਣੇ। ਇਸੇ ਲਈ ਤਾਂ ਮੈਂ ਬਨ ਮਾਨਸ ਕੇ ਸਾਥ ਸ਼ਾਦੀ ਕਰ ਲਈ। ਲਾ ਮਾਰਾ ਹੈ ਬਬਲੀ, ਕਿਆ ਜ਼ਮਾਨਾ ਥਾ ਵੋ, ਸਭ ਹਮਾਰੇ ਆਗੇ ਪਿੱਛੇ ਆਗੇ ਪਿੱਛੇ ਆਗੇ ਪਿੱਛੇ ਫਿਰਦੇ ਥੇ। ਇਹ ਮਰਦੂਆ ਵੀ ਮੇਰਾ ਬਿਊਟੀ ਬਕਸ ਉਠਾ ਕਰ ਮੇਰੇ ਪਿੱਛੇ ਪਿੱਛੇ ਬਾਜੀ 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 ਕਰਦਾ। ਫੇਰ ਤੂੰ ਸੋਚਿਆ ਹੋਣਾ ਹੁਣ ਗਿੱਜ ਗਿਆ ਰਾਖੀ ਲਈਏ। ਅਰੇ ਨਹੀਂ, ਇਸ ਨੇ ਹਮਾਰੀ ਮਿੰਨਤ ਹੀ ਅਸੀਂ ਕੀ, ਹਮ ਸੇ ਇਨਕਾਰ ਹੀ ਨਹੀਂ ਹੋ ਸਕਾ। ਇਹ ਤੇ ਉਹੀ ਗੱਲ ਹੋਈ ਨਾ, ਇੱਕ ਬਾਦਸ਼ਾਹ ਦੀ ਕੁੜੀ ਮਰਾਸੀ ਨਾਲ ਦੌੜ ਗਈ, ਬਾਦਸ਼ਾਹ ਨੇ ਉਹਨੂੰ ਫੜ ਕੇ ਬੜੀਆਂ ਜੁੱਤੀਆਂ ਮਾਰੀਆਂ, ਨਾ ਮੁਰਾਦੇ ਮਰਾਸੀ ਨਾਲ ਹੀ ਦੌੜ ਗਈ ਹੈ। ਕਹਿੰਦੀ ਹੈ ਬਾ ਕੀ ਕਰਦੀ, ਉਹਨੇ ਤਰਲੇ ਹੀ ਬੜੇ ਲਏ। ਇਹ ਕੋਈ ਬਾਦਸ਼ਾਹ ਦੀ ਗੱਲ ਨਹੀਂ ਹੈ, ਇਹ
ਇਹ ਸਾਡੀ ਗੱਲ ਹੀ ਮਸ਼ਹੂਰ ਹੋਈ ਇਹ ਤੂੰ ਤੇ ਮਰਾਸੀ ਲੱਗਣਾ ਇਹ ਬਾਦਸ਼ਾਹ ਪਾਨਾ ਵਾਲੇ ਦੀ ਕੁੜੀ ਜਾਂ ਇਹਦਾ ਆਪਾਂ ਉਹ ਬਾਦਸ਼ਾਹ ਸੀ ਜਿਹੜਾ ਵਿਹਲਾ ਫਿਰੇ ਤੇ ਲੋਕੀ ਕਹਿੰਦੇ ਨੇ ਯਾਰ ਤੂੰ ਕੰਮ ਹੀ ਨੀ ਕਰਦਾ ਇਹ ਵੀ ਬਾਦਸ਼ਾਹ ਹੀ ਚਾਰ ਕੁ ਮਿੰਟ ਪੈਂਦੀ ਆਉਂਦੀ ਤੇ ਦਾਸਤਾਨ ਦੀ ਅਖੀਰ ਵੀ ਵੇਖ ਲੈਂਦੀ ਅੰਜਾਮ ਕੀ ਹੋਣਾ ਸੀ ਦਸ ਬੱਚੇ ਹੋਏ ਨਾ ਉਹ ਅਜੀਬੁਲ ਖਲਕਤ ਇੱਕ ਸਹੀ ਤੇ ਸਿੱਧਾ ਕਿਹਾ ਕਰਨਾ ਉਹ ਮੇਰੇ ਤੇ ਗਏ ਇੱਕ ਮਾਂ ਤੇ ਗਿਆ ਪੰਜ ਵਾਰੀ ਮੈਂ ਹਸਪਤਾਲ ਰਿਹਾ ਤਿੰਨ ਵਾਰੀ ਇਹ ਥਾਣੇ ਰਹੀ ਲਓ ਜੀ ਬਾਕੀ ਦਾਸਤਾਨ ਤੇ ਠੀਕ ਹੈ ਜਿਹੜਾ ਇਹ ਤਿੰਨ ਵਾਰੀ ਥਾਣੇ ਰਹੀ ਇਹ ਕੋਈ ਅੱਛੀ ਗੱਲ ਨਹੀਂ ਹੈ ਪਹਿਲੇ ਚੌੜੀ ਚੁੱਕ ਕੇ ਮੈਂ ਮਗਰ ਹੁੰਦਾ ਤਾਂ ਇਹ ਹੁਣ ਡੰਡਾ ਚੁੱਕ ਕੇ ਤੇਰੇ ਮਗਰ ਹੁੰਦੀ ਹੈ ਅਗਰ ਮੇਰਾ ਡੰਡਾ ਉਠਾ ਲਿਆ ਨਾ ਤਾਂ ਸਭ ਤੋਂ ਪਹਿਲੇ ਤੇਰੇ ਗਿੱਟੇ ਝਾੜੂਗੀ ਜਾ ਕੰਮ ਕਰ ਜਾ ਕੇ ਮੇਰੀ ਗਿੱਟੀਆਂ ਚੱਕ ਲੈ ਮੇਰੇ ਗਿੱਟੇ ਝਾੜ ਦੇ ਮੈਨੂੰ ਪਾਗਲ ਕਰਨਾ ਹੀ ਬਹੁਤ ਕਿਤੇ ਜ਼ਬਾਨ ਚਲਾ ਕੇ ਮਰ ਦੂਆ ਮੈਂ ਇਸ ਤੋਂ ਕਿਸੇ ਦਿਨ ਮਾਰੂਗਾ ਇਹਦੀਆਂ ਟੰਗਾਂ ਨਾ ਤੋੜੀ ਮੈਂ ਨਹੀਂ ਉਹ ਦਹੀਂ ਲਿਆ ਕੇ ਦੇਣਾ ਕਰਨਾ ਇਹ ਵੀ ਅਜੀਬ ਹੀ ਲੋਕ ਨੇ ਆਪਸ ਚ ਜੰਨੀ ਮੁਹੱਬਤ ਵੀ ਕਰਦੇ ਨੇ ਤੇ ਲੜਦੇ ਵੀ ਰਹਿੰਦੇ ਨੇ ਵੈਸੇ ਲੜਾਈ ਵੀ ਮੁਹੱਬਤ ਦਾ ਇੱਕ ਹਿੱਸਾ ਹੀ ਹੁੰਦਾ ਭਾਵੇਂ ਅਗਲੇ ਦਾ ਸਿਰ ਪਾੜ ਜਾਏ ਕੀ ਕਰ ਰਹੇ ਕਰਨਾ ਕੀ ਹੈ ਤਿੰਨ ਦਿਨ ਹੋ ਗਏ ਚਰਸੀ ਨਹੀਂ ਲੱਭੀ ਉਹ ਫੀਕਾ ਨਾਮ ਰਾਤ ਤੁਰ ਗਈ ਚੀਚਾ ਵਤਨੀ ਕਹਿੰਦਾ ਸੀ ਸੱਸ ਮਰ ਗਈ ਹੈ ਮੈਂ ਉਹਨੂੰ ਦਾਬਾਂ ਔਰ ਮੈਂ ਕਿਹਾ ਤੇਰੀ ਸੱਸ ਕੀ ਮਰੀ ਹੈ ਸਾਡਾ ਹੀ ਨਸ਼ਾ ਮਰ ਗਿਆ ਰਾਤੀ ਮੇਰੇ ਨਾਲ ਬੜੀ ਬੁਰੀ ਹੋਈ ਹੋ ਕੀ ਹੋ ਗਿਆ ਇੱਕ ਜ਼ਰੂਰੀ ਕੰਮ ਜਾਣਾ ਸੀ ਅੱਖ ਹੀ ਨਹੀਂ ਖੁੱਲੀ ਮੈਂ ਤੇ ਆਪ ਰਾਤ ਨੂੰ ਛੇਤੀ ਸੌ ਗਈ ਸਾਂ ਕਿਉਂ ਝੂਠ ਬੋਲਨੀ ਹੈ 2:30 ਵਜੇ ਤੱਕ ਤੇ ਮੇਰੀ ਭੈਣ ਨਾਲ ਬਹਿ ਕੇ ਗੱਲਾਂ ਕਰਦੀ ਰਹੀ ਮੈਂ ਕਿਹਾ ਬਬਲੀ ਜਦੋਂ ਤੁਸੀਂ ਇਹ ਕੁੜੀਆਂ ਆਪਸ 'ਚ ਬਹਿ ਕੇ ਗੱਲਾਂ ਕਰਦੀਆਂ ਹੋ ਤੇ ਵਿੱਚੋਂ ਹੱਸਦੀਆਂ ਕਿਹੜੀਆਂ ਗੱਲਾਂ ਤੋਂ ਹੋਏ ਉਹਨਾਂ ਗੱਲਾਂ 'ਚੋਂ ਇੱਕ ਅੱਧੀ ਇੱਧਰ ਵੀ ਸੁੱਟੋ ਓਏ ਆਪਸ 'ਚ ਹੀ ਗੱਲਾਂ ਕਰਦੀਆਂ ਰਹਿੰਦੀਆਂ ਕੋ ਮਿਸਤਰੀ ਨਾਲ ਵੀ ਮਸ਼ਵਰਾ ਕਰਿਆ ਕਰੋ ਰਾਤੀ ਮੈਂ ਪੱਕਾ ਸਿਗਰ ਲਾ ਕੇ ਜਾਣ ਡਿਆ ਸੋ ਅੱਗੇ ਪੁਲਿਸ ਦਾ ਨਾਕਾ ਲੱਗਾ ਸੀ ਮੈਂ ਸਿਗਰ ਥੱਲੇ ਸੁੱਟ ਕੇ ਉਹਦੀ ਧੌਣ ਤੇ ਪੈਰ ਮਾਰਿਆ ਸਾਦਾ ਸਿਗਰ ਲਾ ਕੇ ਅੱਗੇ ਗਿਆ ਪੁਲਿਸ ਦੇ ਕੋਲ ਪਹੁੰਚਿਆ ਹਵਾਲਦਾਰ ਦੇ ਮੂੰਹ ਤੇ ਮੈਂ ਧੂੰਆਂ ਮਾਰਿਆ ਉਹਨੇ ਮੈਨੂੰ ਫੜ ਲਿਆ ਉਹ ਵੀ ਗਲਤੀ ਨਾਲ ਪੱਕਾ ਲੱਗ ਗਿਆ ਸੀ ਲਓ ਜੀ ਪੁਲਿਸ ਲੈ ਗਈ ਮੈਨੂੰ ਇੱਕ ਵਿਰਾਨ ਜਗ੍ਹਾ ਤੇ ਮੈਂ ਕਿਹਾ ਲੈ ਸ਼ਹਿਜ਼ਾਦਿਆ ਪੁਲਿਸ ਮੁਕਾਬਲਾ ਪੈ ਗਿਆ ਜੀ ਉੱਥੇ ਜਾ ਕੇ ਉਹਨੇ ਇੰਨੀ ਚਰਸ ਕੱਢੀ ਉਹ ਨਾਲ ਉਹਨੇ ਸਿਗਰਟਾਂ ਦੀ ਡੱਬੀ ਕੱਢੀ ਉਹ ਕਹਿੰਦਾ ਲੈ ਸੋਹਣਿਆ ਭਰੀ ਜਾ ਤੇ ਸਾਨੂੰ ਪਿਆਈ ਜਾ ਸਾਰੀ ਰਾਤ ਉਹਨਾਂ ਨੂੰ ਚਰਸ ਪਿਆਂਦਾ ਰਿਹਾ ਉਹ ਸਵੇਰੇ ਉਹ ਜੀਪ ਤੇ ਬਹਿ ਕੇ ਨਿਕਲ ਗਏ ਨੀ ਮੈਂ ਕੁੱਤੇ ਅੰਦਰ ਉੱਥੇ ਹੀ ਬੇਆ ਸਾਂ ਅੱਖ ਖੁੱਲੀ ਤੇ ਗਾਂ ਮੇਰਾ ਮੂੰਹ ਚੱਟਣ ਡਈ ਸੀ ਗਾਂ ਨੂੰ ਉਹਦਾ ਬਿੱਲ ਅਦਾ ਕੀਤਾ ਤੇ ਵਾਪਸ ਆਇਆ ਖਤਮ ਸ਼ੁੱਧ ਲਿਆ 50 ਰੁਪਈਏ ਕੀ ਪਈ ਕਰਨੀ ਹੈ ਮੈਨੂੰ
ਫਿਰ ਇਹਨੇ ਕੀ ਜਵਾਬ ਦਿੱਤਾ? ਮੈਂ ਕਿਹਾ ਫੀਕਾ ਜੀ ਜਾਗਤ ਨਹੀਂ ਗਏ, ਵਾਪਸ ਆਏਗਾ ਤੇ ਲਿਆ ਦੇਣਗੇ। ਮੈਂ ਫੀਕੇ ਨੂੰ ਨਹੀਂ ਜਾਣਦਾ, ਕਦੋਂ ਦੇ ਉਹਨੇ ਮਸਲੇ ਲਾਏ ਨੇ। ਜਾ ਕੰਮ ਕਰ, ਜਾ ਕੇ ਛਿੱਤਰ ਨਾ ਖਾ ਲਈ ਮੇਰੇ ਕੋਲੋਂ। ਨਾ ਮੁਰਾਦਾ ਮੂੰਹ ਦੇ ਬਿਲਕੁਲ ਹੀ ਖਿਲਾਫ ਪਜਾਮਾ ਪਾ ਲੇ, ਲੱਤਾਂ ਤੋਂ ਰੇਲਵੇ ਵਾਲਾ ਲੱਗਣ ਡਿਆ, ਮੂੰਹ ਤੋਂ ਕਮੇਟੀ ਵਾਲਾ ਲੱਗਣ ਡਿਆ। ਇੱਥੇ ਕਤਲ ਹੋਣਗੇ, ਉਹ ਕਿਹੜੇ ਕਤਲ ਸੁਣਾਉਣ ਡੇ ਆ ਲਾਂਤੀਆ। ਈਦ ਵਾਲੇ ਦਿਨ ਕੋਈ ਕੁਰਬਾਨੀ ਕਰੇ ਤੇ ਕੋਲ ਖਲੋਤਾ ਬੇਹੋਸ਼ ਹੋ ਜਾਂਦਾ। ਕਿਹੜੇ ਕਤਲ ਸੁਣਾਉਣ ਡੇ ਆ ਸਾਨੂੰ? ਚੱਲ ਨਿਕਲੇ ਤੋਂ ਚਿੱਤਰ ਨਾ ਖਾਈ ਮੇਰੇ ਕੋਲੋਂ, ਕੱਢਾ ਮੌਜ਼ਰ ਫਿਰ ਕੱਢੀਏ। ਉਹ ਕਿਹੜਾ ਮੌਜ਼ਰ ਸੁਣਾਉਣ ਡੇ ਆ ਮੈਨੂੰ? ਲਾਂਤੀਆ ਘਰ ਚ ਛੁਰੀ ਨੀ ਰੱਖਦੇ, ਗੰਡਾ ਫੇਰ ਕੇ ਖਾਣ ਵਾਲੀ ਕੌਮ ਮੈਨੂੰ ਮੌਜ਼ਰ ਸੁਣਾਉਣ ਡੇ ਆ। ਚੱਲ ਨਿਕਲੇ ਤੋਂ ਚੁੱਤੀਆਂ ਨਾ ਖਾ ਲਈ ਮੇਰੇ ਕੋਲੋਂ। ਜਾ ਕੱਲਾ ਤੇ ਕੂੜਾ ਚੁੱਕ ਤੇ ਨਿਕਲ ਇਥੋਂ, ਥੱਲੇ ਆ। ਕਿਹੜਾ ਥੱਲੇ ਸੁਣਾਉਂਦੇ ਆ ਮੈਨੂੰ? ਮੈਂ ਲੜਨਾ ਕਿ ਨਹੀਂ, ਤੂੰ ਮੈਨੂੰ ਮਰਵਾਈ ਛੱਟਾ ਇਹਨੂੰ ਪਾਣੀ ਵਾਲਾ ਪੈਪ ਲਾ ਕੇ ਦੇ, ਇੱਥੇ ਛੱਟਾ ਲਾਵੇ। ਲਾਂਤੀ ਜਨਾਬ ਦਾ ਤਰੀਕ ਹੀ ਮਾਲੀ, ਤੂੰ ਮੈਨੂੰ ਲੈ ਲਿਆ ਈਜ਼ੀ। ਕਿਆ ਸਮੇਂ ਉਹ ਕਿਆ ਮੌਜ਼ਰ ਵਿਆਹ ਕਿਆ ਹੈ ਜਿਹੜਾ ਵੇਖਣ ਪੂਰੇ ਵਿਆਹ ਰਹੇ ਹੈ ਮੈਨੂੰ। ਉਹ ਸ਼ੁਕਰ ਕਰ ਅੱਲਾ ਦਾ ਲਾਂਤੀ ਆ, ਮੈਂ ਪੂਰਾ ਵੇਖਣ ਡੇ ਆ। ਤੇਰੀ ਤੇ ਬੇਬੇ ਤੇਰੇ ਕੋਲੋਂ ਇੰਜ ਮੂੰਹ ਕਰਕੇ ਤੇਰੇ ਨਾਲ ਲਾਡ ਕਰਦੀ ਸੀ। ਕਿਸ ਤਰ੍ਹਾਂ ਵੇਖਦੀ ਐਡਾ ਹੁਸਨ ਕਿ ਕਿੱਦਾਂ ਨੂੰ ਵੇਖਿਆ ਜਾਂਦਾ ਕਿਸੇ ਨੂੰ। ਜਿਹਨੂੰ ਗੋਲੀ ਮਾਰਿਓ ਵਿਚਾਰਾ ਬਾਅਦ ਚੋ ਸੀ ਸੀ ਕਰਦਾ ਫਿਰ। ਮੈਂ ਕਤਲ ਕਰਨਾ ਸੀ, ਮੈਂ ਥੱਕਿਆ ਹੋਇਆ। ਆਹੋ ਜੀ, ਥਕਾਵਟ ਹੋ ਜਾਂਦੀ ਹੈ, ਕੱਲੀ ਕਮੀਜ਼ ਨੀ ਮਾਣ ਤੂੰ ਤੇ ਉੱਤੇ ਬਾਸਕਟ ਵੀ ਪਾਈ, ਹੋ ਜਾਂਦੀ ਹੈ ਥਕਾਵਟ ਬਾਵਾ ਜੀ। ਇੱਕ ਤੇ 6 ਬਟਨ ਚੁੱਕਣਾ ਤੇਰੇ ਵਾਸਤੇ ਕੋਈ ਥੋੜੀ ਗੱਲ ਹੈ। ਨਿਕਲ ਜਾ, ਕੀ ਵੇਖਣ ਦੇ ਆ ਮੈਨੂੰ? ਓਏ ਛੱਡਾ ਲੱਗੇਗਾ ਤੇ ਨਹੀਂ ਛੱਡੇ ਤੋਂ ਬਗਾਨ ਨਹੀਂ। ਤੂੰ ਸਭ ਥੱਲੇ ਇੱਥੇ ਇਹਨੂੰ ਕਾਹਦੇ ਪੈਸੇ ਦਿੱਤੇ? ਉਹ ਤੂੰ ਉਹਦੀ ਕੈਂਚੀ ਕਿਆ ਹੈ ਤੇ ਸਾਡੇ ਪਕਾਣ ਦੀ ਤੇ ਮੈਂ ਮੰਗ ਲੈ। ਤੈਨੂੰ ਵੀ ਇਹ ਨਹੀਂ ਕਿਹਾ ਜਦੋਂ ਤੈਨੂੰ ਪੈਸੇ ਚਾਹੀਦੇ ਹੋਣ ਇਹਦੀ ਮਾਂ ਕੋਲੋਂ ਲਿਆ ਕਰ। ਮੰਗੇ ਦੀ ਮਾਂ ਕੋਲੇ ਸਨ, ਉਹਨੇ ਮੈਨੂੰ ਇਹਦੇ ਕੋਲ ਲੈ ਕੇ ਦਿੱਤੇ, ਉਹਦੇ ਕੋਲ ਹੈ ਹੀ ਨਹੀਂ ਸਨ। ਅਟਲ ਕਰੋ ਪੈਸੇ ਤੇਰੀ ਮਾਂ ਕੋਲ ਲੈ, ਸਾਨੂੰ ਉਹਨੂੰ ਦੇਵਾਂਗੇ। ਉਹਨੇ ਕੋਲੋਂ ਨਾ ਗਿਆ, ਮਾਂ ਵੀ ਸਾਡੇ ਕੋਲੋਂ ਲੈ ਕੇ ਦਿੰਦੀ, ਉਹ ਕਿਹੜਾ UPL ਚ ਲੱਗੀ। ਚੱਲ ਜੁੱਤੀਆਂ ਲਗਾ ਲਈ ਮੇਰੇ ਕੋਲੋਂ ਨਿਕਲ ਇਥੋਂ। ਉਹ ਕਿਹੜਾ ਛੱਡਾ ਸੁਣਾਉਣ ਡਿਆ, ਇੱਥੇ ਘੰਟਾ ਉੱਡਣ ਡੇ ਆ। ਚੱਲ ਨਿਕਲੇ ਤੇਰੋ ਨਾ ਮੁਰਾਦ, ਇਹਨੂੰ ਲੈ ਜਾ ਕੇ ਤੇਰੇ ਆਕੜ ਆਕੜ ਕੇ ਧੋਣ ਨੂੰ ਬਾਲੀ ਨਾ ਪੈ ਜਾ। ਤੂੰ ਥੱਲੇ ਚੱਲ। ਮੈਂ ਨਹੀਂ ਜਾਣਾ ਥੱਲੇ, ਮੇਰਾ ਇੰਨਾ ਦਿਲ ਕਰਦਾ ਕਿ ਮੈਂ ਪੇਚੇ ਵੇਖਾਂ।
ਤੇਰਾ ਪੇਚੇ ਵੇਖਣ ਨੂੰ ਦਿਲ ਕਰਦਾ, ਸਾਡਾ ਪੇਚੇ ਲਾਣ ਨੂੰ ਦਿਲ ਕਰਨ ਦੇ। ਤੇ ਮਾਂ ਨੂੰ ਪਿੰਨਾ ਲੈ ਦਿਆ ਕਿ ਕਿਛ ਨਾਲ ਗੁਜ਼ਾਰਿਆ ਹੋ ਜਾਏਗਾ। ਤੈਨੂੰ ਲੈ ਜਾ, ਚੁਰੀਆਂ ਨਾ ਖਾ ਲਈਆਂ ਮੇਰੇ ਕੋਲੋਂ। ਰੇੜੀ ਤੇ ਗੈਸ ਬਾਲ ਕੇ ਮੂੰਗਫਲੀ ਵੇਚਣ ਵਾਲੇ ਆ, ਜਾ ਨਿਕਲੇ ਤੋਂ ਜੁੱਤੀਆਂ ਲਗਾਈ ਮੇਰੇ ਕੋਲੋਂ। ਅਮਨ ਕਾਹਦਾ ਅਮਨ, ਮੈਂ ਤੈਨੂੰ ਦੱਸਾਂ ਕਿਹੜਾ ਅਮਨ ਸੁਣਾਉਣ ਦੇ ਹੈ। ਕਿਹਨੂੰ ਕਹਿੰਦੇ ਆ? ਥੱਲੇ ਦਫਾ ਹੋ ਜਾ, ਥੱਲੇ ਮਰ ਜਾ ਲਾਂਚੀਆ। ਜਦੋਂ ਬਨੇਰੇ ਤੇ ਖਲੋਣਾ, ਸਾਡੇ ਘਰ ਪ੍ਰਾਹੁਣੇ ਆ ਜਾਂਦੇ। ਤੁਹਾਡੇ ਪ੍ਰਾਹੁਣਿਆਂ ਦੀ ਵੀ ਮੱਤ ਵੱਜੀ ਹੈ ਨਾ, ਕਾਂ ਦੇ ਬਹਿਣ ਤੇ ਆਉਣ, ਬਿਲਜਾਂ ਦੇ ਬਹਿਣ ਤੇ ਵੀ ਆਉਣ ਦੇ। ਓਹੋ ਛੱਡਾ ਛੱਡਾ ਲੱਗੇਗਾ। ਕਿਹੜਾ ਪੁਦੀਨਾ ਵੇਖ ਬੈਠਾ ਜਿਹਦੇ ਤੇ ਛੱਡਾ ਲਾਣਾ ਹੈ? ਅਮਨਕਾਰ ਅਮਨਕਾਰ ਜਾਂਗਲੂਸ ਤੇ ਸੂਦ, ਕਾਸ਼ ਮੇਰੇ ਮੌਸਮ ਮਹਿਮਾਨ ਨਾ ਆਏ ਹੁੰਦੇ, ਵਰਨਾ ਅੱਜ ਉਹ ਹੋਣਾ ਸੀ ਜੋ ਹੋਣਾ ਹੀ ਨਹੀਂ। ਹੱਕ ਬਾਤ ਹੈ ਮੁਰਜਦ, ਅਸੀਂ ਖੁਦ ਦੇਖਿਆ ਕਈ ਵਾਰੀ ਤੁਸੀਂ ਜੁੱਤੀਆਂ ਖਾਧੀਆਂ। ਮੇਰੇ ਮੌਸਮ ਮਹਿਮਾਨ ਆ ਗਏ, ਜਹਾਜ਼ ਤੋਂ ਉਤਰ ਰਹੇ ਨੇ। ਆ ਗਏ ਆ ਗਏ ਉਹਦੀ ਵਜ੍ਹਾ ਕੇ ਮਾ ਮੇਰੇ ਅੱਡੇ ਮੌਸਮ ਮਹਿਮਾਨ ਜਹਾਜ਼ ਤੋਂ ਉਤਰੇ ਨੇ, ਫਿਰ ਟ੍ਰੇਨ ਤੇ ਬੈਠੇ, ਫਿਰ ਸਾਈਕਲ ਤੇ ਬੈਠੇ, ਹੁਣ ਖੋਤੀ ਰੇੜੀ ਦੇ ਧੱਕੇ ਖਾਂਦੇ ਆ। ਐਸੇ ਮੌਸਮ ਇਸ ਪਾਸੇ ਲੰਘੇ ਨੇ, ਲੋਕੀ ਉੱਠ ਕੇ ਖਲੋ ਗਏ ਨੇ। ਦਫਾ ਕਰੋ, ਪਹਿਲੇ ਇਹਨੂੰ ਲੰਘ ਲੈ। ਟਿਕ ਜਾਓ ਕਿਧਰੇ, ਨਾ ਮੁਰਾਦੋ ਅਗਲੀ ਰਾਤੀ ਜੰਮ ਲੈਣਾ, ਮੇਰੀ ਇੱਜ਼ਤ ਬੰਨ ਲੈਣ ਦਿਓ। ਮੇਰਾ ਨੀ ਖਿਆਲ ਕੇ ਤੂੰ ਪੂਰੀ ਗੱਲ ਕਰਨ ਦੇ ਨੇ। ਕਰੋ ਅਰਜ਼ੇ ਆ ਵੀ ਜਾਂ ਮੇਰੇ ਪੈਸੇ ਮੋੜ ਦੇ, ਜਾਂ ਤੂੰ ਕੰਮ ਤੇ ਆ ਜਾ ਮੁੰਡੀ ਆਪਣੀ ਨਾਲ ਲੈ ਗਈ। ਅੱਛਾ ਜੀ, ਮੇਰੇ ਕੋਲੋਂ ਇਹ 100 ਹਫ਼ਤੇ ਦਾ ਐਡਵਾਂਸ ਲੈ ਗਏ। ਇਹਦੀ ਬੁੱਢੀ ਕੜੇ ਚੋਂ ਲੰਘਦੀ ਹੁੰਦੀ ਸੀ, ਹੁਣ ਬੁੱਢੀ ਐਡੀ ਮੋਟੀ ਕਰਦੀ ਸੀ, ਨਾ ਮੈਂ ਕੜਾ ਮੋੜਨਾ ਨਾ ਇਹ ਬੁੱਢੀ ਨੂੰ ਪਤਲੀਆਂ ਕਰਨ ਡਿਆ। ਮੈਂ ਤਿਆਨਾ ਜੀ ਉਸੇ ਕੜੇ ਚੋਂ ਹਾਲੇ ਵੀ ਲੰਘ ਸਕਦੀ। ਕਿਸ ਤਰ੍ਹਾਂ ਲੰਘ ਸਕਦੀ ਬਈ? ਪਰ ਘੰਟਾ ਲੱਗੇਗਾ ਦਾਦਾ, ਤੋਂ ਤੇਰੇ ਤੇ ਇੱਕ ਘੰਟੇ ਚ ਕੋ ਐਟਮ ਹੋਈ, ਲੋਕਾਂ ਨੇ ਅਗਲੇ ਕਮਾਂ ਚ ਵੀ ਜਾਣਾ ਹੈ। ਉਹ ਘੰਟੇ ਤੇ ਇੱਕ ਬੋਰੀਆ ਪੁਲ ਚੋਂ ਲੰਘਦੀ। ਮਾਵਾ ਜੀ ਤੁਸੀਂ ਇਹ ਐਟਮ ਕਰਕੇ ਵਹਾ, ਲੋਕਾਂ ਨੇ ਉਸੇ ਸ਼ੋਅ ਅਗਲੇ ਸ਼ੋਅ ਦੀਆਂ ਟਿਕਟਾਂ ਲੈ ਲੈਣੀਆਂ ਤੇ ਹਰ ਅਗਲੇ ਸ਼ੋਅ ਚ ਨਿਕਲੀ ਜਾਏ। ਬੱਚਿਆ
ਹਿਸਾਬ ਤੇ ਕਿਹੜਾ ਕਿਹੜਾ ਜੰਮਿਆ ਜੀ। ਦੂਜੀ ਗੱਲ ਮੈਂ ਤੇਰੇ ਨਾਲ ਇਹ ਕਰਨੀ ਆ, ਮੈਂ ਲੰਬੜ ਆਇਆ ਮਾਂਚੈਸਟਰ ਤੋਂ, ਜੇ ਤੂੰ ਕਵੇਂ ਤਾਰਕੇ ਦਾ ਵਿਆਹ ਤੇਰੀ ਧੀ ਨਾਲ ਕਰਾਂ ਮੇਰੋ ਨਾਲ। ਦੇਖੋ ਜੀ ਤਾਰਕੇ ਹਰੀ ਆ ਜ਼ਿਮੀਦਾਰ ਲੋਕ ਅਸੀਂ ਮਰਾਠੀ, ਸਾਡਾ ਉਹਨਾਂ ਦਾ ਕੀ ਜੋੜ ਬਣਿਆ ਯਾਰ। ਦੇਖ ਪੇਸ਼ਾ ਜਿਹੜਾ ਉਹ ਦਾਤ ਨਹੀਂ ਹੁੰਦੀ, ਤੇ ਨਾਲੇ ਧੀ ਤੇਰੀ ਜਿਹੜੀ ਆ ਵਿਰਾਸਤ ਥੋੜੀ, ਇਹ ਤਾਂ ਐਵੇਂ ਤੂੰ ਬਣਾਈ ਗੱਲ। ਜੰਮੀ ਜਾਓ ਖਤਰਾ ਟਲ ਗਿਆ। ਕਦੀ ਸ਼ੋਰਬੇ ਵਾਲੀਆਂ ਭਿੰਡੀਆਂ ਖਾਧੀਆਂ ਨੇ? ਭਿੰਡੀਆਂ ਵੀ ਸ਼ੋਰਬੇ ਵਾਲੀਆਂ ਨਹੀਂ ਹੁੰਦੀਆਂ, ਐਦਰ ਨਹੀਂ ਹੁੰਦੀਆਂ, ਸਾਡੇ ਦਹਿਲੀ ਚ ਹੁੰਦੀਆਂ ਸੀ। ਹਾਂ ਕਦੀ ਖੁਸ਼ਕ ਯਖਣੀ ਪੀਤੀ? ਖੁਸ਼ਕ ਯਖਣੀ ਕਿਹੜੀ ਹੁੰਦੀ ਹੈ? ਐਦਰ ਨਹੀਂ ਹੁੰਦੀ, ਦਹਿਲੀ ਚ ਹੁੰਦੀ ਸੀ ਸਾਡੇ। ਅੱਛਾ ਅੱਛਾ, ਕਦੀ ਖੁਸ਼ਕ ਪਾਵੇ ਖਾਧੇ ਨੀ? ਬੱਕਰੀ ਨੂੰ ਤੂੰ ਪਿੱਠ ਲਾ ਲਓ ਜੀ, ਤੇ ਉਹਦੇ ਪਾਵਿਆਂ ਨੂੰ ਚੱਕ ਮਾਰੋ ਤੇ ਖੁਸ਼ਕ ਪਾਵੇ। ਕਦੇ ਚਿੜਾ ਮੱਛੀ ਖਾਧੀ? ਚਿੜਾ ਮੱਛੀ ਐਦਰ ਨਹੀਂ ਹੁੰਦੀ, ਤੈਲੀ ਚੁੰਦੀ ਹੈ। ਹਾਂ ਉੱਡ ਕੇ ਕੁੰਡੀ ਪਾਣੀ ਪੈਂਦੀ। ਅਸਲਾਮੁਅਲੈਕੁਮ ਮਾਸੀ। ਵਾਅਲੈਕੁਮ ਅਸਲਾਮ। ਸੁਣਾ ਕੁੜੀਏ ਕੀ ਹਾਲ ਹੈ ਤੇਰਾ? ਮੈਂ ਠੀਕ ਹਾਂ ਮਾਸੀ। ਮਾਂ ਉਪਰ ਹੀ ਆ ਜਾ, ਮਾਸੀ ਹੁਣ ਬਹੁਤ ਦਿਨ ਪਰੀ ਹੈ, ਆ ਤੇ ਮੈਂ ਤਵਾ ਲੈਂਦੀ ਆ ਨਾ। ਕਾਲਜ ਨਹੀਂ ਗਈ ਅੱਜ ਮੈਰੂ? ਉਹ ਕਹਿ ਕੇ ਮੇਰਾ ਟੁੱਟ ਪੜਾ ਲੇਟ ਹੋ ਗਈ ਸੀ, ਇਸ ਵਾਰ ਮੈਂ ਗਈ ਨਹੀਂ ਕਾਲਜ। ਹਾਂ ਮੈਂ ਵੀ ਇਹ ਵੈਗਨ ਵਾਲਿਆਂ ਦੀ ਵਜ੍ਹਾ ਨਾਲ ਨਾ ਮੈਟ੍ਰਿਕ ਨਹੀਂ ਕਰ ਸਕਿਆ। ਅਰੇ ਕੈਸੀ ਹੈ ਵਰਕਰ ਦੇ ਬਹਿਣ? ਸ਼ੁਕਰ ਹੈ ਅੱਲਾ ਦਾ, ਤੂੰ ਸੁਣਾ। ਹਾਏ ਕੀ ਸੁਣਾਉ, ਅਬ ਤੋ ਮੈਂ ਦਿਨ ਤਾਂ ਆ ਗਏ ਮੈਂ ਜ਼ਿੰਦਗੀ ਸੇ, ਮੇਰਾ ਨਹੀਂ ਬਚਾ ਲੈ ਕਹੀਂ ਭਾਗ ਜਾਓ। ਬਣਾ ਲਓ ਪ੍ਰੋਗਰਾਮ। ਠੀਕ ਹੈ ਪ੍ਰੋਗਰਾਮ ਲੈ। ਬਣਾ ਲਓ ਪ੍ਰੋਗਰਾਮ। ਮੇਰੀ ਧੀ ਬਬਲੀ ਮੈਨੂੰ ਕਹਿ ਰਹੀ ਸੀ, ਮੈਂ ਬਬਲੀ ਨੂੰ ਕਹਿ ਰਿਹਾ ਸੀ। ਬਬਲੀ ਮੈਨੂੰ ਕਹਿ ਰਹੀ ਸੀ, ਮੈਂ ਉਹਨੂੰ ਕਹਿ ਰਿਹਾ ਸੀ। ਉਹ ਮੈਨੂੰ ਕਹਿ ਰਹੀ ਸੀ ਕੀ ਪਕਾਈਏ, ਮੈਂ ਉਹਨੂੰ ਕਿਹਾ ਬਣਾ ਲਓ ਪ੍ਰੋਗਰਾਮ। ਕਿਧਰੇ
ਬਾਹਰ ਗਿਆ ਹੋਣਾ ਜੀ। ਹਾਂ ਕਿਉਂ ਹੋਣਾ ਕੋਈ ਗੰਦ ਬਲਾ ਖਰੀਦਣ। ਚਾਚਾ ਖਬਰਦਾਰ ਮੇਰੇ ਭਰਾ ਦੇ ਬਾਰੇ ਚ ਇਹੋ ਜਿਹੀ ਕੋਈ ਗੱਲ ਕੀਤੀ ਹੋਏਗੀ ਤੇ ਮੈਂ ਨਹੀਂ ਗੱਲਾਂ ਕਰਦਾ ਤੇ ਪੂਰਾ ਮਹੱਲਾ ਗੱਲਾਂ ਕਰਦਾ ਹੈ। ਕਹਿੰਦਾ ਤੇਰਾ ਭਰਾ ਚਰਸੀ ਹੈ ਚਰਸ ਪੀਂਦਾ ਹੈ। ਨਹੀਂ ਹੁਣ ਉਹਨੇ ਮੇਰੇ ਨਾਲ ਵਾਅਦਾ ਕੀਤਾ ਹੈ ਉਹ ਕਦੀ ਨਸ਼ਾ ਨਹੀਂ ਕਰੇਗਾ। ਚਰਸੀ ਦੇ ਵਾਅਦਿਆਂ ਤੇ ਨਹੀਂ ਜਾਈਦਾ, ਉਹਦੇ ਪ੍ਰੋਗਰਾਮ ਵੇਖੀ ਦੇ ਨੇ। ਮੈਨੂੰ ਕਹਿ ਰਿਹਾ ਸੀ ਇਹ ਚਰਸ ਬੜੀ ਬੁਰੀ ਚੀਜ਼ ਹੈ, ਮੈਂ ਨਾ ਇਹਨੂੰ ਪੀ ਪੀ ਕੇ ਮਖਾਉਣ ਦਾ ਵਾਅਦਾ ਕੀਤਾ ਹੋਇਆ। ਮੇਰੇ ਸੱਟ ਲੱਗ ਗਈ ਸੀ ਨਾ ਵੱਖੀ ਤੇ। ਅੱਛਾ ਭੀਮ ਨੇ ਕਿਹਾ ਸੀ ਧੁੱਪ ਸੁਕਾ ਕੇ ਉੱਠ ਤੇ। ਅੱਛਾ ਚਾਹ ਤੁਝੇ ਕਿਧਰ ਲਗੀ ਹੈ ਔਰ ਚਸ਼ਮਾ ਟਿਕਾ ਕੇ ਲਗਾਇਆ ਹੋਇਆ ਖਬਰ। ਉਹ ਵਿੱਚੋਂ ਦੀ ਕਰਕੇ ਤੈਨੂੰ ਵੇਖਣਾ ਹੁੰਦਾ ਹੈ। ਮਰਦੂਦ ਸੱਟ ਲੱਗ ਗਈ ਸੀ ਤਾਂ ਕਰ ਅੱਛਾ ਤੂੰ ਜਾ ਕੇ ਮੇਰਾ ਧੁੱਪ ਲਗਵਾ ਰੇ। ਧੁੱਪ ਲਵਾ ਰਿਹਾ, ਭੀਮ ਨੇ ਕਿਹਾ ਸੀ 2.5 ਘੰਟੇ ਧੁੱਪ ਸੁਕਾ ਆਪਣੇ ਕੋਠੇ ਤੇ। ਅੱਛਾ ਜੇ ਹੋ ਸਕੇ ਤੇ ਨਾਲਦਿਆਂ ਦੇ ਕੋਠੇ ਦੀ ਧੁੱਪ ਸੁਕਾ ਉਹਨੇ ਕਿਹਾ ਸੀ। ਅੱਛਾ ਉਹਨੇ ਕਿਹਾ ਸੀ ਨਾਲਦਿਆਂ ਦੇ ਕੋਠੇ ਦੀ ਧੁੱਪ ਸੁਕਾ, ਹੋ ਸਕੇ ਤੇ ਧੁੱਪ ਸੁਕਾ ਕੇ ਉਹਨਾਂ ਦੇ ਥੱਲੇ ਵਿਹੜੇ ਚ ਉਤਰ ਜਾ। ਥੱਲੇ ਉਤਰ ਕੇ ਜੇ ਉਹ ਰੋਟੀ ਰੂਟੀ ਖਵਾਉਣ ਤੇ ਠੀਕ ਹੈ, ਸੌਣ ਬਹਿਣ ਦਾ ਕਹਿਣ ਤੇ ਠੀਕ ਹੈ, ਮਜ਼ੇ ਨੇ। ਤੇ ਜੇ ਕਹਿਣ ਨਹੀਂ ਤੇ ਫਿਰ ਸ਼੍ਰੀ ਖਾਨ ਕੋ ਬਾਹਰ ਆ ਜਾ। ਹਕੀਮ ਨੇ ਕਿਹਾ ਸੀ ਮੈਂ ਨੀ ਕਿਹਾ ਮੇਰਾ ਦਿਲ ਕਰਦਾ ਸੀ। ਤੇਰੀ ਮਾਂ ਨੂੰ ਨਾ ਮਹੱਲੇ ਦਾ ਪਤਾ,
ਨਾ ਕਿਸੇ ਹੋਰ ਗੱਲ ਦਾ। ਫਿਰ ਵੀ ਨਵਾਂ ਕਿਰਾਏ ਤੇ ਮਕਾਨ ਹੀ ਲੈਣਾ ਪੈਣਾ ਨਾ। ਘੋੜੀ ਤੇ ਚੜਾਂਗਾ, ਬਹੁਤ ਦਿਨ ਡੂਬਾ, ਜਦ ਘੋੜੀ ਚੜਾ ਕੂਬਾ ਤੇ ਕੂਬ ਕਢਾ ਲਾਂਗੇ। ਆ ਸੱਚਾ ਜਾਵਾਂ, ਐਸਰਾਂ ਦੀਆਂ ਗੱਲਾਂ ਮੂੰਹੋਂ ਕੱਢ। ਸਕੀ ਤੇ ਹੋਰ ਜ਼ੋਰ ਪਾਣਾ ਸੀ। ਭੈਣ ਦਾ ਹਾਲੀ ਨਾ ਫੜੇ। ਤੇਰੇ ਚ ਬਲੱਡ ਤੇ ਹੈ ਹੀ ਨਹੀਂ, ਨੀਰਾ ਪ੍ਰੈਸ਼ਰ ਹੀ ਬਲੱਡ। ਨਸ਼ਾ
ਐਸ ਕੀ ਜ਼ਰਾ ਪਾਰਟੀ ਸੋਲਿਡ ਹੈ ਨਾ ਇਸ ਵਾਰ। ਓਏ ਉਹਦਾ ਕੀ ਇਤਬਾਰ ਕਰਨਾ ਜਿਹੜਾ ਮਾਂ ਨਾਲ ਵਾਅਦਾ ਕਰਕੇ ਮੁਕਰ ਗਿਆ। ਉਹ ਨਿਕਲ ਜਾ ਲਾਂਦੀਆ, ਜਦੋਂ ਦਾ ਤੇਰਾ ਬਾਂਦਰ ਮਰਿਆ ਵੇਲੇ ਹੀ ਫਿਰਦਾ ਰਹਿੰਦਾ। ਇਹਨੇ ਮੇਰੇ ਕੋਲ ਗੋਲੀ ਖਾ ਲੈਣੀ ਹੋ ਬੇਬੇ। ਲੈ ਬਈ ਮਾਂ ਐਲਾਨ ਕਰ ਦੇ, ਅੱਜ ਤੋਂ ਬਾਅਦ ਚਰਸ ਨੀ ਪੀਆਂਗੇ, ਯਾ ਭੈ ਨਹੀਂ ਜਾਂ ਗਾਹ ਕਹਿ ਨਹੀਂ। ਦੁਆ ਕਰੀ ਚਰਸੀ ਨਾ ਲੱਭੇ, ਨਹੀਂ ਤੇ ਮੈਂ ਆਪ ਹੀ ਐ ਨਹੀਂ ਹੂੰ। ਬਕਵਾਸ ਬੰਦ ਕਰ, ਇੱਥੇ ਸਾਡਾ ਘਰ ਹੈ। ਮੈਂ ਤਾਂ ਪੀਲੀ ਗਲੀ ਵਾਲਾ ਘਰ ਵੇਖਣ ਡਿਆ। ਉਹ ਲਾਂਦੀ ਆ ਸਾਡਾ ਘਰ ਹੀ ਓਏ। ਕਿਸੇ ਨੇ ਘਰ ਨੀ ਵੇਖੀ ਦਾ ਪਾਗਲ ਦੇ ਪੁੱਤਰ। ਉਹ ਦੋ ਪੈਸੇ ਲੱਗ ਗਏ ਜੀ, ਸਾਡੇ ਗੁੱਡੇ ਦਾ ਬਸਰਾ ਬੜਾ ਮੁਸ਼ਕਲ ਹੈ। ਉਹ ਘਬਰਾ ਰਹੇ ਬੱਚਾ, ਕੈਮੀਕਲ ਦਾ ਟੋਟਾ ਲੱਗਾ, ਤੂੰ ਉਹਨੂੰ ਨਿਬੜ ਲਾਂਗੇ। ਮੇਰੇ ਆਉਣ ਦੇ ਜਸ਼ਨ ਮਨਾਓ, ਤੇਰੇ ਆਉਣ ਦੇ
ਜਦੋਂ ਡਿੱਗਣੀ 60 ਦਿਨ ਥੱਲੇ ਲੱਗਦੀ ਇਹ ਨਾ ਮੁਰਾਦ ਜਿਸ ਵਾਰ ਤੂੰ ਕਹਿਣ ਨਹੀਂ ਹੈ ਮਜ਼ੇ ਤੇ ਮਾਇਆ ਹੁਣ ਆਉਣਗੇ ਇਸ ਤਰ੍ਹਾਂ ਤੇ ਸਿਰਫ ਤੈਨੂੰ ਹੀ ਆਉਣਗੇ ਅਸੀਂ ਤਾਂ ਫੇਰ ਰੰਡੇ ਦੇ ਰੰਡੇ ਹੀ ਰਹੇ ਨਾ ਕੀ ਨਾਂ ਹੈ ਤੇਰਾ ਮੇਰਾ ਨਾਮ ਮਜਬੂਰੀ ਮਜਬੂਰੀ ਪਰਾ ਸੁਣਾ ਕੇ ਪਿੱਛੋਂ ਕੀ ਰੇਤ ਕੱਢਣ ਲੱਗ ਪਈ ਦੀ ਨਾਮ ਮੁਰਾਦੇ ਚੰਗਾ ਭਲਾ ਤੂੰ ਮਲਕਾਂ ਦਾ ਮੁੰਡਾ ਸੀ ਤੈਨੂੰ ਕੀ ਬਣੀ ਹੈ ਮੈਂ ਕਿਹਾ
ਅੱਜਕੱਲ ਕਾਰੋਬਾਰ ਦਾ ਟਾਈਮ ਹੈ ਮੇਰੀ ਜਾਨ, ਸ਼ੇਖ ਸਾਹਿਬ ਦੇ ਘਰ ਦਾ ਖਰਚਾ ਇੱਥੋਂ ਹੀ ਚੱਲਣ ਦੇ ਆ। ਕੀ ਮਤਲਬ ਹੈ? ਯਾਦ ਨਹੀਂ ਪਿਛਲੀ ਪਸੰਦ ਲੁੱਟ ਕੇ ਸ਼ੇਖ ਸਾਹਿਬ ਨੇ ਵੱਡੇ ਮੁੰਡੇ ਨੂੰ ਦੁਬਈ ਘੱਲਿਆ ਸੀ। ਹਾਏ ਹਾਏ, ਤੇ ਕੱਲ ਮੈਨੂੰ ਕਹਿੰਦਾ ਸੀ ਨਾ ਕਿ ਪਸੰਦ ਲੁੱਟ ਕੇ ਮੈਂ ਨਿੱਕਾ ਮੁੰਡਾ ਵਿਆਹਣਾ। ਓ ਸਹੀ ਮਰ ਗਈ, ਮੈਂ ਤੇ ਡਰੀ ਗਈ ਸਾਂ, ਮੈਂ ਕੱਲੀ ਤੇ ਇੰਨੇ ਮੁੰਡੇ। ਤੂੰ ਡਰੀ ਗਈ, ਤੂੰ ਬੜੀ ਖੋਜਲ ਹੈ, ਤੂੰ ਖੁਸ਼ ਹੋਈ ਤੇ ਨਾਮ ਰੱਖਦਾ ਉਹ ਤੇ ਬਹਿ ਜਾ। ਮਾਸੀ ਬਾਜੀ ਦਾ ਤੇ ਕੋਠੇ ਨੂੰ ਅੱਗ ਲੱਗ ਗਈ। ਓ ਡਿਓ ਕੋਠੇ ਤੇ, ਆਓ ਕੋਠੇ ਨੂੰ ਅੱਗ ਲੱਗ ਗਈ ਜੇ। ਭਾਈ ਜੀ ਅੱਗ ਫੈਲ ਗਈ ਤੇ ਕੀ ਬਣੇਗਾ? ਮੈਂ ਤੇ ਕੱਪੜੇ ਵੀ ਕੰਮ ਤੇ ਜਾਣ ਵਾਲੇ ਪਾਏ ਨੇ। ਚਲੋ ਸਾਜੀ ਜੀ, ਕੀ ਆਇਆ ਕੀ ਆਇਆ? ਮੈਂ ਕਿਹਾ ਤੂੰ ਹੋਂ ਠੰਡਿਆ ਕੀ ਸੜਿਆ? ਵੇ ਨਾਮ ਰੱਖਦਾ ਤੇਰੇ ਮੁੰਡੇ ਕੋਠੇ ਤੇ ਗੁੱਡੀਆਂ ਉਡਾਉਣ ਲੱਗੇ ਸਨ। ਭਾਈ ਬਾਪ ਉਹ ਤੇ ਚਰੋਕਣੇ ਤੇ ਚਲੇ ਗਏ ਨੇ, ਆ ਜ਼ੁਲਫੀ ਅੰਦਰ ਬੈਠਾ ਨਸ਼ਾ ਕਰ ਰਿਹਾ ਹੋਣਾ ਜੀ। ਹਾਏ ਮੇਰਾ ਹੀਰਾ! ਬਿਸਮਿਲਲਾ ਹੀਰਾ, ਤੇਰਾ ਮੰਡੀ ਚ ਆ ਵੀ ਬੜੀ ਮੁਸ਼ਕਲਾਂ ਬਾਹਰ ਆਏ ਆ। ਸਾਡੀ ਜ਼ਮਾਨਤ ਕਿੰਨੇ ਕਰਾਈ? ਜ਼ਮਾਦਾਰ ਨੇ, ਅੱਲਾ ਉਹਨੂੰ ਥਾਣੇਦਾਰ ਨਹੀਂ ਕਰੇ। ਇਹ ਥਾਣੇ ਵਾਲੇ ਵੀ ਬੜੇ ਜ਼ਾਲਮ ਹੁੰਦੇ ਜੇ, ਥਾਂ ਕੁਥਾਂ ਵੇਂਦੇ ਨੀ ਮਾਰੀ ਜਾਂਦੇ ਨੇ। ਇਹ ਮਹੱਲੇ ਵਾਲੇ ਤੇ ਅੱਜ ਇੰਜ ਬਸੰਤ ਮਨਾਉਣ ਡਏ ਨੇ ਜਿਵੇਂ ਮਸ਼ੂਕ ਨੂੰ ਕੋਈ ਗੱਲ ਨੀ ਮਨਾਈ ਦੀ। ਤੇ ਪੁੱਤਰ ਜਿਹੜੇ ਕੰਮ ਚੋ ਬੋ ਆਉਂਦੀ ਉਹ ਛੱਡ ਕੇ ਆਉਣੀ ਦਿੰਦੇ? ਨਾ ਮੁਰਾਦੋ ਤੁਹਾਡੇ ਚੋ ਬੋਲ ਨਿਕਲ ਜਾਏ ਤੇ ਤੁਸੀਂ ਇਨਸਾਨ ਨਾ ਬਣ ਜਾਓ। ਓਏ ਅਸੀਂ ਇਨਸਾਨ ਓਏ, ਕੁਛ ਲੋਕ ਸਾਨੂੰ ਹੈਵਾਨ ਸਮਝਦੇ ਨੇ। ਤੂੰ ਇਨਸਾਨ ਹੁੰਦਾ ਤੇ ਤੇਰੇ ਸਿਰ ਤੇ ਸਿੰਘ ਹੁੰਦੇ, ਤੇਰੀ ਛੋਟੀ ਜਿਹੀ ਪੂਛਲ ਹੁੰਦੀ। ਨਾ ਮੁਰਾਦਾ, ਅਸੀਂ ਤੇ ਬੰਦਿਆਂ ਦੀ ਇਸ ਭੀੜ ਚ ਬੜੀ ਦੇਰ ਤੇ ਇਨਸਾਨ ਲੱਭਣ ਡਏ, ਸਾਨੂੰ ਤੇ ਕਿਧਰੇ ਨਜ਼ਰ ਨਹੀਂ ਆਇਆ। ਅਸੀਂ ਤੈਨੂੰ ਇਨਸਾਨ ਨਹੀਂ ਲੱਗਦੇ ਓਏ? ਤੂੰ ਇਨਸਾਨ ਹੁੰਦਾ ਤੇ ਤੈਨੂੰ ਕਹਿਣ ਦੀ ਲੋੜ ਹੀ ਨਾ ਪੈਂਦੀ, ਤੇਰੀ ਖੁਸ਼ਬੂ ਦੱਸ ਦਿੰਦੀ ਕਿ ਤੂੰ ਇਨਸਾਨ। ਓ ਛੰਗਸਤਾਨ, ਸਾਡੇ ਚੋਂ ਕਿਹੜੀ ਤੈਨੂੰ ਬੋ ਆਉਂਦੀ ਓਏ? ਬੋ ਨਹੀਂ, ਤੇਰੇ ਚੋਂ ਹਮਕ ਆਉਂਦੀ, ਪਰਾਏ ਮਾਲ ਦੀ ਹਮਕ, ਨਜਾਇਜ਼ ਖੁਰਾਕ ਦੀ ਹਮਕ, ਮੁਰਦਾ ਕਹਿਣੋ ਤੇ ਅਸੀਂ ਵੀ ਤੈਨੂੰ ਬਹੁਤ ਕੁਛ ਕਹਿ ਸਕਦੇ ਆ। ਤੇ ਕਹਿ ਲੈ, ਤੂੰ ਥੱਲੇ ਅੰਮੀ ਕੋਲੋਂ ਇਜਾਜ਼ਤ ਲੈਣ ਜਾਣੇ। ਬੱਲੋ, ਅਸੀਂ ਕਿਸੇ ਦੀ ਖਾਤਰ ਚੂਕਾਂ ਚੱਲੇ ਕੁੜੀਏ, ਚੱਲ ਥੱਲੇ। ਭਰਾ ਜੀ, ਕਿਸੇ ਹੋਰ ਚੀਜ਼ ਦੀ ਜ਼ਰੂਰਤ ਨਹੀਂ ਹੈਗੀ। ਖੈਰ ਬੇਟੇ, ਪੁਰਪਾਸ਼ ਇਹ ਮੈਂ ਕਹਿੰਦੀ ਆ ਥੱਲੇ ਮਾਰੇ। ਉਹ ਮਾਏ, ਕਿਉਂ ਥੱਲੇ ਜਾਏ ਭੈਣ ਸਾਡੀ? ਇਹ ਲਾਂਦੀ ਜਾਏ ਹਾਂ ਥੱਲੇ। ਚੱਲ ਥੱਲੇ, ਉੱਤੇ ਆਉਣਾ ਹੁੰਦਾ ਹੀ ਤੇ ਆਪਣੀ ਮਾਂ ਭੈਣ ਨਾਲ ਲੈ ਕੇ ਆਇਆ ਕਰ, ਤਾਂ ਕਿ ਜਿੰਨੇ ਸ਼ਰਮਿੰਦਾ ਸੀ ਹੁੰਦੇ ਆ ਨਾਲ ਤੂੰ ਵੀ ਹੋਵੇਂ। ਉਹ ਛਾਂਗੇ, ਪਸੰਦ ਮਨਾਉਣੀ ਜਾ ਜਾ ਸਾਡੇ ਨਾਲ। ਨਿਕਲ ਜਾ, ਅਸੀਂ ਮਾਮ ਤੋਂ ਹੀ ਮਨਾ ਲੈਂਦੇ ਹੁੰਦੇ। ਅਸੀਂ ਅੱਜ ਬਸੰਤ ਨਹੀਂ, ਅਸੀਂ ਅੱਜ ਆਪਣੇ ਦਿਲ ਦੀ ਮਨਾਵਾਂਗੇ। ਤੇ ਦਿਲ ਸਾਡਾ ਕਰਦਾ ਮਾਂ ਕੋਲੋਂ ਜੁੱਤੀਆਂ ਖਾਣ ਤੇ। ਮਾਂ ਦੀਆਂ ਜੁੱਤੀਆਂ ਦਾ ਸਵਾਦ ਹੀ ਕੁਛ ਹੋਰ ਹੈ, ਫੱਜੇ ਤੇ ਪਾਵਿਆਂ ਨਾਲੋਂ ਬਹੁਤਾ ਮਜ਼ਾ ਆਉਂਦਾ ਹੈ। ਮੈਂ ਕਿਹਾ ਵਾਲਦਾ, ਇੱਕ ਖਾਦ ਜੁੱਤੀ ਦੀ ਤੇ ਪਲੇਟ ਚ ਪਾਈ ਜਾ। ਜੁੱਤੀਆਂ ਪੱਕੀਆਂ ਨੀ ਖਾਣੀਆਂ ਨੀ? ਤੂੰ ਖਾ ਬੈਠਾ ਹੈ? ਨਹੀਂ, ਮੈਂ ਪਰਾਉਣਾ ਉਡੀਕਣ ਡੇ ਆ। ਸਿਆਣੇ ਆਉਂਦੇ ਨੇ ਰਲ ਕੇ ਖਾਣ ਚ ਮਜ਼ਾ ਹੀ ਕੁਛ ਹੋਰ, ਪਰ ਸਿਆਣਿਆਂ ਨੇ ਇਹ ਵਜ਼ਾਹਤ ਨਹੀਂ ਕੀਤੀ ਕਿ ਰਲਣਾ ਕਿੰਨਾ। ਚੁੱਪ ਕਰ ਵੇ ਨਾ ਮਰਾਦਾ, ਤੈਨੂੰ ਤੇ ਨਸ਼ਾ ਕਰ ਕੇ ਮਾਂ ਪਿਓ ਨਾਲ ਗੱਲ ਕਰਨ ਦੀ ਤਮੀਜ਼ ਨਹੀਂ ਰਹਿੰਦੀ। ਉਹ ਮੈਂ ਨਸ਼ੇ 'ਚ ਤੈਨੂੰ ਮੁਨੀਕਾ ਕਹਿ ਬੈਠਾ। ਵੇਖਿਆ ਬਬਲੀ, ਖੈਰ ਖਾਦੀ ਛੰਦੀ ਬੜੀ ਹੈ ਤੂੰ, ਨੀ ਰੋਟੀ ਖਾਣ ਲੱਗੀ ਤੇ ਵੇਖਿਆ
ਸਾਲਨ ਹੀ ਮੁੱਕ ਗਿਆ। ਇਹ ਰੋਟੀ ਖਾਣ ਤੋਂ ਪਹਿਲੇ ਵੇਖਿਆ ਕਰੋ ਨਾ ਸਾਲਨ ਹੈ ਕਿ ਨਹੀਂ। ਦਰੀ ਵਿਛਾ ਕੇ ਭਾਂਡੇ ਭੂੰਡੇ ਖਿਲਾਰ ਕੇ ਫੇਰ ਵੇਂਦੇ ਨੇ ਤਾਂ ਕਿ ਮੰਗਣ ਲੱਗੇ ਆ ਸ਼ਰਮਿੰਦਗੀ ਨਾ ਹੋਏ। ਇਧਰ ਭਰਾ ਬੜੇ ਵਧੀਆ ਦਾਲ ਤੇ ਕੱਦੂ ਪੱਕੇ ਨੇ। ਤੇ ਕਹਿਣ ਵਾਲੀ ਕਿਹੜੀ ਗੱਲ ਹੈ, ਸਾਡੇ ਘਰ ਹੋਰ ਪੱਕਦਾ ਕੀ? ਇੱਕ ਦਿਨ ਦਾਲ ਪੱਕਦੀ ਹੈ, ਦੂਜੇ ਦਿਨ ਦਾਲ ਤੇ ਕੱਦੂ, ਤੀਜੇ ਦਿਨ ਕੱਦੂ ਪੱਕਦੇ ਨੇ, ਚੌਥੇ ਦਿਨ ਕੱਦੂ ਤੇ ਦਾਲ, ਪੰਜਵੇਂ ਦਿਨ ਕੋਈ ਹੋਰ ਸ਼ਾਇਦ ਪਕਾਉਣ ਵੀ ਲੱਗੋ ਤੇ ਕੱਦੂ ਆਪ ਦੌੜ ਕੇ ਦਾਲ 'ਚ ਜਾਵਣ। ਸਾਡੀ ਹਾਂਡੀ 'ਚ ਤੇ ਲੱਗਦਾ ਦਾਲ ਤੇ ਕੱਦੂ ਦੀ ਮੁਹੱਬਤ ਚੱਲਣ ਡਈ। ਮੈਂ ਤੇ ਕਿਸੇ ਦਿਨ ਹਾਂਡੀ ਤੇ ਛਾਪਾ ਪਵਾ ਦੇਣਾ। ਚੀਮੇ ਬੁਲਾਣ ਡਈ ਓਏ, ਮੈਂ ਕੀ ਤੁਹਾਡੇ ਕੋਠੇ ਤੇ ਝੋਕ ਖਾਣ ਡਿਆ? ਤੌਬਾ ਕਰ ਮਾਂ, ਤੌਬਾ ਕਰ, ਕਿਹੜੇ ਭੈੜੇ ਕੰਮ ਕਰਨਾ ਹੂੰ ਮੈਂ? ਨਾ ਮੈਟ੍ਰਿਕ ਵੀ ਕਰ ਜਾਣਾ ਸੀ ਜੇ ਮੈਨੂੰ ਨੀਂਦਰ ਨਾ ਆਉਂਦੀ। ਤੇ ਆਪਣੀ ਮਿਹਨਤ ਨਾਲ ਵੱਡਾ ਹੋਇਆ ਤੂੰ ਤੇ ਇੰਨਾ ਕੁਝ ਜੰਮਿਆ ਸੀ। ਇਹ ਪਿਆਲੀ ਭਰੀ ਸੀ, ਇਹ ਕੁੜੀ ਭਾਰ ਨਾਲ ਥੱਲੇ ਨਹੀਂ ਆਈ। ਹਾਏ ਹਾਏ, ਸਾਡੇ ਨਸੀਬ ਭੈੜੇ, ਸਾਰੀ ਦੁਨੀਆ ਤਰੱਕੀ ਕਰ ਗਈ ਹੈ ਪਰ ਤੂੰ ਇੱਥੇ ਦਾਇਰ ਨਹੀਂ ਹੈ। ਥੋੜੀ ਤਰੱਕੀ ਕੀਤੀ ਹੈ, ਵਿਹੜੇ ਚੋਂ ਤਰੱਕੀ ਕਰਕੇ ਕੋਠੇ ਤੇ ਆ ਗਏ, ਹੁਣ ਇੱਥੋਂ ਤਰੱਕੀ ਕਰਕੇ ਤੇ ਤੁਹਾਡੇ ਘਰ 'ਚ ਬਹਿਣ ਹੀ ਪੈਣੀ ਜੀ। ਮਾਂ ਚਾਹੁੰਦੀ ਸੀ ਇਹਦਾ ਪੁੱਤਰ ਪਾਇਲਟ ਬਣਿਆ ਸੀ, ਡਾਇਰੈਕਟ ਜਹਾਜ਼ ਬਣ ਗਏ। ਤੇ ਜਿਸ ਮਾਂ ਦਾ ਆਪਣਾ ਜਹਾਜ਼ ਹੋਵੇ ਉਹਦਾ ਤੇ ਬਾਈ ਖਾਨਦਾਨਾਂ 'ਚ ਜ਼ਿਕਰ ਆਉਣਾ ਚਾਹੀਦਾ, ਸਾਡੀ ਮਾਂ ਦਾ 2.5 ਕਰੋੜ 'ਚ ਨਹੀਂ ਆਉਣ ਡੇ। ਮਾਸੀ, ਮੁੰਡਾ ਜਹਾਜ਼ ਬਣ ਗਿਆ ਹੀ, ਇਹਦੇ ਲਈ ਏਅਰਪੋਰਟ ਦਾ ਬੰਦੋਬਸਤ ਕਰ। ਇਹ ਪਾਕਿਸਤਾਨੀ ਜਹਾਜ਼ ਇਹ ਗਲੀ 'ਚ ਹੀ ਲੈਂਡਿੰਗ ਕਰ ਜਾਂਦਾ, ਕੰਪਿਊਟਰ ਵਾਲਾ ਜਹਾਜ਼ ਹੈ। ਨਾ ਇਹਨੇ ਸਵਾਰੀਆਂ ਚੁੱਕਣੀਆਂ ਨੇ, ਨਾ ਇਹਨੇ ਆਪਣਾ ਭਾਰ ਚੁੱਕਣਾ, ਜਿੱਥੇ ਮਰਜ਼ੀ ਲਾ ਲਓ ਤੇ ਜਦੋਂ ਮਰਜ਼ੀ ਚਾਲ ਲਓ। ਲੈਣ ਚੱਲ ਰਿਹਾ, ਕਿਸੇ ਦਿਨ ਦੇਣ ਦੇਣ ਵੀ ਸ਼ੁਰੂ ਹੋ ਜਾ। ਸ਼ਰਮ ਆਣੀ ਚਾਹੀਦੀ ਹੈ ਤੈਨੂੰ। ਐਸ ਤੇਰੀ ਗੱਲ ਨਾਲ ਮੈਂ ਇਤਫਾਕ ਕਰ। ਮੱਲੇ ਵਾਲੇ ਕੀ ਕਹਿਣਗੇ? ਉਹ ਮੱਲੇ ਵਾਲਿਆਂ ਨੂੰ ਮਾਰ ਗੋਲੀ, ਅਸੀਂ ਮੱਲੇ ਵਾਲਿਆਂ ਕੋਲੋਂ ਲੈ ਕੇ ਪੀਨੇ ਆ। ਹਾਏ ਵੇ, ਤੇਰੇ ਪਿਓ ਦੇ ਮਰਨ ਤੋਂ ਬਾਅਦ ਮੈਂ ਸੋਚਿਆ ਸੀ ਕਿ ਦੂਜਾ ਕਰ ਲਵਾਂ, ਉਹ ਤੇ ਮੈਂ ਨਾ ਹਥਰਾ ਹੁੰਦਾ ਤੇ ਤੂੰ ਤੇ ਪਿੰਕ ਰੰਗ ਦੀ ਸਾੜੀ ਬਣਵਾ ਲਈ। ਤੂੰ ਕੀ ਸਮਝਦੀ ਮੈਂ ਨਸ਼ਈ ਆ? ਮੈਨੂੰ ਸਾਰਾ ਪਤਾ, 6-7 ਮਹੀਨੇ ਤੂੰ 2 ਪੁੱਤਾਂ ਕਰਕੇ ਵੀ ਫਿਰੀ। ਜੋ ਮੂੰਹ ਵਿੱਚ ਆਉਂਦਾ ਕੱਢ ਦਿੰਦਾ ਹੈ। ਮਰ ਜਾਣਾ, ਮੈਂ ਇਹ ਸੋਚਿਆ ਸੀ ਤੇਰੇ ਪਿਓ ਦੇ ਮਰਨ ਤੋਂ ਬਾਅਦ ਕਿ ਤੂੰ ਇਸ ਘਰ ਦੀ ਛੱਤ ਬਣੇਗਾ। ਛੱਤ ਛੱਤ ਵੀ ਮੈਂ ਬਣ ਜਾਣਾ ਸੀ ਜੇ ਸਰੀਆ ਨਾ ਥੋੜਦਾ। ਚੱਲ ਵੇ ਚੱਲ, ਉਹਦੇ ਪੈਸੇ ਵਾਪਸ ਕਰ, ਨਹੀਂ ਤੇ ਕੀ ਹੋਏਗਾ।
ਪੈਸੇ ਵਾਪਸ ਕਰੋ ਤੇ ਇਹਦੇ ਮੈਂ ਤੇਰੇ ਨਾਲ ਨਹੀਂ ਬੋਲਣਾ। ਉਹ ਤੇ ਨਾ ਬੋਲ, ਅਸੀਂ ਬੜਾ ਦੋਵੇਂ ਰਲ ਕੇ ਫੈਕਟਰੀ ਚਲਾਣ ਦੇ। ਮਸੂਕ ਕਵੇ ਨਹੀਂ ਬੋਲਣਾ ਤੇ ਬੰਦਾ ਗੁੱਸਾ ਵੀ ਕਰਦਾ, ਭੈਣ ਕਵੇ ਪਰੇ ਮਰੇ। ਚਲ ਠੀਕ ਹੈ ਫਿਰ, ਚੰਗਾ ਮਜ਼ਾਕ ਅਸੀਂ ਥੱਲੇ ਵਾਲੀ ਸਟੋਰੀ ਤੇ ਬੇਸ ਧੋਣ ਦੇ। ਹਾਏ ਮੇਰੇ ਨਸੀਬ, ਰੱਬ ਨੇ ਮੈਨੂੰ ਕਿੰਨਾ ਸੋਹਣਾ ਤੇ ਕਿੰਨਾ ਜਵਾਨ ਪੁੱਤਰ ਦਿੱਤਾ ਹੈ, ਫਿਰ ਵੀ ਮੈਂ ਆਪਣੇ ਆਪ ਨੂੰ ਬੇ ਔਲਾਦ ਹੀ ਸਮਝਨੀ। ਅਸੀਂ ਤੇ ਜੰਮੇ ਪਏ ਆ, ਹੁਣ ਤੂੰ ਹੀ ਨਾ ਮਹਿਸੂਸ ਕਰੇ ਤੇ ਅਸੀਂ ਕੀ ਕਰੀਏ। ਕਿਉਂ ਬੇ ਔਲਾਦ ਸਮਝਨੀ ਹੈ, ਜੰਮੇ ਨਹੀਂ ਹੋਏ ਅਸੀਂ? ਕੀ ਚਾਹੁੰਦੀ ਸਾਂ, ਤੇਰੇ ਘਰ ਹਾਥੀ ਹੋ ਪੈਂਦਾ ਜਾਂ ਅਖਬਾਰ ਚਾਹੁੰਦਾ ਇੱਕ ਮਾਈ ਕੇ ਘਰ ਦਰਜਨ ਬੱਚੇ ਇਕੱਠੇ ਹੋਏ? ਕਿਸ ਤਰ੍ਹਾਂ ਤੂੰ ਬੇਬੇ ਬਣਨਾ ਸੀ ਦੱਸ ਤੇ ਸਹੀ। ਚੁੱਪ ਕਰ ਵੇ ਨਾ ਮਰਾ ਤਾਂ ਚੁੱਪ ਕਰ। ਓ ਮਾਂ ਤੂੰ ਹੁਕਮ ਕਰ, ਆਰਡਰ ਲਾ ਪੁੱਤਰਾਂ ਤੇਰੇ, ਹੁਕਮ ਕਰ, ਅਸੀਂ ਤੇਰੇ ਵਾਸਤੇ ਕੀ ਕਰੀਏ? ਤੈਨੂੰ ਕੀ ਹੁਕਮ ਕਰਨੇ, ਤੂੰ ਤੇ ਆਪਣੇ ਵਾਸਤੇ ਕੁਝ ਨਹੀਂ ਕਰ ਸਕਦਾ, ਤੇ ਸਾਡੇ ਲਈ ਕੀ ਕਰੇਗਾ? ਤੋ ਤੂੰ ਹੁਕਮ ਕਰ ਭੈਣ ਮੇਰੀਏ, ਤੇਰੇ ਲਈ ਅਸਮਾਨ ਤੋਂ ਤਾਰੇ ਤੋੜ ਕੇ ਲੈ ਆਈ। ਤੂੰ ਹੁਕਮ ਕਰੇ ਤੇ ਚੰਨ ਤੇ ਜਾ ਕੇ ਉੱਥੇ ਬਹਿ ਕੇ ਜੋੜਾ ਭਰ ਕੇ ਪੀ ਆ। ਹੁਕਮ ਕਰ, ਹੁਕਮ ਕਰ, ਜੇ 100 ਪੰਜਾਹ ਕਮਾ ਲਵੇ ਨਾ ਤੇ ਸਾਡੇ ਵਾਸਤੇ ਉਹ ਵੀ ਬੜਾ ਹੈ। ਇਹ ਜ਼ਰਾ ਮੁਸ਼ਕਲ ਕੰਮ, ਮੈਂ ਕਿਸੇ ਦੇ ਥੱਲੇ ਨਹੀਂ ਲੱਗ ਸਕਦੀ। ਅਕਲ ਘਰ, ਤੇਰੇ ਘਰ ਜੰਮ ਕੀ ਪਏ ਆ, ਤੂੰ ਹਾਥੀ ਚੁੱਕ ਲਈ। ਆਰਾਮ ਕਰ, ਮੇਰੇ ਕੋਲੋਂ ਕੁੱਟ ਨਾ ਖਾ ਲਵੀ। ਮੈਂ ਬੇਵਾ ਔਰਤ ਸਮਝ ਕੇ ਕੁਛ ਕਹਿੰਦਾ ਨੀ, ਤੂੰ ਸਿਰ ਤੇ ਚੜ੍ਹਦੀ ਜਾਣੀ।
ਨਾ ਮੁਰਾਦੇ ਸਾਨੂੰ ਤਾਂ ਕੋਈ ਦੋਸਤੀ ਕਰਮ ਅਸੀਂ ਲੱਭਦੀ ਨੀ, ਇਹਦੇ ਕੋਲੋਂ ਵੀ ਦਿਲ ਖੱਟਾ ਕਰਾਉਣ ਨਹੀਂ। ਚੱਲ ਚੱਲ ਪਹਿਲੇ ਨਾਸਾ ਸੁਆ ਗਿਆ। ਕੀ ਜ਼ਿੰਦਗੀ ਹੈ ਸਾਡੀ, ਕੱਲ ਸੈਂਡ ਫਿਲਮ ਵੇਖਣ ਵਾਸਤੇ ਗਈਆਂ, ਇੱਕ ਪਾਸੇ ਔਰਤਾਂ ਦੀ ਲਾਈਨ ਲੱਗੀ ਸੀ, ਇੱਕ ਪਾਸੇ ਮਰਦਾਂ ਦੀ ਲਾਈਨ ਲੱਗੀ ਸੀ। ਮੈਂ ਔਰਤਾਂ ਦੀ ਲਾਈਨ ਦੇ ਵਿੱਚ ਖਲੋਤੀਆਂ, ਔਰਤਾਂ ਨੇ ਮੈਨੂੰ ਵੇਖਿਆ, ਉਹਨਾਂ ਦੀਆਂ ਚੀਕਾਂ ਨਿਕਲ ਗਈਆਂ। ਮੈਂ ਭੱਜ ਕੇ ਮਰਦਾਂ ਦੀ ਲਾਈਨ 'ਚ ਵੜੀਆਂ, ਉੱਥੇ ਮੇਰੀਆਂ ਆਪਣੀਆਂ ਨਿਕਲ ਗਈਆਂ। ਫਿਰ ਇਹਨੇ ਕੀ ਜਵਾਬ ਦਿੱਤਾ? ਮੈਂ ਕਿਹਾ ਜੀ ਸ਼ਬਿਸਤਾਨ ਵਿੱਚ। ਉਹ ਕਹਿੰਦੇ ਰੋਜ਼ੇ ਨੇ ਜਿਹੜੇ ਸ਼ਬਿਸਤਾਨ ਚ ਥੱਲੇ ਚੱਲ। ਕੀ ਅਰੀ ਕਿਹਾ ਤੁਹਾਨੂੰ, ਕੋਠੇ ਦੇ ਮੁੰਡੇ ਲੋਬਲ ਚੜੇ ਪਏ ਨੇ। ਕੀ ਕਰਾਂ, ਥੱਲੇ ਮੇਰਾ ਦਿਲ ਹੀ ਨਹੀਂ ਲੱਗਦਾ। ਤੈਨੂੰ ਦੋ ਬੋਰੀਆਂ ਗੰਨਿਆਂ ਦੀਆਂ ਲੈ ਕੇ ਦੇਣਾ, ਕੱਟਦੀ ਰਹੀ ਰੋਂਦੀ ਰਹੀ ਜੰਮਣ ਵਾਲਿਆਂ ਨੂੰ। ਚੀਮਿਆਂ, ਮੈਂ ਤੇਰੀ ਵਜ੍ਹਾ ਨਾਲ ਮਹੱਲਾ ਛੱਡ ਦੇਣਾ, ਮੈਂ ਤੈਨੂੰ ਦੱਸਾਂ। ਅੱਛਾ, ਮੇਰੀ ਵਜ੍ਹਾ ਨਾਲ ਮਹੱਲਾ ਛੱਡ ਦੇਣਾ ਤੇ ਉਹ ਮਹੱਲਾ ਆਪਣੀ ਵਜ੍ਹਾ ਨਾਲ ਛੱਡ ਗਿਆ? ਮੈਂ ਤਾਂ ਮਕਾਨ ਹੀ ਵੇਚ ਦੇਣਾ ਸੀ, ਮਾਲਕ ਮਕਾਨ ਹੀ ਨਹੀਂ ਮੰਨਣ ਦਿਆ। ਆਏ ਮੈਂ ਸੱਚੇ, ਕਿੱਡਾ ਸੋਹਣਾ ਬੋਲਦਾ ਈ ਚੀਮਿਆਂ, ਐ ਭਾਈ ਵੈਲਡਿੰਗ ਕਰਦਾ। ਕਿਉਂ ਤੁਸੀਂ ਸੁਚਲੂਆਂ ਨੇ? ਨਹੀਂ ਜੀ, ਉਹਨਾਂ ਨੇ 3 ਫੇਸ ਸੁਚ ਲਵਾਉਣਾ ਹੈ। ਮੈਂ ਕੌਣ ਹਾਂ? ਗੁਲੈਰੀ ਸ਼ੋਪ, ਗੁਲੈਰੀ ਸ਼ੋਪ। ਮੈਂ ਕੀ ਤੁਹਾਡੀ ਦਰੇਕ ਤੇ ਤਰਕੋਣੇ ਪੁੱਟ ਲੈ ਨੇ? ਇਹੋ ਜਿਹੇ ਬੰਦੇ ਸਟੇਸ਼ਨ ਤੇ ਐਕਸਰੇ ਵਿਖਾ ਕੇ ਮੰਗਣ ਦੇ। ਇਹੋ ਜਿਹੇ ਕੁਛ ਵੀ ਨੀ ਮਹਾਂਦੇ ਤੇ ਮੰਗ ਲੈਂਦੇ। ਇਹੋ ਜੇ ਬੰਦੇ ਯਾਦਗਾਰ ਨੂੰ ਦਰਬਾਰ ਸਮਝ ਕੇ ਦੁਆ ਮੰਗਣ ਲੱਗ ਗਏ। ਤੇ ਇਹੋ ਜਿਹਾ ਪੈਟਰੋਲ ਪੰਪ ਤੇ ਲਾਈਟਾਂ ਲੱਗੀਆਂ ਵੇਖ ਕੇ ਦੁਆ ਸ਼ੁਰੂ ਕਰ ਦਿੰਦੇ, ਬਾਬਾ ਪੈਟਰੋਲ ਸਾਈ ਸਾਡੀ ਸੁਜ਼ੂਕੀ ਜ਼ਰਾ ਫਸ ਕੇ ਚੱਲਦੀ ਏ। ਚੀਮਿਆਂ, ਇਹ ਕੁੜੀ ਕੌਣ? ਤੁਸੀਂ ਦੋਵਾਂ ਪਿਓ ਧੀ ਨੇ ਨਾ, ਮੇਰੇ ਕੋਲ ਦੰਦਾਂ ਤੇ ਪੈਰ ਹੀ ਖਾ ਲੈਣੇ। ਉਹ ਨਾਚੇ ਨੂੰ ਕੁੜੀ ਕਹਿਣ ਦਿਓ, ਕੀ ਹੋਵੇ ਤੇਰੇ ਤਮਾਮਾਂ ਨੂੰ? ਓਏ, ਤੈਨੂੰ ਕਿੰਨੀ ਵਾਰੀ ਕਿਹਾ ਔਰਤਾਂ ਦੇ ਕੱਪੜੇ ਬਦਲ ਕੇ ਮਰਦਾਂ ਦੇ ਪਾ? ਅੜਿਆ, ਤਾਂ ਮਰਦਾਂ ਵਾਲੇ ਕੱਪੜੇ ਪਾ ਲਾ, ਤੇਰੀ ਤਾਂ ਤਬੀਅਤ ਹੋਰ ਤੋਂ ਹੋਰ ਹੋ ਜਾਂਦੀ ਹੈ। ਮੇਰਾ ਦਿਲ ਚਾਹੁੰਦਾ ਮੈਂ ਲਾਟਰੀ ਚਾਰਜ ਕਰਾਂ, ਫਾਇਰਿੰਗ ਕਰਾਂ।
ਆ ਕੀ ਕੀਤਾ ਈ ਫਰਖੰਦਾ ਨਾਚ ਗਾਣੇ ਸੁਣਾਓ ਜਿਹੋ ਜਿਹਾ ਤਮਾਸ਼ਬੀ ਓਹੋ ਜੀ ਤੋਂ ਹੈ ਤੂੰ ਜ਼ਾਲਮੇ ਬੇਵਫਾ ਹੈ ਚਾਹੀਏ ਵੇ ਵੇ ਕਦਰੇ ਮਰ ਦੋ ਚੰਗੀਆਂ ਕਦਰਾਂ ਪਿਆਰ ਦੀਆਂ ਪਾਉਂਦੇ ਹੋ ਅਸੀਂ ਮਿਲਣ ਲਈ ਤਰਸਦੇ ਰਹਿੰਦੇ ਤੁਸੀਂ ਹੀ ਮਿਲਣ ਨਹੀਂ ਆਉਂਦੇ ਹੋ ਕੱਟ 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 ਜਿੰਦਾ ਜਿੰਦਾ ਕੱਟ 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 ਤਰਗੜਦਾ 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 ਸੁਭਾਨ ਅੱਲਾ ਵੇਲਾ ਹੀ ਖਲੋਤਾ ਰਹਿੰਦਾ ਮੇਰੇ ਨਾਲ ਕੰਮ ਤੇ ਚੱਲਿਆ ਕਰ ਕਹਿੰਦਾ ਮੈਨੂੰ ਕੰਮ ਤੇ ਚੱਲਿਆ ਕਰ ਇਹ ਕੋਈ ਕੰਮ ਨੇ ਜਿਹੜੇ ਤੂੰ ਫੜੇ ਹੋਏ ਨੇ ਮੈਂ ਕਿਹਾ ਨੀਪ ਸਾਹਿਬ ਕੀ ਹੋ ਰਿਹਾ ਜਨਾਬ ਇਹ ਪਸੰਦ ਨੇ ਸਾਰਾ ਏਰੀਆ ਵੀ ਖਰਾਬ ਕਰਤਾ ਯਾਰ ਓਏ ਹਜ਼ੂਰ ਇਹ ਪਸੰਦ ਨੇ ਏਰੀਆ ਵੀ ਖਰਾਬ ਕੀਤਾ ਹਾਂ ਇਹ ਏਰੀਆ ਦੇ ਥੱਲੇ ਕਾਂ ਆ ਗਿਆ ਜੇ ਮੈਂ ਕਹਿ ਰਿਹਾ ਨਾ ਦੂਰੋਂ ਮੈਂ ਕਾਂ ਹੀ ਲੱਗਦਾ ਹੋਵਾਂ ਨਹੀਂ ਬਾਬੇ ਤੁਸੀਂ ਨੇੜੇ ਵੀ ਕਾਂ ਵੀ ਲੱਗਦੇ ਹੋ ਨਹੀਂ ਨਹੀਂ ਨੇੜੇ ਆਏਗਾ ਤੇ ਮੋਲ ਨਿਕਲੇਗਾ ਇਹ ਹੋ ਕੀ ਰਿਹਾ ਹਜ਼ੂਰ ਯਾਰ ਸਟੇਸ਼ਨ ਹੀ ਨਹੀਂ ਆ ਰਿਹਾ ਟੋਰਾਂ ਨੇ ਸਾਰਾ ਖਰਾਬ ਕਰਤਾ ਤੇ ਲਾਇਆ ਕੀ ਹੋਇਆ ਜੀ ਪੀਟੀਵੀ ਪੀਟੀਵੀ ਲਾਇਆ ਜੀ ਹਾਂ ਬਜ਼ੁਰਗੋ ਮਤ ਮਾਰੀ ਕੀ ਤੁਹਾਡੀ ਉਹ ਦਫਾ ਕਰਾਓ ਪੀਟੀਵੀ ਨੂੰ ਅੰਗਰੇਜ਼ੀ ਸਟੇਸ਼ਨ ਲਾਓ ਤੁਹਾਨੂੰ ਮਜ਼ੇ ਆ ਜਾਣ ਅੰਗਰੇਜ਼ੀ ਸਟੇਸ਼ਨ ਹਾਂਜੀ ਰਾਤੀ ਨਿੱਕਰ ਪਾ ਕੇ ਇੱਕ ਮੇਮ ਨੇ ਗਾਣਾ ਗਾਇਆ ਟੀਵੀ ਦੇ ਪੈਸੇ ਪੂਰੇ ਹੋ ਗਏ ਨਿੱਕਰ ਪਾ ਕੇ ਹਾਂਜੀ ਜਿਹੜੀ ਐਨੀ ਐਨੀ ਹੁੰਦੀ ਹਾਂਜੀ ਐਨੀ ਐਨੀ ਥੱਲੇ ਕੁਛ ਨੀ ਹੁੰਦਾ ਨਹੀਂ ਚੱਬੀਆਂ ਵੀ ਨਹੀਂ ਡੱਬੀਆਂ ਵੀ ਫੜਾਉਂਗਾ ਮੈਂ ਤੇ ਇਹ ਸੋਚ ਸੋਚ ਕੇ ਕਿ ਡੱਬੀਆਂ ਦੇ ਪਿੱਛੇ ਕੀ ਹੋ ਜਾਣਾ ਤਿੰਨ ਚਾਰ ਡੱਬੀਆਂ ਸਿਗਰਟਾਂ ਦੀਆਂ ਪੀ ਜਾਣਾ ਸਾਡੇ ਟੀਵੀ ਚ ਅੰਗਰੇਜ਼ੀ ਸਟੇਸ਼ਨ ਹੀ ਨਹੀਂ ਵਰਦਾ ਹਜ਼ੂਰ ਇਹ ਘੁਮਾਓ ਨਾ ਇਹਨੂੰ ਸੇਠ ਸਾਹਿਬ ਦੀ ਡਿਸ਼ਲ ਕਿਹੜੇ ਸੇਠ ਸਾਹਿਬ ਸੇਠ ਸਾਹਿਬ ਭਾਂਡਿਆਂ ਦੇ ਨੇ ਆਹੋ ਜਦੋਂ ਦੀ ਉਹਨਾਂ ਨੇ ਡਿਸ਼ ਲਾਈ ਹੈ ਸਾਡਾ ਟੀਵੀ ਸਾਰੇ ਸਟੇਸ਼ਨ ਫੜਨ ਦੇ ਸੁਆਵਾਂ ਦਾ ਚੱਕਰ ਹੈ ਸੁਆਵਾਂ ਦਾ ਚੱਕਰ ਅੱਛਾ ਹਾਂਜੀ ਉਹਨਾਂ ਦੇ ਘਰ ਆ ਉਹਨਾਂ ਦੇ ਘਰ ਆ ਕਰੋ ਐਦਾਂ ਕਰੋ ਉਧਰ ਨਹੀਂ ਉਧਰ ਤੇ ਤੰਦੂਰ ਵਾਲੀ ਦਾ ਘਰ ਹੀ ਆਹੋ ਐਵੇਂ ਫਿਰ ਦਾਣੇ ਦਾਣੇ ਆਣਗੇ ਜ਼ਰਾ ਇੱਧਰ ਕਰੋ ਐਦਾਂ ਥੋੜਾ ਜਿਹਾ ਦੇਰ ਨੱਕ ਜੁਗਲੀ ਫੇਰੋ
ਕੋਵਾਂ ਦਾ ਚੱਕਰ ਚਲੋ ਤੇ ਹੱਥ ਪਾਓ ਤਰਲਾ ਤੇ ਪਾਓ ਚਲੋ ਥੋੜਾ ਰੱਖੋ ਉਤਰਾ ਥਲੇ ਪਾਓ ਉਤਰਾ ਉਤਰਾ ਚਲੋ ਥੋੜਾ ਰੱਖੋ ਦੋਵੇਂ ਹੱਥ ਉੱਤੇ ਰੱਖੋ ਇੱਕ ਹੁਣ ਇੰਨੇ ਨਾ ਲਾਓ ਕੋਵਾਂ ਦਾ ਚੱਕਰ ਕੋਵਾਂ ਕੋਵਾਂ ਦਾ ਥੋੜਾ ਹਾਂਜੀ ਥੋੜਾ ਇਸੋ ਨਸ਼ਾ ਮਹਿੰਗਾ ਕਰੀ ਜਾਣ ਦੇ ਠੰਡ ਮਹਿੰਗੀ ਹੁੰਦੀ ਹੈ ਤੇ ਜਲੂਸ ਕੱਢਣ ਲੱਗ ਪਈ ਨਸ਼ਾ ਮਹਿੰਗਾ ਹੁੰਦਾ ਕੋਈ ਬੋਲਦਾ ਹੀ ਨਹੀਂ ਮੈਂ ਬੜੀ ਵਾਰੀ ਸੋਚਿਆ ਜਲੂਸ ਕੱਢੀਏ ਮਗਰ ਡਰ ਲੱਗਦਾ ਪੁਲਿਸ ਇਹ ਹੀ ਨਾ ਸਮਝੇ ਯਾਰ ਇਕੱਠੇ ਹੋਏ ਨੇ ਮਾਰੀ ਛੱਡੋ ਇਸ ਦੌਰ ਵਿੱਚ ਕੁੜੀ ਲੱਭਣੀ ਬੜੀ ਮੁਸ਼ਕਲ ਤੋਬਾ ਟੀਵੀ ਚੋਂ ਨਿਕਲਣਾ ਕੁੜੀ ਬੜੀ ਮੁਸ਼ਕਲ ਗੱਲ ਖੈਰ ਰਿਸ਼ਤਾ ਦਿਓ ਨਿਕਲ ਲੱਭਦੇ ਫਿਰਦੇ ਹੋ ਕੀ ਪ੍ਰੋਗਰਾਮ ਜੇ ਭੂਤਾ ਹੀ ਹੈ ਕੀ ਕਰਨੀ ਹੂੰ ਨਿਕਲ ਨਹਿਰ ਤੇ ਨਹਾਉਣ ਜਾਣਾ ਜਿਸ ਨਹਿਰ ਤੇ ਤੂੰ ਨਾ ਆਇਆ ਫਿਰ ਉਹ ਨਹਿਰ ਵਿਚਾਰੀ ਕਿੱਥੇ ਨਹਾਉਣ ਜਾਏਗੀ ਉਹ ਜਾ ਕੇ ਸਮੁੰਦਰ ਚ ਗੁਸਲ ਕਰੇ ਬਹੁਤ ਅੱਛੇ ਪੂਰੀ ਦੁਨੀਆ ਦਾ ਪਾਣੀ ਗੰਦਾ ਕਰ ਅਮਨ ਕਰ ਤੂੰ ਆਪਣੇ ਕੋਠੇ ਤੇ ਰਹਿ ਅਮੀਨਾ ਵਿੱਚ ਬੋਲਿਆ ਕਰ ਉਹ ਕੀ ਕਰਨੀ ਕੀ ਹੋ ਨਹੀਂ ਕਰ ਕੁਛ ਵੀ ਨਹੀਂ ਕੁਛ ਵੀ ਨਹੀਂ ਮੈਨੂੰ ਦੱਸ ਦਿਓ ਨਹੀਂ ਤੇ ਮੈਂ ਸਾਰੇ ਮਹੱਲੇ ਨੂੰ ਕਹਿ ਦੇਵਾਂਗਾ ਚਾਚਾ ਉੱਤੇ ਚੜ ਕੇ ਕੋਠੇ ਤੇ ਕੁੜੀਆਂ ਨੂੰ ਛੇੜਦਾ ਨਹੀਂ ਪਤਾ ਕੀ ਉਹ ਮੈਨੂੰ ਕਿਸੇ ਨੇ ਕਿਹਾ ਸੀ ਕਿ ਨਾ ਟੀਵੀ ਚ ਨਾ ਨਿਕਲ ਪਾ ਕੇ ਨਾ
ਤਾਰਕ ਅਜ਼ੀਜ਼ ਨੂੰ ਨਾਮ ਕਰ ਕਰਦੇ ਹੋਰ ਕੋਈ ਚੱਕਰ ਨਹੀਂ ਵਿੱਚ ਹੁਣ ਨਾ ਮੁਰਾਦਾ ਉਹਨੇ ਚੋਣਾਂ ਵਾਲੇ ਕੁੜਤੇ ਪਾ ਪਾ ਕੇ ਪੂਰੇ ਫੈਸਲਾਬਾਦ ਦਾ ਖੱਦਰ ਮੁਕਾ ਛੱਡਿਆ ਤੂੰ ਉਹਨੂੰ ਨਿਕਰਾਂ ਪਾਉਣ ਨੇ ਸਹੀ ਦੱਸੋ ਕੀ ਚੱਕਰ ਹੈ ਤੁਹਾਡੇ ਘਰ ਅੰਗਰੇਜ਼ੀ ਸਟੇਸ਼ਨ ਆਉਂਦਾ ਕਿੱਥੇ ਸੋਹਣੇ ਜਦੋਂ ਦੇ ਵਾਲਦ ਸਾਹਿਬ ਬਹੁਤ ਹੋਏ ਨੇ ਸਕੇ ਮਾਮੇ ਚਾਚੇ ਨੀ ਵੜਦੇ ਤੂੰ ਅੰਗਰੇਜ਼ੀ ਸਟੇਸ਼ਨ ਆ ਯਾਰ ਟੀਵੀ ਵਾਲੇ ਦੀ ਗੱਲ ਕਰ ਰਿਹਾ ਟੀਵੀ ਵਾਲਾ ਵੀ ਆਉਂਦਾ ਸੀ ਕਿਸ਼ਤਾਂ ਲੈਣ ਵਾਸਤੇ ਫਿਰ ਮੈਂ ਟੀਵੀ ਵੇਚ ਕੇ ਪਾਊਡਰ ਪੀ ਗਿਆ ਉਹ ਵੀ ਹੁਣ ਦੂਰੋਂ ਗਾਲਾਂ ਕੱਢ ਕੇ ਟੁੱਟ ਜਾਂਦੇ ਆ ਯਾਰ ਟੀਵੀ ਵਾਲਾ ਚੈਨਲ ਸਾਡੇ ਘਰ ਟੀਵੀ ਕੋਈ ਨੀ ਤੇ ਸਾਨੂੰ ਕੀ ਪਤਾ ਚੈਨਲ ਕਿਹੜਾ ਮੈਂ ਵੀ ਮਗਜ਼ ਖਰਾਬ ਕਰਨ ਡਿਆ ਚੈਨਲ ਤੇਰੀਅਲ ਕੀ ਘੁਮਾਣ ਡੀ ਆ ਉਹ ਸੇਠ ਨੇ ਭਾਂਡਿਆਂ ਵਾਲੇ ਆਹੋ ਉਹਨਾਂ ਨੇ ਜਦੋਂ ਦਾ ਡਿਸ਼ ਲਵਾਇਆ ਨਾ ਉਹਦੀਆਂ ਛੋਵਾਂ ਨਾਲ ਲੈਣੇ ਚੀਮਾਂ ਨੀ ਚੀਮਾਂ ਆਹੋ ਉਹ ਉਹਨਾਂ ਦਾ ਏਰੀਅਲ ਛੋਵਾਂ ਨਾਲ ਅੰਗਰੇਜ਼ੀ ਟੈਸਟ ਖਿੱਚਦੇ ਤੇ ਤੂੰ ਵੀ ਏਰੀਅਲ ਭਾਂਡਿਆਂ ਵਾਲੇ ਜਿਹੜੇ ਸੇਠ ਨੇ ਉਹਨਾਂ ਨਾਲ ਕਰਦੇ ਤੇਰਾ ਵੀ ਟੈਸ਼ਨ ਆ ਗਿਆ ਆਹੋ ਤਾਂ ਵੀ ਕਰ ਰਿਹਾ ਇੱਧਰ ਕਰਦੇ ਇੱਧਰ ਰਹਿੰਦੇ ਨੇ ਆਹੋ ਆ ਸੇਠ ਭਾਂਡਿਆਂ ਵਾਲੇ ਹਾਂ ਇੱਧਰ ਕਰ ਸੋ ਆ ਠੀਕ ਹੈ ਜਿਨ੍ਹਾਂ ਨੇ ਈਦ ਤੇ ਊਂਟ ਲਾਲ ਕੀਤਾ ਹਾਂ ਇੱਧਰ ਕਰ ਇੱਧਰ ਯਾਰ ਜਿਨ੍ਹਾਂ ਦਾ ਵੱਡਾ ਮੁੰਡਾ ਕਾਲਜ ਵੀ ਜਾਂਦਾ ਆਹੋ ਆਹੋ ਇੱਧਰ ਕਰ ਸੋ ਇਹ ਪਿਛਲੇ ਮਹੀਨੇ ਬੱਚੀ ਦੀ ਸ਼ਾਦੀ ਵੀ ਕੀਤੀ ਨੇ ਬਿਲਕੁਲ ਇੱਧਰ ਕਰ ਏਰੀਅਲ ਨੂੰ ਰਸਾ ਨਾ ਲਾ ਦੇ ਸ਼ਹਿਰ ਭਾਂਡੇ ਵਾਲਾ ਘਮੂਰੇ ਚ ਬੈਠਾ ਕਦੀ ਆਦਰ ਕਦੀ ਉਧਰ ਕਦੀ ਥੱਲੇ ਅਮਨ ਕਰ ਇੱਧਰ ਕਰ ਨਹੀਂ ਕਰਦਾ ਆਪਣੇ ਘਰ ਦਾ ਤੂੰ ਨਿਸ਼ਈਆ ਬੁੜਵਾ ਲਿਆ ਨਹੀਂ ਮੈਂ ਤੈਨੂੰ ਦੱਸਾਂ ਕਿੱਧਰ ਕੀਤਾ ਕਿੱਧਰ ਮਰਜ਼ੀ ਕੀਤਾ ਇਹ ਵੀ ਅੱਲਾਹ ਤਾਲਾ ਨੇ ਮਹੱਲੇ ਨੂੰ ਅਜੀਬ ਹੀ ਕਾਰਟੂਨ ਦਿੱਤਾ ਵਾਵਾ ਰੌਣਕ ਲਾਈ ਰੱਖਦਾ ਚਾਚਾ ਖੈਰ ਹੋਵੇ ਇਧਰੋਂ ਤੇ ਮੈਂ ਫੁੱਲ ਮਾਰਿਆ ਸੀ ਉਧਰ ਜਾ ਕੇ ਮੇਰਾ ਖਿਆਲ ਰੋੜਾ ਬਣ ਕੇ ਤੁਮਨੇ ਫਿਰ ਨਸ਼ਾ ਕੀ ਹੋਇਆ ਨਾ ਉਹ ਕਿਸ ਕੁੱਤੇ ਨੇ ਨਸ਼ਾ ਕੀਤਾ ਹੈ ਐਵੇਂ ਜ਼ਰਾ ਤੇਰੀਆਂ ਅੱਖਾਂ ਚੱਖਾਂ ਪਾਈਆਂ ਨੇ ਤੇ ਅੱਖਾਂ ਨਸ਼ੀਲੀਆਂ ਜਿਹੀਆਂ ਹੋ ਗਈ ਸੁਣਦੀ ਤੁਮਨੇ ਤਾਂ ਵਾਅਦਾ ਕੀਤਾ ਕਿ ਅੱਜ ਮੈਂ ਚਰਸ ਨਹੀਂ ਪੀਓਗੇ ਤੇ ਵਾਅਦੇ ਤੇ ਕਾਇਮ ਆ ਸ਼ਹਿਜ਼ਾਦੀਏ ਅੱਛਾ ਚਰਸ ਚੜਦੀ ਅੱਛਾ ਹੀਰੋਇਨ ਜ਼ਰੂਰ ਤੁਮਨੇ ਹੀਰੋਇਨ ਜ਼ਰੂਰ ਕਰਦੀ ਹੁਣ ਤੇਰੇ ਨਾਲ ਵਾਅਦਾ ਜੋ ਕਰ ਬੈਠੇ ਸਾਂ ਚਰਸ ਨਹੀਂ ਪੀਾਂਗੇ ਵਾਅਦਾ ਤੇ ਨਹੀਂ ਸੀ ਨਾ ਤੋੜਨਾ ਆ ਭਾਵੇਂ ਥਾਂ ਮਰ ਜਾਈ ਬੜੀ ਮਿਹਰਬਾਨੀ ਕੀ ਹਜ਼ੂਰ ਨੇ ਮੁਝ ਤੇ ਨਹੀਂ ਮਿਹਰਬਾਨੀ ਵਾਲੀ ਕਿਹੜੀ ਗੱਲ ਹੈ ਆਪਣੇ ਪਿਆਰ ਲਈ ਕੁਰਬਾਨੀ ਦਿੱਤੀ ਤੁਹਾਡੀ ਹੁਸਨੇ ਨਿਗਾਹ ਦੀ ਮਿਹਰਬਾਨੀ ਦਫ਼ਾ ਕਰਾ ਆ ਕੇ ਦੋ ਮਿੰਟ ਆਈ ਗਈ ਤੇ ਕੋਈ ਪਿਆਰ ਦੀਆਂ ਗੱਲਾਂ ਕਰ ਕਿਸੀ ਸ਼ਾਇਰ ਨੇ ਕਿਆ ਖੂਬ ਕਹਾ ਇਸ ਸਾਦਗੀ ਪੇ ਕੌਨ ਨਾ ਮਰ ਜਾਏ ਹੈ ਖੁਦਾ ਕਰਤੇ ਹੈ ਕਤਲ ਹਾਥ ਮੇ ਤਲਵਾਰ ਵੀ ਨਹੀਂ ਸਾਡੇ ਟੀਵੀ ਚ ਨਿਕਲ ਤੇ ਕੀ ਸਲਵਾਰ ਵੀ ਨਹੀਂ
ਟੀਵੀ ਚ ਰੱਖਦੇ ਹੋ ਔਰ ਨਿਕਲਦਾ ਕੀ ਬਣੀ ਦਾਣੇ ਦਾਣੇ ਆ ਰਹੇ ਨੇ ਇਹ ਮੇਰਾ ਖਿਆਲ ਹੈ ਤੁਹਾਡੇ ਟੀਵੀ ਨੂੰ ਪੇਤ ਨਿਕਲ ਆਈ ਅਮਨ ਕਾਲ ਤੂੰ ਵੇਲਾ ਬੈਠਾ ਕਰੇ ਆ ਤਾਂ ਨਿਕਲ ਫਸੀ ਪਈ ਹੈ ਇਹ ਨਿਕਲ ਕਿੱਥੇ ਫਸ ਗਈ ਹੈ ਦੀ ਸੁਰਬੀ ਮੈਂ ਜਾ ਰਹੀ ਹਾਂ ਆਜ ਕੇ ਬਾਅਦ ਤੁਹਾਰੀ ਔਰ ਮੇਰੀ ਖਤਮ ਸਦੇ ਤੋ ਕਿਉਂ ਦੂਰ ਦੂਰ ਰਹਿੰਦੇ ਹੋ ਹਜ਼ੂਰ ਮੇਰੇ ਕੋਲੋਂ ਮੈਨੂੰ ਦੱਸਦੇ ਹੋ ਹੋਇਆ ਕੀ ਕਸੂਰ ਮੇਰੇ ਕੋਲੋਂ ਤੁਹਾਰਾ ਕਸੂਰ ਇਹ ਹੈ ਕਿ ਤੁਮ ਜਾਹਿਲ ਹੋ ਤੇ ਮੈਂ ਇੱਥੇ ਨੌਕਰੀ ਵਾਸਤੇ ਇੰਟਰਵਿਊ ਦੇਣ ਦੀ ਮੈਂ ਖਾਮਤ ਲੱਗਣਾ ਕੋਈ ਸੁਪਰੀਡੈਂਟ ਨਹੀਂ ਲੱਗਣਾ ਤੁਮ ਜਾਹਿਲ ਤੇ ਨਹੀਂ ਬੇਵਕੂਫ ਵੀ ਹੋ ਤੇ ਚੰਗਾ ਹੁੰਦਾ ਹੀ ਬੇਵਕੂਫ ਬੰਦਾ ਜਿੰਨੀ ਮਰਜ਼ੀ ਬੇਇੱਜ਼ਤੀ ਕਰੋ ਮਹਿਸੂਸ ਹੀ ਨਹੀਂ ਕਰਦਾ ਸੁਰਫੀ ਹਾਂਜੀ ਮੇਰਾ ਦਿੱਲੀ ਜਾਂਦਾ ਮੈਂ ਤੁਹਾਡੀ ਬੇਇੱਜ਼ਤੀ ਕਰੂੰ ਅੱਛਾ ਜੀ ਲੇਕਿਨ ਪਤਾ ਕਰੋ ਅੱਜ ਕੇ ਬਾਅਦ ਨਸ਼ਾ ਨਹੀਂ ਕਰੋਗੇ ਉਹ ਕੌਣ ਕੁੱਤਾ ਕਰਦਾ ਹੀ ਨਸ਼ਾ ਮੇਰੇ ਇਲਾਵਾ ਮੈਂ ਤੈਨੂੰ ਨਸ਼ੇ ਹੀ ਲੱਗਣ ਦੇ ਆ ਅਸੀਂ ਨਸ਼ਾ ਕਰਨੇ ਆ ਅੱਲਾ ਕਿਸੇ ਦੁਸ਼ਮਣ ਦੇ ਪੁੱਤਰ ਨੂੰ ਵੀ ਨਸ਼ਾ ਨਾ ਲਾਵੇ ਅੱਲਾ ਮਾਫ ਕਰੇ ਜਾ ਜਾ ਕੇ ਵੇਖ ਮਾਲ ਰੋਡ ਤੇ ਲੋਕਾਂ ਦੇ ਏਡੇ ਏਡੇ ਸੋਹਣੇ ਜਵਾਨ ਪੁੱਤਰ ਵਿਚਾਰੇ ਉੱਥੇ ਸੜਕਾਂ ਤੇ ਨਸ਼ੇ ਕਰ ਕਰਕੇ ਡਿੱਗੇ ਪਏ ਹੁੰਦੇ ਕਿਆ ਕਹਿ ਰਹੇ ਸੀ ਜਨਾਬ ਆਪ ਮੈਂ ਦੱਸਣ ਡਿਆ ਮਾਲ ਰੋਡ ਤੇ ਹਾਂਜੀ ਉਹ ਲੋਕਾਂ ਦੇ ਮੁੰਡੇ ਹਾਂਜੀ ਨਸ਼ੇ ਕਰ ਕਰਕੇ ਨਾ ਹਾਂ ਤੇ ਉੱਥੇ ਹਾਂ ਹੁੰਦੇ ਨੇ ਤੁਸੀਂ ਨਸ਼ਾ ਨਹੀਂ ਕੀਤਾ ਕਿਸ ਕੁੱਤੇ ਨੇ ਕੀਤਾ ਹੈ ਤੁਸੀਂ ਬੈਠੇ ਕਿਉਂ ਫਿਰਦੇ ਹੋ ਕੌਣ ਡਿੱਗਾਈ ਕਿੱਥੇ ਬੈਠਾ ਹੁਣ ਕਿੱਥੇ ਬੈਠਾ ਤੇ ਡਿੱਗਾ ਕੌਣ ਕੁੱਤਾ ਹੀ ਕਦੀ ਨਹੀਂ ਆ ਰਹੀ ਇਹ ਨਿਕਲ ਨਹੀਂ ਆਣੀ ਲੰਡੀ ਹੋਈ ਪੰਜ ਛੇ ਲੈ ਆ ਉੱਥੇ ਵੀ ਮੇਮਾਂ ਦੀਆਂ ਹੀ ਵਿਕਣ ਨਹੀਂ ਨਿਕਲ ਤੇ ਜਿਹੜੀ ਆਣੀ ਆਣੀ ਹੈ ਤੇ ਛੱਟੇ ਲੱਗਣ ਮੈਂ ਜਾ ਪਰੇ ਮਾਰੋ ਛੱਟਾਂ ਨਾਲ ਲਾਈ ਸਾਰਾ ਨਸ਼ਾ ਲੈ ਜਾਣੀ ਮੇਰਾ ਉਹ ਗੱਲ ਸੁਣ ਕੀ ਬਣੀ ਨਿਕਲ ਦਾ ਧਾਗੇ ਧਾਗੇ ਆ ਰਹੇ ਨੇ ਤੁਹਾਡੇ ਆ ਰਹੇ ਨੇ ਹਾਂ ਟੀਵੀ ਨੂੰ ਜ਼ੋਰ ਦੀ ਦਬਾਅ ਧਾਗੇ ਜੋੜ ਕੇ ਨਿਕਰ ਬਣ ਜਾਏਗੀ ਕਮਾਲ ਇਹ ਵੀ ਭਾਈ ਹੈ ਵੈਸੇ ਸੁਰਬੀ ਹਾਂਜੀ ਤੁਮ ਉਸੇ ਬਹੁਤ ਪਿਆਰ ਕਰਦੇ ਹੋ ਨਾ ਹਾਂਜੀ ਸੱਚੀ ਬਾਤ ਹੈ ਨਾ ਹਾਂਜੀ ਤੋ ਵਾਦਾ ਕਰੋ ਕਿ ਮੈਂ ਨਸ਼ਾ ਨਹੀਂ ਕਰੋਗੇ ਠੀਕ ਹੈ ਜੀ ਔਰ ਅਗਰ ਕਰੋਗੇ ਤਾਂ ਮੁਝਸੇ ਬਾਤ ਨਹੀਂ ਕਰੋਗੇ ਇਹ ਤੇ ਨਾ ਬੋਲਣ ਵਾਲੀਆਂ ਗੱਲਾਂ ਹੋਈਆਂ ਨਸ਼ਾ ਨਹੀਂ ਕਰੋਗੇ ਬਾਤ ਉਹ ਤੇਰਾ ਬਾਗ ਇਹ ਨਾਮਰਾਦ ਯਾ ਅੱਲਾ ਖੈਰ ਕੋਈ ਅਸਰਾਣੇ ਚ ਪਾਵਾ ਕੌਣ ਦੇਖ ਲਿਆ ਉਹ ਸਲਤਲਾ ਜੀ ਮੰਜੀ ਜ਼ਮੀਨ ਨਾਲ ਜਾ ਲੱਗੀ ਉਤੋਂ ਜੱਟ ਪਾੜ ਮੰਜੀ ਤੇ ਚੁੱਕ ਲਈਏ ਤੁਸੀਂ ਲੈ ਜੋ ਕੁਆਰੇ ਕੀ ਕਰ ਰਹੇ ਹੋ ਅਰੇ ਘੰਟਾ ਹੋਆ ਚਾਰ ਸੁਖਾ ਨੇ ਭੇਜਾ ਕੀ ਕਰ ਰਹੀ ਹੈ ਤੂੰ ਅਬੂ ਚਾਰ ਸੁਖਾ ਰਹੀ ਸੀ ਮੈਂ ਚਾਰ ਸੁਖਾ ਰਹੀ ਸੀ ਤੂੰ ਐ ਪਿਸ਼ਾ ਪਈ ਤੇਰਾ ਤਾਂ ਕੋਈ ਹਾਂ ਨਹੀਂ ਕਿਹਾ ਮਗਰ ਵੇਖਣਾ ਤਾਂ ਚਾਹੀਦਾ ਨਾ ਹਾਏ ਹਾਏ ਮੇਰੇ ਤੇ ਬੱਕਿਆ ਕਰ ਰਹੇ ਕੋਈ ਜ਼ਾਤ ਤਾਂ ਚਾਹੀਦਾ ਤੂੰ ਘੰਟੇ ਦੀ ਉੱਤੇ ਖਲੋਤੀ ਤੇਰੇ ਤੇ ਇਲਜ਼ਾਮ ਲੱਗਾ ਮੇਰੇ ਤੇ ਆਉਂਦੀ ਹੀ ਲੱਗ ਜਾਏਗਾ ਹਾਂ ਚਲ ਚਲ ਤਫਾ ਕਰ ਤੂੰ ਐਸਾ ਕਰ
ਸਿਰ ਤੇ ਤੇਲ ਲਗਾ ਤੇ ਜੋ ਤੇਰੇ ਸਿਰ ਦੀ ਹਾਲਤ ਹੈ ਤੇ ਹੁਣ ਕਨਾਤਾਂ ਨੂੰ ਆ ਓਏ ਕੀ ਬੋਲਣਾ ਪਿਆ ਤੂੰ ਭਾਜੀ ਬੰਦਾ ਸੁੱਤਾ ਪਿਆ ਇੰਜ ਹੀ ਉੱਠਦਾ ਨਾ ਇਸ ਤਰ੍ਹਾਂ ਕੁੱਤੇ ਉੱਠਦੇ ਨੇ ਮੈਂ ਮਾਫੀ ਚਾਹਨਾ ਮੈਂ ਤੁਹਾਡੀ ਨਕਲ ਕੀਤੀ ਆ ਪੁੱਠੀ ਮੰਜੀ ਤੇ ਸੁੱਤਾ ਹੈ ਓਏ ਮੰਜੀ ਪੁੱਠੀ ਸੀ ਹਾਂ ਮੈਂ ਵੀ ਕਹਾਂ ਮੈਨੂੰ ਪੁੱਠੇ ਪੁੱਠੇ ਖਾਬ ਕਿਉਂ ਆਉਂਦੇ ਯਾਰ ਟਾਈਮ ਕੀ ਹੋਇਆ ਕੰਮ ਤੇ ਜਾਣਾ ਸੀ ਤੂੰ ਕਿਹੜੇ ਕੰਮ ਤੇ ਲੱਗਾ ਓਏ ਲਾਰੀ ਅੱਡੇ ਜਾਈਦੇ ਉੱਥੇ ਆਵਾਜ਼ ਲਾਈਦੀ ਹੈ ਲਾਹੌਰ ਵਾਲੇ ਲਾਹੌਰ ਵਾਲੇ ਲਾਹੌਰ ਵਾਲੇ ਕੱਲ ਮੈਂ ਲਾਹੌਰ ਖਲੋ ਕੇ ਰੌਲਾ ਪਾਈ ਦੀਆਂ ਲਾਹੌਰ ਵਾਲੇ ਲਾਹੌਰ ਫਿਰ ਮੈਨੂੰ ਬੰਦੇ ਨੇ ਦੱਸਿਆ ਨਾਰੋਵਾਲ ਦੀ ਆਵਾਜ਼ ਲੈਣੀ ਆਜੋ ਜੀ ਨਾਰੋਵਾਲ ਵਾਲੇ ਨਾਰੋਵਾਲ ਵਾਲੇ ਆਓ ਜੀ ਬੀਬੀ ਜੀ ਫਰੰਟ ਸੀਟ ਖਾਲੀ ਹੈ ਜਨਾਬ ਬਾਬਾ ਜੀ ਛੱਤ ਤੇ ਹੋ ਜਾਈ ਬੀਤੀਆ ਗੱਡੀ ਦੁੜਾ ਦਿਓ ਬਾਬਾ ਨੂੰ ਚੜਨ ਨਹੀਂ ਉਹ ਮਗਰ ਹੀ ਉਹ ਬੈਗ ਕਰਕੇ ਥੱਲੇ ਦੇ ਦੇ ਸੂ ਛੱਤ ਤੇ ਹੋ ਜਾ ਉੱਤੇ ਤੇਰੀ ਮਾਂ ਨੇ ਸੋਫਾ ਡਾਇਆ ਸ਼ਹਿਜ਼ਾਦੇ ਉਹ ਕੰਨਿਆਂ ਦੀਆਂ ਭਰੀਆਂ ਪਈਆਂ ਨੇ ਉਹਨਾਂ ਤੇ ਪੈ ਜਾਓ ਜਦ ਆਪਣੀ ਛੱਤ ਖਬਰਦਾਰ ਕਹਿ ਲੜਕੇ ਕੀ ਛੱਤ ਪੈ ਆਦੀ ਆ ਇਸ ਲਾਰੀ ਅੱਡੇ ਦਾ ਹਿਸਾਬ ਵੀ ਹੋ ਰਿਹਾ ਦੂਜਿਆਂ ਦੀਆਂ ਗੱਡੀਆਂ ਚੋਂ ਸਵਾਰੀਆਂ ਲਾ ਲਾ ਆਪਣੀ ਗੱਡੀ ਚ ਵਾੜ ਲੈਂਦੇ ਜ਼ੁਲਫੀ ਅੱਜ ਕੱਲ ਤੂੰ ਇਹ ਕੰਮ ਸ਼ੁਰੂ ਕੀਤਾ ਹੋਇਆ ਜਸਟ ਫਾਰ ਇੰਜੋਇਮੈਂਟ ਵੈਸੇ ਤੇ ਸਾਡਾ ਸਟੇਟਸ ਨਹੀਂ ਨਾ ਹੈਗਾ ਹੈ ਵੈਸੇ ਤੇ ਤੁਸੀਂ ਡਾਕਟਰ ਹੋ ਉਹ ਡਾਕਟਰ ਵੀ ਆ ਤੂੰ ਬਿਮਾਰੀ ਦੱਸ ਤੈਨੂੰ ਇਲਾਜ ਦੱਸਾਂਗੇ ਡਾਕਟਰ ਸਾਹਿਬ ਹਾਂਜੀ ਮੇਰੇ ਕਿੱਟੇ ਮੇ ਗੈਸ ਟ੍ਰਬਲ ਹੈ ਤੂੰ ਜੁੱਤੀ ਨੂੰ ਚੂਰਨ ਮਲ ਕੇ ਪਾਇਆ ਕਰ ਡਾਕਟਰ ਸਾਹਿਬ ਮੇਰੀ ਤਾਉਣ ਆਕੜੀ ਹੈ ਇਹ ਬਿਮਾਰੀ ਨਹੀਂ ਇਹ ਬਗੈਰਤੀ ਜਿਹਦੀ ਏਡੀ ਜਵਾਨ ਧੀ ਹੋਵੇ ਉਹਦੀ ਤਾਉਣ ਤੇ ਆਕੜਨੀ ਨਹੀਂ ਚਾਹੀਦੀ ਸਾਡੇ ਵੱਲ ਵੇਖ ਸਾਡੀ ਜਵਾਨ ਭੈਣ ਹੈ ਅਸੀਂ ਕਦੀ ਸਿਰ ਚੁੱਕ ਕੇ ਟੁਰੇ ਹੀ ਨਹੀਂ ਆਏ ਤੇਰਾ ਸਿਰ ਜਵਾਨ ਭੈਣ ਦੇ ਬੋਝ ਨੇ ਨਹੀਂ ਨਸ਼ਿਆਂ ਨੇ ਚੁਕਾਇਆ ਉਹ ਨਹੀਂ ਚਾਚਾ ਮਹੱਲੇ ਵਾਲੇ ਬਕਵਾਸ ਕਰ ਦੇਣੀ ਮੈਂ ਨਸ਼ਾ ਨਹੀਂ ਕਰਦਾ ਮੈਂ ਅਸਲ ਚ ਨਾ ਆਪਣੀ ਖਾਲਾ ਦੀ ਧੀ ਨਾਲ ਮੰਗੇ ਆ ਸਾਂ ਉਹ ਅੰਮਾ ਨੇ ਮੰਗਣੀ ਤੋੜ ਛੱਡੀ ਹੈ ਨਾ ਤੇ ਉਹ ਖਾਲਾ ਨੇ ਮੈਨੂੰ ਤਵੀਤ ਕਰਾ ਛੱਡੇ ਮੈਨੂੰ ਕੋਈ ਢਿੱਲਾ ਜਿਹਾ ਚਿੰਨ ਚੰਬੜ ਗਏ ਜ਼ਰਾ ਜ਼ਮੀਨ ਉੱਚੀ ਕਰੀ ਆ ਚੱਲ ਚੰਗਾ ਭਲਾ ਹੁੰਦਾ ਸੀ ਕੌਡੀ ਖੇਡਣੀ ਫੁੱਟਬਾਲ ਖੇਡਣਾ ਦੰਦਾਂ ਨਾਲ ਕੁਰਸੀ ਚੁੱਕਦਾ ਹੁੰਦਾ ਸੀ ਮੈਨੂੰ ਫੜਾਣੀ ਆ ਥੱਲੇ ਭਰਾ ਨੂੰ ਫੜਾ ਇਹਦੀ ਸਰਕਾਰ ਪੁੱਤਰ ਸਿਰ ਦੀ ਮਾਲਿਸ਼ ਕਰਨੀ ਹੈ ਸਿਰ ਜਨਾਬ ਹੁਣੇ ਲਵੋ ਉਹ ਦੌੜ ਜਾਓ ਦੌੜ ਜਾਓ ਉਹ ਚੋਪੀ ਥੱਲੇ ਪੰਪ ਜੇ ਸਿਰ ਤੇਰੀ ਮਾਂ ਨੀ ਬਣਾਇਆ ਤੇ ਝਾਨਰ ਧੀ ਨੀ ਲਾਈ ਬੜੀ ਸ਼ੌਕੀਨ ਮਜ਼ਾਜ ਆਉਂਦੀ ਮੈਂ ਇੱਥੇ ਲਾਈਟਾਂ ਵੀ ਲਾਉਣੀ ਇੱਥੇ ਨਾ ਲਾਈਟਾਂ ਲਾਣਾ ਦੋ ਬਲਬ ਲੈ ਕੇ ਨਾ ਨਾਸਾਂ ਚ ਲਾ
ਇਹ ਕੰਨ ਮਰੋੜੋਗੇ ਇਹ ਬੋਲੇਗਾ ਇਹ ਮਰੋੜੋਗੇ ਇਹ ਬੋਲੇ ਇਕੱਠੇ ਨਾ ਮਰੋੜਨਾ ਬਲਬ ਉੱਡ ਜਾਣੇ ਯਾਰ ਨਾ ਅਸਰਾਂ ਨੇ ਕਰੋ ਮੂੰਹ 'ਚ ਬੈਟਰੀ ਰੱਖਣੀ ਪੈਂਦੀ ਹਾਂਜੀ ਨਹੀਂ ਠੀਕ ਲਓ ਜੀ ਨਾਲ ਮਾਲਿਸ਼ ਹੁਣੇ ਲਵੋ ਲਿਆਓ ਜੀ ਥੱਲੇ ਉਹ ਪੈਨਸਲ ਤੇ ਫੁੱਟਾ ਹਾਸ਼ੀਆ ਲਾ ਲੇ ਮਾਲਿਸ਼ ਕਰਨੀ ਹੈ ਇੱਥੇ ਕੋਈ ਨਕਸ਼ਾ ਨਹੀਂ ਬਣਾਉਣਾ ਨਹੀਂ ਜੀ ਪਤਾ ਤੇ ਲੱਗੇ ਨਾ ਕਿੱਥੋਂ ਕਿੱਥੋਂ ਤੱਕ ਸਿਰ ਜਾਣ ਬਿਸਮਿਲਲਾ ਕੀ ਕੀਤਾ ਜੀ ਮੋਰ ਲਾਈ ਹਾਂ ਬਿਸਮਿਲਲਾ ਲਿਆਓ ਜੀ ਦੀ ਮਾਲਿਸ਼ ਹੋਣ ਲੱਗੀ ਆ ਹਾਂ ਜੀ ਹੁਣੇ ਲਓ ਜੀ ਨਾ ਵੈਸੀ ਮਾਲਿਸ਼ ਉਹ ਕਿੱਡਾ ਠੰਡਾ ਤੇਲ ਲਿਆ ਜੀ ਚਾਚਾ ਜੀ ਸਿਰ ਉਹ ਸਿਰ ਵਹਾ ਤੇਲ ਰੁੜਨ ਦੀ ਇਹ ਹਵਾਈ ਸਿਰ ਇੱਧਰ ਆ ਇੱਧਰੋ ਲੋ ਚਾਚੇ ਹੋ ਐਸੀ ਤੁਹਾਡੀ ਮਾਲਿਸ਼ ਕਰਾਂਗੇ ਯਾਦ ਕਰੋਗੇ ਮੈਂ ਚੰਗਾ ਆ ਲਕਸ਼ਮੀ ਚੌਂਕ ਨਹਿਰ ਤੇ ਸਾਰੇ ਚੋਰ ਹੀ ਖਲੋਤੇ ਹੁੰਦੇ ਚਾਲੀ ਚਾਲੀ ਪੰਜਾਹ ਪੰਜਾਹ ਰੁਪਈਏ ਨੀ ਲੈਂਦੇ ਨੀ ਤੇ ਸਿਰ ਮਲਣਾ ਕਿਸੇ ਨੂੰ ਵੀ ਨਹੀਂ ਮੇਰਾ ਕੋਟਾ ਮਲ ਦਿੱਤਾ ਓਏ ਸਿਰ ਨਹੀਂ ਸੀ ਮੈਂ ਵੀ ਕਹਾਂ ਮੈਂ ਇੱਡੀ ਜ਼ੋਰ ਦੀ ਤੇ ਨੀ ਮਲਿਆ ਇਹ ਕੰਨ ਕਿੱਧਰ ਵੜ ਗਏ ਐਸੀ ਮਾਲਸ ਕਰ ਨਹੀਂ ਉਹ ਚਪੇੜ ਤੋਂ ਨੀ ਹੱਸਦੀ ਜਿਹੜੀ ਵਿੱਚੋਂ ਆਵਾਜ਼ ਨਿਕਲ ਸਹੀ ਕਹਿੰਦੀ ਹੈ ਮੁਰਸ਼ਦ ਸਹੀ ਕਹਿੰਦੀ ਇਹ ਵੇਖਣਾ ਇਥੋਂ ਆਵਾਜ਼ ਨਹੀਂ ਆਏਗੀ ਨਹੀਂ ਅਸੀਂ ਉਹ ਦੇਖ ਲਓ ਸਰਕਾਰ ਸਾਡਾ ਕੀ ਕਸੂਰ ਹੈ ਹੁਣ ਤੁਸੀਂ ਆਵਾਜ਼ ਬੰਦ ਕਰਾਓ ਮਾਲਿਸ਼ ਨਾਲ ਤੁਹਾਡੀ ਹੋਏਗੀ ਫਿਕਰ ਕਿੱਡਾ ਠੰਡਾ ਤੇਲ ਮਾਫੀ ਦੇ ਫਰਿੱਜ ਚ ਸ਼ੀਸ਼ੀ ਰੱਖੀ ਬਸ ਤੇਲ ਹੀ ਠੰਡੇ ਆਉਂਦਾ ਹੈ ਚਲੋ ਜੀ ਅਸੀਂ ਕੀ ਆਹ ਤੇ ਤੁਹਾਡੇ ਹੀ ਸਿਰ ਮੱਲਣਾ ਮਾਲਿਕ ਮਾਤੀ ਮਾਰ ਦਿੱਤੀ ਹੈ ਮੈਨੂੰ ਦੱਸੋ ਤੁਸੀਂ ਉਹ ਸਿਰ ਕਹਿੰਦੇ ਕਿਹਨੂੰ ਨਹੀਂ ਆ ਪਹਿਲੇ ਦੱਸੋ ਮੈਂ ਖਜਲ ਨੂੰ ਇਹਦਾ ਇਲਾਜ ਇੱਥੇ ਨਹੀਂ ਹੋ ਸਕਦਾ ਜੀ ਇਹਨੂੰ ਲਾਹੌਰ ਲੈ ਆਇਓ ਬਾਬੂ ਕੋ ਆ ਮਾਮਾ ਸਕਾ ਓ ਜੇ ਰੋਟੀ ਖਾ ਲਈ ਉਹ ਤੇ ਰਹਿਣ ਦਾ ਨਾ ਖਾ ਆ ਜਾ ਕੀ ਹੋਇਆ ਈ ਲਗਾ ਖੈਰ ਹੋਵੇ ਮੁਰਸ਼ਾ ਓ ਸ਼ਹਿਜ਼ਾਦਾ ਤੂੰ ਤੇਰੀ ਰਾਤੀ ਕੋਈ ਨਹੀਂ ਜੰਮਿਆ ਓਏ ਆ ਜਾ ਓਏ ਆ ਗਈ ਨਹੀਂ ਆ ਕੌਣ ਨੇ ਨਾਲ ਇਹ ਲੰਬੜਿਆ ਦੇ ਲੰਬੜ ਦਾ ਮੁੰਡਾ ਇਹ ਲੰਬੜਿਆ ਦੇ ਨਾਲ ਉਹ ਚੰਗੜਿਆ ਯਾਰ ਉਹਦਾ ਮੁੰਡਾ ਵੇਖਣਾ ਇਹ ਜੇਵਰ ਲਿਆ ਕੁੜੀ ਨੂੰ ਪਾਣੇ ਤੇਰੀ ਨੂੰ ਅੱਛਾ ਹਾਂ ਇਹਨੂੰ ਹੱਥ ਲਾ ਦੋ ਮਾਸ਼ਾਅੱਲਾ ਇਹ ਟੋਪੀ ਵਾਲੇ ਕੌਣ ਨੇ ਜੀ ਇਹ ਲੰਬੜ ਹੈ ਲੰਬੜ ਮੈਂ ਸਮਝਿਆ ਹੁਸੈਨ ਮੰਜਾ ਨਾਲ ਆਏ
ਐ ਸਿਗਰ ਜ਼ਰਾ ਉਧਰ ਕਰਕੇ ਪੀਓ। ਇਹਨਾਂ ਦਾ ਬਿਜ਼ਨਸ ਕੀ ਹੈ ਜੀ? ਕਿਸੇ ਚੀਜ਼ ਦੇ ਪ੍ਰਾਪਰਟੀ ਡੀਲਰ ਲੱਗਦੇ ਨੇ? ਨਹੀਂ ਨਹੀਂ, ਇਹ ਮਾਂਚੈਸਟਰ ਚ ਨੇ ਜੀ, ਇਹ ਮਾਂਚੈਸਟਰ ਮਾਂਚੈਸਟਰ ਚ ਚੈਸਟਰ ਪਾ ਕੇ ਕੀ ਕਰਦੇ ਨੇ? ਇਹ ਬੱਕਰੇ ਰੰਗਦੇ ਨੇ। ਇਹ ਰੰਗਦੇ ਹੀ ਆ ਰਹੇ ਸਾਡਾ ਬੱਚਾ। ਉਹ ਕੌਣ ਪਰਲਾ? ਉਹ ਇਹਨਾਂ ਦਾ ਲਟਕਾ। ਇਹਦੇ ਮੂੰਹ ਨੂੰ ਮਲੇਸ਼ੀਆ ਕਿੰਨਾ ਲੱਗਾ ਜੀ? ਮੈਂ ਤਾਂ ਤਮੀਜ਼ ਨਾਲ ਗੱਲ ਕਰਨੀ ਹੈ, ਮੈਂ ਆਇਆ ਬਾਹਰੋਂ। ਅੱਛਾ, ਤੇ ਜੇ ਮੇਰਾ ਇੱਥੇ ਰਿਸ਼ਤਾ ਨਾ ਹੋਇਆ ਤਾਂ ਮੈਂ ਬਾਹਰ ਵਾਪਸ ਚੱਲ ਜਾਣਾ। ਚੱਲ ਨਿਕਲ ਬਾਹਰ ਇੱਥੋਂ। ਕੀ ਖਾਓ ਪੀਓਗੇ ਯਾਰ? ਅਸੀਂ ਖਾਣ ਪੀਣ ਦਾ ਭੁੱਖੇ ਆ, ਕੀ ਖਾਓ ਪੀਓਗੇ? ਪਹਿਲੇ ਬੋਤਲ ਲੈ ਤੁਸੀਂ। ਅੱਛਾ ਰਹਿਣ ਦੇ, ਅਰਦੇ ਆ ਬਾਈ ਕੁੜੀਆ ਦਾ ਮੇਰਾ ਯਾਰ ਹੋਵੇ ਮੁਰਜਾ। ਤੂੰ ਸ਼ਹਿਜ਼ਾਦਾ, ਤੇਰੀ ਰਾਤੀ ਕੋਈ ਨਹੀਂ ਜੰਮਿਆ ਸਵੇਲਿਆ। ਮੇਰਾ ਖਿਆਲ ਹੈ ਮਾਂ ਬਿਮਾਰ ਸੂ, ਮੈਨੂੰ ਵੀ ਲੈਟ ਗਈ ਹੋਈ। ਕੀ ਤੁਹਾਡੇ ਹਾਲ ਬਿਜਲੀ ਵਾਲੇ ਬੱਚੇ ਆਉਂਦੇ ਨੇ? ਮੇਰਾ ਖਿਆਲ ਹੈ। ਮੈਂ ਕਿਹਾ ਮੁਰਸ਼ ਜੀ ਸ਼ਹਿਜ਼ਾਦਿਓ, ਬੰਬੇ ਵਾਲੀ ਦੀ ਕੁੜੀ ਨਾਲ ਮੁੰਡਾ ਵਿਆਹਣ ਲੱਗਾ ਲਿਆਂਦਾ ਵਾ ਦੂਲਣਾ ਸੇ। ਅੱਛਾ ਆ ਗਿਆ ਸਰਕਾਰ। ਹਾਂਜੀ, ਸੋਨਾ ਵੀ ਤੇ ਮੁੰਡਾ ਵੀ ਡੋਬਣ ਲੱਗਾ। ਕੀ ਮਤਲਬ? ਕੁੜੀ ਸਿਗਰਟ ਪੀਂਦੀ ਜੀ। ਹੌਲਾ ਬਲਾ ਪਰ ਇਹ ਮੁਰਸ਼ਦ ਘਰ ਜਾ ਮੈਨੂੰ ਲੁਕਾ ਲੈਣ ਦੇ। ਸਰਕਾਰ ਫਿਲਮਾਂ ਬੜੀਆਂ ਵੇਂਦੀ ਜੀ। ਇਹ ਜਦੋਂ ਮੁਹੱਲੇ ਦੇ ਮੁੰਡੇ VCR ਲਿਆਂਦੇ ਨੇ ਨਾ, ਆਹੋ ਤੇ ਕੇਸੜ ਦਾ ਬੰਦੋਬਸਤ ਇਹ ਹੀ ਕਰਦੀ ਜੀ। ਲਾ ਹੌਲਾ ਬਲਾ ਵੱਡਿਓ। ਹਾਂਜੀ, ਤਿੰਨ ਵਾਰੀ ਦੌੜੀ ਜੀ, ਤਿੰਨ ਵਾਰੀ ਦੌੜੀ। ਹਾਂਜੀ ਚਾਚਿਓ, ਆ ਤਿੰਨ ਵਾਰੀ ਦੌੜੀ ਜੀ ਕੁੜੀ, ਇਹ ਵਾਲੀ ਕੁੜੀ। ਹਾਂਜੀ, ਉਹ ਨਿੱਕਾ ਜਿਹਾ ਮੱਲਾ ਕਿੰਨੀ ਕੁ ਦੌੜੀ ਹੋਣੀ। ਲਓ ਜੀ ਜੋ ਤੁਹਾਡਾ ਦੇਣ ਹੈ, ਤੁਸੀਂ ਨੀ ਭੁੱਖੇ ਮਰਦੇ ਜਨਾਬ। ਜਨਾਬ ਉਹਨਾਂ ਦੀ ਤਿੰਨ ਵਾਰੀ ਦੌੜੀ, ਹੁਣ ਸਾਡੀ ਨਾ ਨਾ ਦੌੜੀ। ਤਿੰਨ ਵਾਰੀ ਦੌੜੀ ਜੇ ਤਿੰਨ ਵਾਰੀ ਤੇ ਦੁਨੀਆ ਨੂੰ ਕੇ ਜਮਾ ਪਰ ਪਰ ਕਾਦਰ ਦਿਲ ਦੇ ਕੇ ਦੁਨੀਆ। ਓਏ ਖੁਸਰਾ ਬਾਜੀ, ਬੜਿਆ ਬਾਜੀ ਕਹਿ ਦੇਣਾ ਤੇ ਮੈਂ ਤੇ ਬੜੀਆਂ ਆਸਾਂ ਲਾਈਆਂ ਹੋਈਆਂ ਨੇ। ਸ਼ੁਕਰ ਹੈ ਤੂੰ ਅੱਜ ਕੱਲਾ ਹੀ ਮਿਲ ਗਈ ਹੈ ਵਿਨੇੜਿਆ। ਆ ਆ ਜ਼ਾਲਿਮਾ ਵੇ ਮੈਂ ਸੜ ਗਈਆਂ। ਤੂੰ ਤੇ ਸੜ ਗਈ, ਹੁਣ ਨਾਲ ਮੈਨੂੰ ਵੀ ਸਾੜਨਾ ਹੀ। ਤੂੰ ਬੜਾ ਸਾਲ ਵੇ, ਕੀ ਸਾਡੀ ਜ਼ਿੰਦਗੀ ਹੈ? ਕੱਲ ਸਾਡੇ ਬਾਰੇ ਟੈਲੀਵਿਜ਼ਨ 'ਚ ਆਇਆ, ਖਬਰਦਾਰ ਖੁਸਰਾ ਨੋਸ਼ੀ ਸਿਹਤ ਕੇ ਲਈ ਮੁਜ਼ਿਰ ਹੈ, ਬਾਜ਼ਾਰਾਂ ਤੇ ਖੁਸਰ ਫੁਸਰ। ਮੈਨੂੰ ਨੋਟ ਵਖਾ ਮੇਰਾ ਮੂਡ ਬਣੇ, ਨੋਟ ਵਖਾ ਮੇਰਾ ਮੂਡ ਬਣੇ, ਇਹਨੂੰ ਠੀਕ ਕਰਾ ਮੇਰਾ ਕੰਮ ਬਣੇ। ਤੁਹਾਨੂੰ ਕੁੱਕੜ ਨਾਲ ਕੁੱਕੜ ਦੀ ਲੜਾਈ ਵਿਖਾਈਏ। ਲੋਕੀ ਕੁੱਕੜ ਨਾਲ ਰੋਟੀ ਖਵਾਉਂਦੇ ਨੇ, ਉਹਨੇ ਕੁੱਕੜ ਨਾਲ ਕੁੱਕੜ ਦੀ ਲੜਾਈ ਕਰਾ ਲਈ।
ਰੋਟੀਆਂ ਤੇ ਪਈਆਂ ਰਹੀਆਂ ਨਾ ਸਾਲਣੀਆਂ ਆਪਸ ਚ ਲੜ ਪਏ ਆਓਗੇ ਨਾ ਜਾ ਨਿਕਲੇ ਤੋਂ ਦੇਗੀ ਲੋਹੇ ਦੇ ਆ ਖੁਸਰੇ ਆ ਨਾ ਮੁਰਾਦਾ ਜਾ ਕਿਧਰੇ ਜਾ ਕੇ ਫਿਲਮਾਂ ਚ ਕੰਮ ਕਰ ਅੜਿਆ ਫਿਲਮਾਂ ਚ ਗਈ ਸਾ ਸਾਨੂੰ ਸਿਰਫ ਪਸ਼ਤੋ ਫਿਲਮਾਂ ਵਾਲੇ ਟਰਾਈ ਕਰਦੇ ਨੇ ਲੋ ਜੀ ਟ੍ਰੇਲਰ ਮੁਲਾਹਜ਼ਾ ਫਰਮਾਓ ਫਿਲਮ ਦਾ ਨਾਂ ਹੈ ਜ਼ੰਗੇ ਜ਼ੜੇ ਇਹਦਾ ਕੀ ਮਤਲਬ ਹੈ ਪੁੱਤਰ ਥੱਲੇ ਉਤਰ ਤੇ ਉਹਨੂੰ ਸਿੱਧਾ ਕਹੋ ਜ਼ੰਗੇ ਜ਼ੜੇ ਉਹਨੂੰ ਸਮਝ ਆਉਣੀ ਲੋ ਤਵੱਜੋ ਚਾਹਨੀ ਆ ਜ਼ਮਾ ਖਾਮੋਸ਼ੀਆਂ ਵਾਰੇ ਵਾ ਮੁਗਲਾਂ ਦਾ ਖੁਸਰਾ ਲੱਗਿਆ ਹਾਲਤ ਖਰਾਬ ਹੀ ਆ ਛੁਰੀ ਫੇਰ ਲੈ ਤੂੰ ਬੱਕਰੇ ਜੋਗੇ ਤੇ ਤੇਰੇ ਕੋਲ ਪੈਸੇ ਕੋਈ ਨੀ ਤੂੰ ਦਾ ਖੁਸਰਾ ਹੀ ਕਰ ਲੈ ਲਾਣੇ ਤੇਰੇ ਤੇ ਸਾਰਿਆਂ ਸਾਦੇ ਖੁਸਰੇ ਰੱਖੇ ਨੇ ਤੂੰ ਡੀਜ਼ਲ ਰੱਖੇ ਲੈ ਜਾ ਇਹਨੂੰ ਇੱਥੋਂ ਨਾ ਮੁਰਾਦ ਨੂੰ ਨਿਕਲੇ ਤਾਂ ਲਾਂਤੀ ਆ ਤੇ ਲੂਮਾ ਲਾ ਲਈ ਨੀ ਕਿਆ ਖਬਰ ਥੀ ਤੇਰੇ ਕੋਠੇ ਸੇ ਉਤਰ ਨਾ ਸਾਡੀ ਵਾਰੀ ਆਈਏ ਤੇ ਸ਼ਰੀਫ ਹੋ ਗਏ ਲਾਨਤ ਤੇਰੀ ਕਲਾਸ਼ਨ ਕੋਫ ਤੇ ਨਾ ਮੁਰਾਦਾ ਨਾਲ ਢੋਲਕੀ ਤੇ ਹੱਥ ਮਾਰਨ ਨਾਲ ਮੱਥੇ ਤੇ ਵੀ ਮਾਰਦਾ ਰਹੀ ਸਾਰਾ ਕੁਛ ਏਡੀ ਖਰਾਬ ਕਰ ਲਈ ਏਡਾ ਟਕਾਉਣੀ ਤੰਬੀ ਕੁੜਤਾ ਪਾਏ ਤੂੰ ਜੁਮੇ ਤੇ ਜੁਮੇ ਢੋਲਕੀ ਵਜਾਨਾ ਨਿਕਲੇ ਤੋਂ ਲਾਂਤੀ ਆ ਨਿਕਲੇ ਤੋਂ ਘੁੱਟ ਕੇ ਸਿਰ ਬੰਨੇ ਆਈ ਅਚਾਰ ਲਿਆਵਾਂ ਨਿਕਲ ਜਾਏ ਤੋ ਸਾਰਾ ਦਿਨ ਨਿੱਕੀ ਭੈਣ ਨੂੰ ਕੁੱਟਣ ਵਾਲੇ ਆ ਆਪਣੇ ਨਹੀਂ ਉਰੇ ਹੁਣ ਦੂਜਿਆਂ ਤੇ ਕੁੱਟਦਾ ਫੇਰ ਚੰਮੂ ਦੱਸੋ ਇਹ ਕਿਹੋ ਜਿਹਾ ਖੁਸਰਾ ਆਇਆ ਮੰਜੀ ਮੂਤੀਆਂ ਕਰਕੇ ਲਾਨ ਦੇ ਸ਼ੁਕਰ ਮਹਿਰੋ ਦਾ ਵਿਆਹ ਨਹੀਂ ਹੋਇਆ ਜੇਸੇ ਖੁਸ਼ੀ ਚ ਬਸੰਤੀ ਮਨਾਈਏ ਚਲੋ ਗੁੱਡੇ ਦਾ ਕੋਈ ਗੁਰਦਾ ਹੀ ਕੱਢ ਕੇ ਲੈ ਮੈਂ ਕਿਹਾ ਵਾਲਦਾ ਅੱਗੋ ਜੀ ਕਿਹਾ ਕਰੋ ਤੈਨੂੰ ਤਮੀਜ਼ ਨੀ ਹੈਗੀ ਤੈਨੂੰ ਕਿਸੇ ਵੱਡੇ ਨਿੱਕੇ ਨੇ ਵੱਡੇ ਮੁੰਡੇ ਨਾਲ ਬੋਲਣ ਦੀ ਤਮੀਜ਼ ਨੀ ਸਿਖਾਈ ਸ਼ੁਕਰ ਕਰਨ ਲੱਗਾ ਮੇਰੇ ਤੋਂ ਪਹਿਲੇ ਜੰਮ ਪਈ ਜਿੱਥੇ ਤੈਨੂੰ ਦੱਸਦਾ ਮੈਂ ਕਿਵੇਂ ਬਦਤਮੀਜ਼ੀ ਨਾਲ ਬੋਲੀ ਦੇ
ਉਹ ਗੁੱਡਾ ਚੋੜਨਾ ਥੋੜਾ ਜਿਹਾ ਨੈਸ਼ਨਲ ਆਟਾ ਦਹੀ ਬਹੁਤ ਅੱਛੇ ਮਾਂ ਜਿਹੋ ਜੀ ਤੇਰੀ ਤਬੀਅਤ ਨਾ ਸਾਡੇ ਬੂਹੇ ਕੋ ਤੇ ਫਕੀਰ ਵੀ ਪਰਦਾ ਕਰਕੇ ਹੀ ਲੰਘਦਾ ਹੁਣ ਕਿਧਰੇ ਮਾਈ ਉਧਾਰ ਹੀ ਨਾ ਮੰਗ ਲੈ ਉਹ ਮੱਲੇ ਵਾਲੇ ਉਹ ਥੋੜਾ ਜਿਹਾ ਆਟਾ ਦਿਓ ਅੱਲਾ ਦੇ ਨਾਂ ਦਾ ਗੁੱਡਾ ਜੋੜਨਾ ਹੈ ਕਿੱਥੇ ਮਰ ਗਏ ਹੋ ਸਾਰੇ ਕਿਆ ਮੁਸੀਬਤ ਹੈ ਕਿਉਂ ਸ਼ੋਰ ਕਰ ਰਹੇ ਕਿਆ ਤੂਫਾਨ ਆ ਗਿਆ ਆਟਾ ਦੇਣਾ ਜੀ ਥੋੜਾ ਜਿਹਾ ਕਿਆ ਕਰੋਗੇ ਇਹ ਗੁੱਡਾ ਜੋੜਨਾ ਜੀ ਗੁੱਡੇ ਜੋ ਕਿਸੇ ਜੋੜ ਕੇ ਕਿਆ ਕਰੋਗੇ ਇਹਨੂੰ ਚੜਾਵਾਂਗੇ ਜੀ ਕਿਸੇ ਗੁੱਡੀ ਨਾਲ ਪੇਚਾ ਲਾਵਾਂਗੇ ਅਗਰ ਪੇਚਾ ਲੱਗਿਆ ਤਾਂ ਕਿਆ ਹੋਗਾ ਜ਼ੁਲਫੀ ਇਹ ਗੁੱਡਾ ਬੋ ਹੋ ਜਾਏਗਾ ਜਾਂ ਗੁੱਡੀ ਬੋ ਹੋ ਜਾਏਗੀ ਅਗਰ ਗੁੱਡੀ ਕੱਟ ਗਈ ਤਾਂ ਗੁੱਡੇ ਕੋ ਦੁੱਖ ਤਾਂ ਹੋਗਾ ਨਾ ਦੁੱਖ ਕਾਹਦਾ ਗੁੱਡਾ ਗੁੱਡੀ ਦੀ ਫੁੱਫੀ ਦਾ ਪੁੱਤਰ ਤੂੰ ਤੇ ਡੂੰਘੀਆਂ ਡੂੰਘੀਆਂ ਗੱਲਾਂ ਹੀ ਕਰਨ ਲੱਗ ਸ਼ਹਿਜ਼ਾਦੀਏ ਸਾਡਾ ਪੇਚਾ ਤੇ ਸਾਡੀ ਜ਼ਿੰਦਗੀ ਨਾਲ ਲੱਗਾ ਆਈ ਉਰੇ ਕਿਹੜੇ ਨੇ ਕੱਟੀ ਜਾਈ ਜ਼ੁਲਫੀ ਕੀ ਹੋ ਗਿਆ ਤੁਝੇ ਹਰ ਵਕਤ ਮਾਯੂਸੀ ਕੀ ਬਾਤੇ ਕਰਤੇ ਰਹਤੇ ਹੋ ਆਪਣੇ ਇਰਦ ਗਿਰਦ ਦੇਖੋ ਦੁਨੀਆ ਕਿੰਨੀ ਹਸੀਨ ਹੈ ਕਿੰਨੀ ਖੂਬਸੂਰਤ ਹੈ ਵੇਖਿਆ ਇਰਦ ਗਿਰਦ ਵੀ ਇੱਥੇ ਖੁਸਰਾ ਤੜਫਣ ਦੇ ਆ ਮਾਈ ਨੇ ਹੋਰ ਇਰਦ ਗਿਰਦ ਵਹਾ ਮਾਈ ਵੇ ਸਾਨੂੰ ਭੋਲਣਾ ਜਾਂ ਭੁੱਲਣਾ ਜਾਂ ਵੀ ਹੁੰਦਾ ਤੂੰ ਭੁੱਲ ਕਰ ਲੈ ਤੇਰੇ ਪੁੱਲ ਥੱਲੇ ਬੰਬ ਚੱਲ ਗਏ ਆ ਤੂੰ ਕਦੀ ਨਾ ਮੇਰੀ ਬਾਤ ਸਮਝਣਾ ਹਮੇਸ਼ਾ ਮੁਝੇ ਟਾਲਣਾ ਟਾਲ ਮਟੋਲ ਤੋਬਾ ਤੋਬਾ ਨਾ ਇਹੋ ਜੇ ਕੰਮ ਕਰਿਆ ਕਰ ਵੇ ਤੂੰ ਕੀ ਹਰ ਵੇਲੇ ਕੋਠੇ ਦੇ ਕੂੜੇ ਵਾਂਗੂ ਕੋਠੇ ਤੇ ਪਿਆ ਰਹਿਣਾ ਮੇਰਾ ਤਾਂ ਦਿਲ ਕਰਦਾ ਤੈਨੂੰ ਵੀ ਦਾਬੜੇ ਚ ਸੱਟ ਕੇ ਲੈ ਜਾਵਾਂ ਤੇ ਲੈ ਗਿਆ ਲੋਕੀ ਕਹਿਣਗੇ ਇਹਦੀ ਜੰਜ ਦਾਬੜੇ ਚ ਆਈ ਮੈਂ ਕਿਹਾ ਵਿਆਹ ਵਾਲੇ ਦਿਨ ਤੇ ਚੰਗੇ ਕੱਪੜੇ ਪਾਏਗੀ ਨਾ ਵੇ ਤੈਨੂੰ ਕੋਈ ਹਾਲ ਨਹੀਂ ਆਂਦੀ ਕਿਹੋ ਜਿਹੀਆਂ ਗੱਲਾਂ ਡੇ ਕਰਨ ਤੇਰੇ ਘਰ ਮਾਂ ਭੈਣ ਹੈ ਨਹੀਂ ਮਾਂ ਭੈਣ ਹੈ ਚੂੜੀ ਕੋਈ ਨਹੀਂ ਵੇ ਤੂੰ ਮੈਨੂੰ ਜਾਣਦਾ ਨਹੀਂ ਮੈਂ ਤਾਂ ਪੂਰੇ ਮੱਲਣ ਨੂੰ ਅੱਗੇ ਲਾ ਦਿਆਂ ਇਹੋ ਜੀ ਗੱਲ ਹੈ ਵੀ ਇਹ ਤੇ ਦੱਸੀ ਦੀ ਨਹੀਂ ਹੁੰਦੀ ਇਹ ਕੋਈ ਅੱਛੀ ਗੱਲ ਨਹੀਂ ਜਿਹਦੇ ਤੇ ਫਖਰ ਕਰਦੀ ਫੇਰ ਜਾ ਦਵੋ ਜਾ ਕੇ ਕੰਮ ਕਰ ਮਾਰ ਰਾਨ ਤੋਂ ਤੇਰੇ ਤੇ ਸਾਰਾ ਨਸ਼ਾ ਹੀ ਲਾ ਦਿੱਤਾ ਹੀ ਨਾ ਮੁਰਾਦੇ ਬਕਵਾਸ ਬੰਦ ਕਰ ਵੇ ਮੈਂ ਤੇ ਆਪ ਕੇ ਵਰਗੇ ਬੰਦੇ ਨੂੰ ਮੂੰਹ ਨਹੀਂ ਲਾਉਂਦੀ ਤੇ ਮੈਂ ਬੜਾ ਤਰਲੇ ਲੈਣ ਦੇ ਆ ਜ਼ਰਾ ਮੂੰਹ ਲਾਈ ਵੇ ਤੇਰੇ ਨਾਲ ਸੋਣਾ ਤੇ ਮੇਰੇ ਝਾੜੂ ਹੀ ਇਹਨੂੰ ਪੈਂਟ ਕੋਟ ਲੈ ਕੇ ਦਿਓ ਇਹੀ ਲਈ ਫਿਰਦੀ ਉਹਨੂੰ ਠੰਡ ਲਵਾਣੀ ਜੀ ਬਹੁਤੀਆਂ ਗੱਲਾਂ ਕੀਤੀਆਂ ਤੇ ਮੈਂ ਝਾੜੂ ਤੇ ਪਾ ਕੇ ਬਾਹਰ ਛੱਡ ਦੇਣਾ ਹੀ ਜਿਆ ਕੰਮ ਕਰ ਜਾ ਕੇ ਛਿੱਤਰ ਨਾ ਕਾਲੀ ਮੇਰੇ ਕੋਲ ਛਿੱਤਰ ਮਾਰ ਦੇਣਾ ਨਾ ਤੂੰ ਕੋਈ ਕਿਤੇ ਲਾਣਾ ਤੋਂ ਤੇਰੇ ਤੇ ਲੋ ਜੀ ਅੱਜ ਨਸ਼ਾ ਬੁਰਾ ਲੱਗਾ ਜੀ ਹੁਣ ਸਾਨੂੰ ਚੂੜੀਆਂ ਵੀ ਮਾਰਨ ਗਈਆਂ ਐਸ ਐਚ ਓ ਮਾਰੇ ਬਿਸਮਿਲਲਾ ਉਹਦਾ ਹੱਕ ਬਣ ਜਾ ਹੁਣ ਚੂੜੀਆਂ ਵੀ ਸਾਨੂੰ ਜੀ ਮਾਰਨ ਗਈਆਂ ਜਿਵੇਂ ਪੁਲਿਸ ਇਲੈਕਟ੍ਰੀਸ਼ੀਅਨ ਲੈ ਕੇ ਹੋਇਆ ਟੀਵੀ ਦਾ ਪਿਓ ਵੀ ਆਏਗਾ ਆਹੋ ਜੀ ਟੀਵੀ ਨਹੀਂ ਸੀ ਆਂਦਾ ਹੁਣ ਟੀਵੀ ਦਾ ਪਿਓ ਹੀ ਆਏਗਾ ਟੀਵੀ ਦਾ ਪਿਓ ਆਏਗਾ ਫਿਰ ਉਹ ਟੀਵੀ ਲਿਆਏਗਾ ਉਹ ਬੜਾ ਵੱਡਾ ਇੰਜੀਨੀਅਰ ਆ ਰਿਹਾ ਜੀ
ਬੜਾ ਹਸੀਨ ਤਰੀਨ ਹੀ ਸਾਇੰਸਦਾਨ ਹੈ। ਸਾਇੰਸਦਾਨ ਸਾਹਿਬ ਆ ਜਾਓ। ਆਵੇ 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 ਤੈਨੂੰ ਹੈ ਬੜੀ ਮੁਸ਼ਕਲ ਫਿਲਪ ਕੰਪਨੀ ਵਾਲਿਆ ਉਹਨਾਂ ਨੂੰ ਜਨਰਲ ਮੈਨੇਜਰ ਰੱਖ ਰਿਹਾ ਸੀ। ਫਿਲਿਪ ਵਾਲੇ ਹੁਣ ਲਾਲਟੈਨ ਨੇ ਵੀ ਬਣਾਉਣ ਕਰਨਗੇ। ਮੈਂ ਇੱਥੇ ਕੋਈ ਬਿਸਤੀ ਕਰਾਉਣ ਨਹੀਂ ਆਇਆ, ਸੌਰੀ ਸਾਹਿਬ। ਔਰ ਨਾ ਮੇਰੇ ਕੋਲ ਟਾਈਮ ਹੈ, ਨਾ ਮੈਂ ਮਾਮੂਲੀ ਆਦਮੀ ਆ। ਇਹਨਾਂ ਲੋਕਾਂ ਨੂੰ ਸਮਝਾ ਦੂ। ਆਹੋ ਜੀ, ਟਾਈਮ ਨਹੀਂ ਉਹਦੇ ਕੋਲ ਹੈਗਾ। 24 ਘੰਟੇ ਤੇ ਵਿਚਾਰਾ ਮੂੰਹ ਧੋਂਦਾ ਰਹਿੰਦਾ ਹੈ। ਇਹ 24 ਘੰਟੇ ਮੂੰਹ ਧੋਂਦਾ ਹੈ ਜੀ? ਤੋ ਕਮ ਬਹੁਤ ਕੈਸੇ ਤੋਂ ਮੂੰਹ ਸਫੈਦ ਕਰ ਲੈਂਦਾ। ਮੂੰਹ ਧੋ ਕੇ ਚਿੱਟਾ ਸਿਆ ਕਰ ਲਿਆ। ਕੀ ਗੱਲ ਹੈ ਤੁਹਾਨੂੰ? ਹਾਂ ਥੱਲੇ ਆ, ਤੈਨੂੰ ਮੈਂ ਦੱਸਾਂ। ਉਹਨੂੰ ਉੱਤੇ ਭੇਜ, ਮੈਂ ਤੈਨੂੰ ਦੱਸਾਂ। ਤੁਹਾਡੀ ਖਾਤਰ ਆਇਆ, ਤੁਸੀਂ ਕੋਈ ਨੇਕੀ ਦਾ ਕੰਮ ਕੀਤਾ, ਤੁਹਾਡੀ ਕਿਸਮਤ ਚੰਗੀ, ਮੈਂ ਤੁਹਾਡੇ ਘਰ ਆਇਆ। ਵਰਨਾ ਮੈਨੂੰ ਕੌਣ ਮਰਨ ਦਿੰਦਾ ਜੀ? ਛੱਟੇ ਛੁੱਟੇ ਲਾ ਦਿੰਦਾ। ਤੂੰ ਵੇਖੋ, 6 ਸਵਾਰੀਆਂ ਦਾ ਨਕਸ਼ਾ ਬਕਵਾਸ ਕਰਨ ਨੇ। 6 ਸਵਾਰੀਆਂ ਦਾ ਰਕਸ਼ਾ, ਉਹਨਾਂ ਹੋਰੇ 8 ਬਾਣੀਆਂ। ਲੱਖ ਲਾਣੇ ਤੇਰੀ ਹਮਾਇਤ ਤੇ। ਬਸ ਕੋਈ ਨਾ ਬੋਲੇ, ਬੜਾ ਮਸ਼ਹੂਰ ਆਦਮੀ। ਇਹ ਜਿਹੜੀ ਨਹਿਰ ਚ ਨਹਾਵੇ, ਬਾਅਦ ਚ ਉਹਦਾ ਨਾਂ ਗੰਦਾ ਨਾਰਾ ਪੈ ਗਿਆ। ਕੀ ਗੱਲ ਹੈ ਤੈਨੂੰ? ਅੰਗਰੇਜ਼ਾਂ ਦੀਆਂ ਖੱਚਰਾਂ ਨਹਾਉਣ ਵਾਲਿਆ, ਤੁਸੀਂ ਇਹਨਾਂ ਨੂੰ ਮੇਰਾ ਤਾਰਫ ਕਿਉਂ ਨਹੀਂ ਕਰਾਇਆ? ਸੌਰੀ ਪ੍ਰਿੰਸ, ਸੌਰੀ। ਤੇਰਾ ਕੀ ਬੇਬੇ ਦਾ ਵਿਆਹ ਹੋਣ ਡਿਆ? ਮੈਨੂੰ ਕਹਿ, ਤੂੰ ਹੱਸ, ਤੂੰ ਹੱਸ। ਤੁਹਾਨੂੰ ਪਤਾ ਨੀ, 5 ਮੈਡਲ ਲਏ ਨੇ ਮੈਂ। 5 ਮੈਡਲ? ਅੱਲਾਹ
5 ਮੈਡਲ ਲਿਆ ਨੇ ਉਸਨੇ ਭਲਾ ਕਾਹਦੇ ਤੇ ਕਾਹ ਨੇ ਇਹ ਦੰਦਾਂ ਨਾਲ ਕਟੜ ਦਾ ਟੱਕਣ ਚੱਕ ਲੈਂਦਾ ਮੈਂ ਦੱਸਦਿਆਂ ਤੁਹਾਨੂੰ ਪਤਾ ਨਹੀਂ ਸੌਰੀ ਤੁਹਾਨੂੰ ਪਤਾ ਨਹੀਂ ਮੈਂ ਕੌਣ ਆ ਤੁਸੀਂ ਹਰ ਬੰਦੇ ਕੋ ਸੁਣਿਆ ਹੋਣਾ ਕਿ 4 ਬੰਦੇ ਮੇਰੀ ਇੱਜ਼ਤ ਕਰਦੇ ਨੇ ਮੇਰੀ 5-6 ਕਰਦੇ ਜੀ ਹਾਂ ਪਬਲਿਸ਼ਰ ਦੇ ਕਿੰਨੇ ਕਰਦੇ ਤੋ ਕੌਣ ਪਲੋਈਏ ਕਰਦੇ ਥੋੜਾ ਦਫਾ ਕਰਾਂ ਜੀ ਓ ਛੱਡੋ ਮੈਂ ਮੇਰੀ ਰਿਹਾਇਸ਼ ਹੀ ਗੰਦੇ ਮਹੱਲੇ 'ਚ ਹੋ ਗਈ ਹੈ ਮੈਂ ਕੀ ਕਰਾਂ ਜੀ ਇਹ ਮਹੱਲਾ ਗੰਦਾ ਜੀ ਇਸ ਕੰਮ ਤੋਂ ਡਿਫੈਂਸ ਸ਼ੁਰੂ ਹੋ ਜਾਂਦਾ ਸੌਰੀ ਸਰ ਪਤਾ ਕਰਾ ਜਨਾਬ ਮੇਰੇ ਕੋਲ ਟਾਈਮ ਨਹੀਂ ਹੈ ਵੀ ਟਾਈਮ ਲਾ ਕਰੋ ਦੱਸੋ ਤੁਹਾਡੀ ਟੀਵੀ 'ਚ ਕੀ ਫਾਈਲ ਹੈ ਵੀ ਟੀਵੀ ਆਉਂਦਾ ਜੀ ਵੀ ਜਾਂਦਾ ਐਸਟੀ ਆਉਣਾ ਹੁੰਦਾ ਐਸਟੀ ਆਉਂਦਾ ਹਾਂਜੀ ਹੋਰ ਕੌਣ ਕੌਣ ਆਉਂਦਾ ਹੈਲੋ ਘਰ ਨਹੀਂ ਹੁੰਦਾ ਹਰੇ ਕੌਣ ਕੌਣ ਆਉਂਦਾ ਉਹਨੂੰ ਕੀ ਪਤਾ ਐਵੇਂ ਰੌਲੇ 'ਚ ਪਏ ਸ਼ੁਕਰਗਰ ਸਾਹ ਹੁੰਦੇ ਇਹ ਤੂੰ ਵੱਡੀ ਕਿਹੜੀ ਗੱਲ ਐ ਮੈਂ ਕਿਹਾ ਜ਼ੁਲਫੀ ਜੀ ਕੋਈ ਜਾਨਵਰ ਮਰ ਗਿਆ ਉੱਤੇ ਗਿੱਜਾ ਉੱਡਣ ਡਈਆਂ ਇਹ ਤੂੰ ਮੈਂ ਨਿਭੜ ਲੈਣਾ ਸਾਈਕਲਾਂ ਦੀਆਂ ਚੱਕੀਆਂ ਚੋਰੀ ਕਰਨ ਵਾਲਿਆ ਐ ਭਲਾ ਸੁਰਮਾ ਕਿਵੇਂ ਲਾਉਂਦਾ ਈ ਕੈਸੇ ਸਲਾਈ ਫੜ ਕੇ ਨਾ ਐਸ ਨਾ ਕਰਕੇ ਚੰਜ ਕਰ ਅਬ ਤੋ ਬਹੁਤ ਦੇਖ ਤਾਂ ਸਹੀ ਕਿਸ ਕਦਰ ਅੰਧੇਰਾ ਇਸ ਦੇ ਮੂੰਹ ਪਰ ਆਂਖੇ ਵੀ ਨਜ਼ਰ ਨਹੀਂ ਆ ਰਹੀ ਹੈ ਚਲ ਰਹਿਣ ਦੇ ਹਨੇਰਾ ਤੂੰ ਉਹਦੇ ਮੂੰਹ ਤੇ ਬਹਿ ਕੇ ਅਖਬਾਰ ਪੜ੍ਹਨੀ ਅਰੇ ਦੇਖ ਤਾਂ ਸਹੀ ਕਮ ਅਸ ਕਮ ਆਖੇ ਤਾਂ ਨਜ਼ਰ ਆਣੀ ਚਾਹੀਏ ਮੇਰੇ ਮੂੰਹ ਤੇ ਬਿਠਾ ਮੇਰੇ ਮੂੰਹ ਦਾ ਖਾਣਾ ਖਰਾਬ ਕਰਾ ਕੰਮ ਕਰ ਜਿਹੜੇ ਆਏ ਠੀਕ ਚੰਗਾ ਕੰਮ ਹਾਂਜੀ ਜਨਾਬ ਪੀਟੀ ਵੀ ਆਉਂਦਾ ਐਸਟੀ ਨਹੀਂ ਆਉਂਦਾ ਅੰਗਰੇਜ਼ੀ ਟੈਸ਼ਨ ਨਹੀਂ ਆਉਂਦਾ ਅੰਗਰੇਜ਼ੀ ਟੈਸ਼ਨ ਨਹੀਂ ਆਉਂਦਾ ਨਹੀਂ ਗੱਲ ਹੀ ਕੋਈ ਨਹੀਂ ਅੰਗਰੇਜ਼ੀ ਟੈਸ਼ਨ ਆਏਗਾ ਆ ਥੱਲੇ ਕੁੜੀ ਕੌਣ ਹੈ ਆ ਥੱਲੇ ਮੇਰੀ ਧੀ ਸੀ ਉਹ ਤੇਰੀ ਧੀ ਹੈ ਹਾਂ ਦੱਸੋ ਜਵਾਨ ਧੀ ਹੈ ਤੇ ਅੰਗਰੇਜ਼ੀ ਟੈਸ਼ਨ ਲੱਭਣ ਡੇ ਹੈ ਉਹ ਤੈਨੂੰ ਤਾਂ ਚਾਹੀਦਾ ਫਰਮਾਨੇ ਲਈ ਸੁਣ ਕੇ ਸੌਂ ਜੇ ਇਸ ਤਰ੍ਹਾਂ ਤੇ ਜਿਸ ਤਰ੍ਹਾਂ ਦੀ ਉਹਦੀ ਬੁੱਢੀ ਉਹ ਕੁਸ਼ਤੀਆਂ ਵੇਖ ਕੇ ਸੌਂਏ ਇਸ ਤੋਂ ਬਾਅਦ ਕਰ ਆ ਮੇਰੀ ਬਾਤ ਸੁਣ ਉਹ ਤਾਂ ਛੱਡਾਂ ਕੇ ਸੁਣਾ ਰਹਾ ਨਾ ਉਹ ਨਾ ਮੇਰੇ ਹੱਥ ਤੂੰ ਕਤਲ ਹੋ ਜਾਏ ਜਿਹਨੇ ਨੇ ਤੈਨੂੰ ਆਟੇ ਦਾ ਪੇੜਾ ਮਾਰਨਾ ਕਰ ਮੈਂ ਦੱਸਾਂ ਤੂੰ ਮਖਰ ਬੜਾ ਪਿਆ ਤਜਰਬਾ ਮੇਰਾ 30 ਸਾਲ ਦਾ ਕਾਹ ਕਾ ਮੈਂ ਕਾਹ ਕਾ ਤਜਰਬਾ ਇੱਕ ਧੁੱਪੇ ਰੰਗ ਚਿੱਟਾ ਨਹੀਂ ਕੀਤਾ ਮੈਂ ਇਹ ਚਿੱਟਾ ਤੇਰਾ ਰੰਗ ਚਿੱਟਾ ਤੁਹਾਡੇ ਮਹੱਲੇ 'ਚ ਸੂਰਜ ਬੁਕਲ ਮਾਰ ਕੇ ਨਿਕਲਦਾ ਖੁਰਾਕ ਵੀ ਤਾਂ ਦੇਖਣਾ ਕੀ ਖੁਰਾਕ ਇਸ ਦੀ ਇਹ ਚਾਹ ਦੇ ਨਾਲ ਡੇਢ ਪਾ ਸਵਾ ਖਾਂਦਾ ਓਏ ਅਮਨ ਕਰ ਮੈਂ ਤਾਂ ਦੱਸਿਆ ਮੈਂ ਚਪੇੜ ਨਹੀਂ ਮਾਰਾਂ ਲੋ ਜੀ ਅੰਗਰੇਜ਼ੀ ਟੇਸ਼ਨ ਸਾਡੇ ਖੱਬਿਆਂ ਦਾ ਕੰਮ ਹਾਂਜੀ ਸੱਜੇ ਬਣੀ ਹੁਣ ਨਾ ਬੋਲਣਾ ਖੱਬਿਆਂ ਦਾ ਕੰਮ ਹੈ ਸੱਜੇ ਨਾਲ ਉਹ ਗੱਟਰ ਖੋਲਦਾ ਅੱਛਾ ਲੋ ਜੀ ਜਨਾਬ ਜਾ ਕੇ ਦੇਖੋ ਤੁਹਾਡਾ ਸਟੇਸ਼ਨ ਆਇਆ ਪਿਆ ਅੱਲਾ ਦੀਆਂ ਕਰਮ ਨਵਾਜ਼ੀਆਂ ਨਹੀਂ ਜੀ ਬੰਦਾ ਹੀ ਸਮਝਦਾਰ ਹੁੰਦਾ ਉਹਨੇ ਨਾ ਕਰਾਂ ਮੇਰਾ ਦਿਲ ਕਰਦਾ ਮੈਂ ਨਾ ਹੱਥ ਚੁੰਮਲਾ ਤੂੰ ਮੇਰਾ ਹੌਸਲਾ ਵੇਖ ਮੇਰਾ ਦਿਲ ਕਰਦਾ ਮੈਂ ਮੂੰਹ ਚੁੰਮਲਾ ਓਏ ਹਬਸ਼ੀ ਦੀ ਕੱਛ ਦੇ ਮੂੰਹ ਵਾਲਿਆ ਨਹੀਂ ਆ ਰਿਹਾ ਸ਼ਾਂ ਸ਼ਾਂ ਹੁੰਦੇ ਹੀ ਹੂ ਸ਼ਾਂ ਸ਼ਾਂ ਹੁੰਦੀ ਸ਼ਾਂ ਸ਼ਾਂ ਹੁਣੇ ਬਾਂ ਬਾਂ ਹੋਏ ਇਹ ਵਿੱਚ ਬੋਲਦੇ ਨੇ ਕਿਸ ਤਰ੍ਹਾਂ ਵੇਸਟ ਬੋਲੋ ਲੋ ਨਾ ਬੋਲੋ ਅਰੇ ਤੇਰਾ ਟੀਵੀ ਕੇ ਲਈ ਨਾ ਹਮ ਆਪਣਾ ਕਲਾ ਦਬਾ ਲੇ ਮਰ ਜਾਏ ਹਮ ਉਹ ਤੈਨੂੰ ਕੀ ਸੁਆਵਾਂ ਦਾ ਚੱਕਰ ਏ ਅੱਛਾ ਇੱਕ ਦੂਜੇ ਨੂੰ ਗੌਰ ਨਾਲ ਨਾ ਵੇਖਣਾ ਕਿਉਂ ਫਤੇ ਦੋਵੇਂ ਹੀ ਬੇਹੋਸ਼ ਹੋ ਜਾ ਸਾਡੇ ਦੋਵਾਂ ਨੂੰ ਬੜੇ ਗੌਰ ਨੇ ਰਿਸ਼ਤੇ ਦੇ ਨੇ ਨਾ ਸਮਝ ਕੀ ਤਕਲੀਫ ਹੈ ਫੇਰ ਕੱਲ ਨੰਨ ਕਰਦੇ ਲੋ ਜਨਾਬ ਆ ਗਿਆ ਆ ਗਿਆ ਬਾਲੂ ਸ਼ਾਹੀ ਬਣ ਜਾ ਸਮਝਦਾਰ ਆਦਮੀ ਯਾਰ ਤੁਸੀਂ ਉਹਦਾ ਮਜ਼ਾਕ ਉਡਾਉਣ ਦੇ ਏਡਾ ਸਮਝਦਾਰ ਬੰਦ ਬੱਚਿਆ ਨਹੀਂ ਆ ਗਿਆ
ਗਾਲੀ ਕਾ ਆ ਰਹੀਆਂ ਨੇ ਨਹੀਂ ਆਇਆ ਸਟੇਸ਼ਨ ਓ ਮਾਈ ਗੋਡ ਮਾਈ ਐਕਸਪੀਰੀਅੰਸ ਯੂ ਅੰਡਰਸਟੈਂਡ ਨਾ ਬੈ ਪਿਆ 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 ਕੀ ਭੈਣ ਨੂੰ ਡਾਕੂ ਲੈ ਗਏ ਆਦੇ ਅਸਲੇ ਚੱਲਣ ਦਾ ਹੈ ਅਸਲਾ ਨਹੀਂ ਚਲਾਣ ਦੇ ਆ ਸਪੈਲਿੰਗ ਸੜ ਕੇ ਨਿਕਲਣ ਦੇ ਆਏਗਾ ਅੰਗਰੇਜ਼ੀ ਸਟੇਸ਼ਨ ਆਏਗਾ ਅਭੀ ਆਏਗਾ ਹਾਂ ਉਜ਼ਾਰ ਨਿਕਲੇ ਨਹੀਂ ਹੁਣ ਕੇ ਸਾਹਮਣੇ ਆਏਗਾ ਅੰਗਰੇਜ਼ੀ ਸਟੇਸ਼ਨ ਕਿਉਂ ਨਹੀਂ ਆਏਗਾ ਆਏਗਾ ਆਪਣੀ ਧੀ ਦੇ ਵਿਆਹ ਦੇ ਸ਼ਰਾਬ ਪੀ ਕੇ ਕਹਿਣ ਜਾਂਦੇ ਨੇ ਲੜਾ ਚੋਰ ਲੜਾ ਚੋਰ ਔਰ ਇਹਦੇ ਵਰਗੇ ਮੁੰਡੇ ਆਪਣੀ ਭੈਣ ਦੇ ਵਿਆਹ ਤੇ ਜਾਂਜੀਆਂ ਨੂੰ ਕਹਿਣ ਡੇ ਹੁੰਦੇ ਨੇ ਉਹ ਕੁੜੀ ਵਾਲੇ ਮੁਸਲਮਾਨ ਨਹੀਂ ਜੇ ਆਪਣੀ ਭੈਣ ਦੇ ਵਿਆਹ ਤੇ ਕਹਿਣ ਗਿਆ ਹੁੰਦੇ ਨੇ ਅੰਮੀ ਕੀ ਕਰੀਏ ਚੌਧਰੀ ਵੀ ਜੰਜ ਲੈ ਆਏ ਤੈਨੂੰ ਤੈਨੂੰ ਮੈਂ ਨਿਬੜ ਲੈਣਾ ਤੇਰੇ ਸਾਹਮਣੇ ਇੱਥੇ ਆਏਗਾ ਟੀਵੀ ਤੇਰੇ ਵਰਗੇ ਬੰਦੇ ਫਲਸਤੀਨ 'ਚ ਪੁਲਿਸ ਨੂੰ ਰੋਲੇ ਮਾਰ ਕੇ ਭੱਜ ਜਾਂਦੇ ਆ ਇੱਧਰ ਵਾਪਸ ਆ ਜਾ ਗਰਮੀਆਂ ਚਾਂਡੇ ਵਿੱਚ ਨਾਲਿਆ ਔਰ ਨਸ਼ਈਆ ਹੱਥ ਲੜਾਈ ਹੋ ਜਾਣੀ ਉਹ ਸਹੀ ਕਹਿੰਦੇ ਆ ਉਹ ਲੜਾਈ ਦਾ ਵੀ ਹੋਣੀ ਉਹ ਅਰੈਸ ਕਰੋ ਓ ਹੋ ਇਹ ਏਰੀਆ ਤੁਸੀਂ ਮਲਕਾ ਵਾਲ ਕੀਤਾ ਹੈ ਹਾਂਜੀ ਤੇ ਜਨਾਬ ਅੰਗਰੇਜ਼ੀ ਸਟੇਸ਼ਨ ਕਿਸ ਤਰ੍ਹਾਂ ਹੋਵੇ ਮਲਕਾ ਤੇ ਮਸਾਲੀਆਂ ਦਾ ਕੀ ਜੋੜ ਲੇਕਿਨ ਆਏਗਾ ਅੰਗਰੇਜ਼ੀ ਸਟੇਸ਼ਨ ਆਏਗਾ ਬਬਲੀ ਬਾਹਰਲਾ ਬੂਆ ਖੋਲਦੇ ਅੰਗਰੇਜ਼ੀ ਸਟੇਸ਼ਨ ਨੇ ਵੜਨਾ ਹੀ ਉਹ ਅੰਦਰ ਵੜੇ ਤੇ ਤੂੰ ਪਿਛਲੇ ਅੰਦਰ ਜਾ ਵੜੀ ਚੱਲ ਲੈ ਕੇ ਆ ਆ ਗਿਆ ਜੀ ਆ ਜੀ ਆ ਰਿਹਾ ਸਟੇਸ਼ਨ ਆ ਰਹਾ ਹੈ ਆ ਗਿਆ ਜੈਸੇ ਦੁਪੱਟਾ ਚੱਲ ਰਹਾ ਹੈ ਐਸੇ ਸਟੇਸ਼ਨ ਹਾਏ ਉਹ ਤੋਂ ਜਵਲ ਹਮਰਾ ਦੀ ਛੱਤ ਤੇ ਬੈਜੇ ਕੁਛ ਨੀ ਮਸੀ
ਮੇਰੇ ਸਭ ਬੈਠ ਲਈਏ ਜੋ ਕੁਝ ਹੋ ਰਿਹਾ ਇਧਰ ਆ ਜਾ ਵੱਡਿਓ ਵੇਖ ਲਿਆ ਜੇ ਤੇ ਫਿਰ ਸਾਡੀ ਗੱਲ ਸੁਣੋ ਉਹ ਤਾਂ ਸਾਡਾ ਇਸ ਕੋਠੇ ਤੇ ਰੂਹ ਸਾਡੀ ਉਸ ਕੋਠੇ ਤੇ ਹੈ ਦਰਮਿਆਨ ਮੇ ਮੇਰਾ ਘਰ ਵੀ ਫੜਦਾ ਹੈ ਆਏ ਸਾਡੀ ਮਾਂ ਦਾ ਕੋਠਾ ਹੈ ਓ ਭਾਈ ਓ ਭਾਈ ਮੇਰਾ ਘਰ ਹੈ ਓ ਸਾਡੀ ਮਾਂ ਦਾ ਘਰ ਹੈ ਐਸੇ ਵਾਲ ਔਰ ਮੇਰੀ ਨਿਸਾ ਸਾਡੀ ਭੈਣ ਹੈ ਜੇ ਭੈਣ ਦੇ ਸਿਰ ਤੇ ਪ੍ਰਾਣ ਨੂੰ ਸਲਾਮਤ ਵੇਖਣਾ ਚਾਹੁੰਦੇ ਹੋ ਤੇ ਇਸ ਫਰਾਈਡ ਨੂੰ ਉਸ ਕੋਠੇ ਤੇ ਉਤਾਰ ਦਿਓ ਅੱਬਾ ਮਾਰੇ ਇਧਰ ਆ ਅਭੀ ਮੌਸਮ ਠੀਕ ਨਹੀਂ ਹੈ ਇਹ ਫਲਾਈਟ ਵਾਪਰ ਨਹੀਂ ਉਤਰ ਸਕਦੀ ਔਰ ਮੇਰੀ ਬਾਤ ਸੁਣ ਤੂੰ ਜਿਆਦਾ ਛੱਤ ਪਰ ਨਾ ਆਇਆ ਕਰ ਅਗਰ ਕਿਸੇ ਨੇ ਤੇਰੇ ਕੋ ਦੇਖ ਲਿਆ ਤਾਂ ਮਾਮਲਾ ਚੌਪਟ ਹੋ ਜਾਏਗਾ ਤੁਸੀਂ ਵੀ ਜਿਆਦਾ ਛੱਤ ਨਾ ਆਇਆ ਕਰੋ ਕਿਉਂ ਇਹ ਮੱਲੇ ਵਾਲੇ ਪੁੱਛਦੇ ਨੇ ਇਹਨਾਂ ਨੇ ਗੀਜ਼ਰ ਨਵਾ ਲੋ ਹੈ ਹਾਂ ਗੱਲ ਨਾ ਕਰ ਇੰਤਜ਼ਾਰ ਕਰ ਇੰਤਜ਼ਾਰ 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 ਕਰੇਗੇ ਓ ਕਾਲੀ ਦੇਵੀ ਕਿਸ ਦਾ ਇੰਤਜ਼ਾਰ ਕਰ ਰਹੀ ਹੈ ਜਿਹਦੀਆਂ ਰਾਵਾਂ 'ਚ ਮੇਰੀਆਂ ਅੱਖਾਂ ਥੱਕ ਗਈਆਂ ਨੇ ਕੌਣ ਹੈ ਨਿਕਰਾਂ ਵਾਲਾ ਟੇਸ਼ਨ ਹਟ ਤੇਰੇ ਕੀ ਕਮ ਬਹੁਤ ਜਾਣਾ ਬੇਟਾ ਸ਼ਾਇਦ ਤੇਰਾ ਸਟੇਸ਼ਨ ਆ ਗਿਆ ਹੋ ਤੇਰਾ ਨਿਕਰਾਂ ਨਾਲ ਕੀ ਤਲਕ ਤੂੰ ਧੋਤੀ ਕੁੜਤੇ ਦੀ ਗੱਲ ਕਰਿਆ ਚੱਲ ਕਮ ਬਹੁਤ ਮੈਂ ਕਿਹਾ ਕਿਆ ਕੁੜੀ ਆਪਣੀ ਦਾ ਵਿਆਹ ਬੜੀ ਜਲਦੀ ਕੀਤਾ ਹੀ ਝੱਟ ਮੰਗਣੀ ਪੱਟ ਵਿਆਹ ਸ਼ੁਕਰ ਹੈ ਅਰੇ ਰਿਸ਼ਤਾ ਅੱਛਾ ਮਿਲ ਗਿਆ ਥਾ ਔਰ ਵੈਸੇ ਵੀ ਲੜਕੇ ਨੇ ਬਾਹਰ ਜਾਣਾ ਥਾ ਮੈਨੇ ਕਹਾ ਜਲਦੀ ਜਲਦੀ ਸ਼ਾਦੀ ਕਰ ਬੁਕਲਾਵਾ ਕਿਨੋ ਲੈਣ ਜਾ ਰਹੇ ਹੋ ਅਰੇ ਬੁਕਲਾਵਾ ਲੈਣੇ ਤੋਂ ਜਾ ਰਹੀ ਹਾਂ ਮੈਂ ਤੂੰ ਚਲੇਗੀ ਮੇਰੇ ਸਾਥ ਮੈਨੂੰ ਕਹਿਣਾ ਤੇ ਨਹੀਂ ਚਾਹੀਦਾ ਖਾਲਾ ਜੀ ਲੇਕਿਨ ਤੁਸੀਂ ਮਾਸੀ ਵਰਗ ਤੇ ਨਹੀਂ ਨਾ ਬੁਲਾਇਆ ਉਹ ਬੜੇ ਨਾਰਾਜ਼ ਜੀ ਤੁਹਾਡੇ ਕੋਲ ਹਾਏ ਕਸਮ ਸੇ ਬਬਲੀ ਮੈਂ ਬਿਲਕੁਲ ਭੁੱਲ ਗਈ ਸੀ ਪਰ ਮੇਰੇ ਜ਼ਿਹਨ ਸੇ ਨਿਕਲ ਗਿਆ ਤਾਂ ਅਬ ਤੂੰ ਬਤਾਨਾ ਕੀ ਕਰੂੰ ਮੈਂ ਮਾਫੀ ਮੰਗ ਲਿਆ ਉਹਦੇ ਕੋਲੋਂ ਕਿਵੇਂ ਮੰਗੂ ਜਿਵੇਂ ਕਰਜ਼ਾ ਮੰਗਣੀ ਹੈ ਤੇਰੇ ਸੇ ਮੈਨੇ ਕੀ ਮੰਗ ਲਿਆ ਬਈ ਪੂਰੇ ਮਹੱਲੇ ਦੀਆਂ ਕਮੇਟੀਆਂ ਖਾ ਖਾ ਕੇ ਮੋਟੀ ਹੋ ਗਈਆਂ ਅੱਲਾ ਮਾਰਾ ਕਮ ਬਹੁਤ ਦੇਖੋ ਤੁਸੀਂ ਮਾਫੀ ਮੰਗ ਲਓਗੇ ਉਹਨਾਂ ਦਾ ਗਿਲਾ ਮੁੱਕ ਜਾਏਗਾ ਤੁਹਾਡੇ ਨਾਲ ਅੱਛਾ ਹੈ ਨਾ ਪਿਓ ਗਿਲਾ ਮੁੱਕੇਗਾ ਤਾਂ ਕਰਨਾ ਦੋ ਤੂੰ ਚੱਲਿਆ ਚੱਲ ਚੱਲੇ ਨਹੀਂ ਚੱਲੇ ਆਪਣੇ ਤੇ ਨਹੀਂ ਲੱਗਦਾ ਜਾ ਕੇ ਤੈਨੂੰ ਵੀ ਇਹਦੀ ਕਿਆ ਕਮਰੇ ਚੋਂ ਬਾਹਰ ਨਹੀਂ ਨਿਕਲਣਾ ਕੀ ਕਰਾਂ ਕੱਲੇ ਜਾ ਕੇ ਮੈਂ ਤੇਰੇ ਨਾਲ ਚੱਲਣਾ ਬਹਿ ਕੇ ਮੇਰਾ ਆਦਮ ਕਰੇ ਲੋ ਤਾਂ ਬਹੁਤ ਕਹਿ ਕੇ ਆਦਮ ਕਰਵਾਤਾ ਹੈ ਚਲਾ ਗਿਆ ਤਮਾ ਹੋ ਗਿਆ ਬਾਨੋ ਅਰਿਆ ਮਾਨੋ ਕੀ ਗੱਲ ਹੈ ਮਾਦੀ ਏ ਜਰਾ ਇਧਰ ਆ ਹਾਂ ਮਾਦੀ ਪਾਸੁਨ ਆਸ਼ਵਾਸੇ ਸੁਲਫੀ ਛੱਟ ਪਰ ਨਜ਼ਰ ਨਹੀਂ ਆਇਆ ਉਹਦੀ ਮਾਂ ਕੋਲੋਂ ਪੈਸੇ ਲੈ ਕੇ ਕੋਈ ਕੰਮ ਨਾ ਬਣ ਗਿਆ ਹਾਏ ਦੇਖੋ ਨਾ ਅਗਰ ਉਸਕੇ ਕਾਂਧੇ ਪਰ ਜਵਾਨ ਬਹਿਨ ਕਾ ਬੋਝ ਨਾ ਹੋਤਾ ਤੋ ਉਸਕੋ ਯੂ ਨੌਕਰੀ ਕੀ ਤਲਾਸ਼ ਮੇ ਮਾਰਾ ਮਾਰਾ ਤੋ ਨਾ ਫਿਰਨਾ ਪੜਤਾ ਅਬ ਯੇ ਸਾਥ ਵਾਲੇ ਮੁਹੱਲੇ ਕੀ ਬਾਤ ਸੁਨ ਕਲ ਕੀ ਹੁਆ ਵਹਾਂ ਪਰ ਜਹੇਜ ਨਾ ਹੋਣੇ ਕੀ ਵਜ੍ਹਾ ਸੇ ਇੱਕ ਬਾਰਾਤ ਵਾਪਿਸ ਚਲੀ ਨਹੀਂ ਔਰ ਲੜਕੀ ਨੇ ਖੁਦਕੁਸ਼ੀ ਕਰ ਲਈ ਉਹ ਕਿਉਂ ਮਾਸੀ ਅਬ ਤੂੰ ਛੋੜ ਤੂੰ ਜਰਾ ਮੇਰੀ ਬਾਤ ਸੁਨ ਸੁਨ ਆਪਣਾ ਇਹ ਜੀਵਾ ਹੈ ਨਾ ਇਹ ਬਦਮਾਸ਼ ਹਾਂ ਕਮ ਬਹੁਤ ਅਲੀ ਨੂੰ ਜ਼ਬਾਨ ਦਾ ਬੁਰਾ ਹੈ ਮਗਰ ਦਿਲ ਦਾ ਬੁਰਾ ਨਹੀਂ ਹੈ ਔਰ ਤੁਸੇ ਤੋਂ ਵੈਸੇ ਵੀ ਬੜੀ ਮੁਹੱਬਤ ਕਰਦਾ ਹੈ ਹਾਂ ਕੱਲ ਤੋਂ ਮੇਰੇ ਪਾਸ ਆ ਕੇ ਰੋਣੇ ਲੱਗਿਆ ਕਹਿੰਦਾ ਅਗਰ ਪਾਨਾ ਮੇਰੀ ਬਾਤ ਮੰਨ ਲੈ ਤਾਂ ਮੈਂ ਉਸਕੀ ਅੰਮਾ ਕੋ ਹੱਜ ਕਰਵਾ ਦੂੰਗਾ ਔਰ ਉਸਕੇ ਭਾਈ ਕੋ ਹਸਪਤਾਲ ਦਾਖਲ ਕਰਵਾ ਕੇ ਇਸ ਨਸ਼ੇ ਕੀ ਲਾਨਤ ਸੇ ਛੁਟਕਾਰਾ ਦਿਵਾ ਦੂੰਗਾ ਕੀ ਤੂੰ ਨਹੀਂ ਚਾਹਤੀ ਕਿ ਤੇਰੀ ਅੰਮਾ ਹੱਜ ਕਰ ਲੈ ਤੇਰਾ ਭਾਈ ਨਸ਼ਾ ਛੋੜ ਦੇ ਤਾਂ ਕਿ ਤੇਰੇ ਘਰ ਕੇ ਹਾਲਾਤ ਵੀ ਅੱਛੇ ਹੋ ਜਾਏ ਨਹੀਂ ਮਾਸੀ ਦਿਲ ਨਹੀਂ ਮੰਨਦਾ ਮੈਂ ਨਿਗੋੜ ਮਾਰੀ ਆਗ ਲਗਾ ਆਪਣੇ ਦਿਲ ਕੋ ਆਪਣੇ ਘਰ ਕੇ ਹਾਲਾਤ ਦੇ ਬਸ ਤੂੰ ਇੱਕ ਦਫਾ ਛੀਨੇ ਸੇ ਮਿਲ ਲੈ ਮਾਸੀ ਅਰੇ ਮੈਂ ਸਹੀ ਕਹਿ ਰਹੀ ਹਾਂ ਛੀਨੇ ਸੇ ਹਾਏ 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 ਤੰਬਾਹ ਨਹੀਂ ਸੀ ਵਕਤ ਵੱਡੋ ਸਾਹ ਕਿਹੜੇ ਪਾਸੇ ਲਾਤਾ ਜੀ ਇਧਰ ਕੀ ਹੈ ਤੀਰ
ਵਾਲੀ ਨਹੀਂ ਹੈ। ਬੜੀ ਧੂਮਧਾਮ ਨਾਲ ਕੀਤਾ, ਸ਼ੁਕਰ ਹੈ। ਜਹੇਜ ਵੀ ਬੜਾ ਦਿੱਤਾ। ਹਾਂ, ਨਾ ਤੇਰਾ ਖਾਨ ਕੋਈ ਕੰਮ ਕਰਦਾ, ਨਾ ਤੂੰ ਚੱਕਰ ਕੀ ਹੈ। ਸ਼ੁਕਰ ਕਰ ਸਾਡੇ ਉਹ ਨਿੰਜਾ ਚੋ ਪੂਰੀ ਟਰਾਲੀ ਦਾ ਸਮਾਨ ਢੋਣ ਦੀ। ਦੇਖਾ, ਮੈਂ ਕੱਲ ਕਹਿ ਰਹੀ ਸੀ ਨਾ ਕਿ ਇਹ ਬੜਾ ਨਟਖਟ ਹੋ ਗਿਆ ਵਾ। ਹਾਂ, ਬੜੀ ਸ਼ਰਾਰਤ ਕਰਦਾ ਸਰੀਰ ਕਹੀਂ ਹੈ ਨਾ ਜ਼ੁਲਫੀ। ਹਾਂ ਜੀ ਬੇਟਾ ਜ਼ੁਲਫੀ। ਕਹਿ ਰਿਹਾ ਜੀ ਬੇਟਾ ਬੇਟਾ ਕਹਿਣ ਦੇ। ਅੱਲਾ ਮਾਰੇ, ਪਹਿਲੇ ਮੈਨੇ ਤੇਰੇ ਕੋ ਕਭੀ ਬੇਟਾ ਨਹੀਂ ਬੋਲਾ, ਹੁਣ ਮੈਂ ਚਾਚੇ ਦੇ ਸਾਹਮਣੇ ਕੀ ਗੱਲਾਂ ਬੋਲਾਂ। ਦੇਖ ਲੈ ਨਾ ਇਹ ਹੈ ਮੇਰਾ ਸ਼ਰੀਰ। ਹਾਂ ਹਾਂ ਬੇਟੇ, ਮੇਰੀ ਜਾਨ, ਮੇਰਾ ਬੇਟਾ ਜ਼ੁਲਫੀ ਬੇਟੇ। ਇਹ ਕਦੋਂ ਹੋਇਆ? ਹਾਏ ਹਾਏ, ਇਹ ਮੈਂ ਕਿੱਥੇ ਸਾਂ ਜਦੋਂ ਹੋਇਆ? ਇਹ ਕੀ ਹੋ ਗਿਆ ਤੇਰੇ ਕੋ? ਇਹ ਮੇਰੇ ਦੌਰੇ ਤੇ ਸਾਂ, ਮੇਰੇ ਮਗਰੋਂ ਹੋਇਆ। ਬਹੁਤ ਬਸ ਕੀ ਕਰੇ ਜ਼ੁਲਫੀ, ਇੱਕ ਕੰਮ ਕਰ। ਹਾਂ ਜੀ ਬੇਟਾ। ਜਰਾ ਆਪਣੀ ਅੰਮਾ ਕੋ ਆਵਾਜ਼ ਦੇ, ਉਨਕੋ ਬੋਲ ਕਿ ਰਕਸ਼ਾ ਆ ਗਿਆ ਵੇ। ਅੰਮਾ ਰਕਸ਼ਾ ਕੋਠੇ ਤੇ ਆ ਗਈ ਹੈ। ਅਰੇ ਕਭੀ ਰਕਸ਼ਾ ਛੱਤ ਪਰ ਆਇਆ ਹੈ? ਵੈਗਨ ਆ ਸਕਤੀ ਹੈ ਤੋ ਰਕਸ਼ਾ ਨਹੀਂ ਆ ਸਕਤਾ। ਤੂੰ ਤਾਂ ਚੁੱਪ ਕਰ, ਸੁਣ ਮੇਰੀ ਬਾਤ। ਉਨਕੋ ਬੋਲ ਕਿ ਬੁਰਕਾ ਲੈ ਕੇ ਆ ਜਾਏ, ਮੈਂ ਗਲੀ ਕੇ ਨੁੱਕੜ ਮੇ ਇੰਤਜ਼ਾਰ ਕਰ ਰਹੀ ਹਾਂ ਰਕਸ਼ਾ ਲੈ ਕੇ। ਅੰਮਾ ਗਲੀ ਦੀ ਨੁੱਕਰ ਤੇ ਇੰਤਜ਼ਾਰ ਕਰ, ਜਾ ਕੇ ਰਕਸ਼ਾ ਉੱਤੇ ਆ ਗਿਆ ਹੈ। ਬਸ ਦੱਸ ਜਾ ਸੁਣਿਆ ਦੇ ਓਏ,
ਰਕਸ਼ਾ ਕਲੀ ਦੀ ਨੁੱਕਰ ਤੇ ਆ ਗਿਆ, ਬੁਰਕਾ ਪਾ ਕੇ ਥੱਲੇ ਪਹੁੰਚ। ਅੰਮਾ ਰਕਸ਼ਾ ਬੁਰਕਾ ਪਾ ਕੇ ਆ ਗਿਆ, ਤੂੰ ਕਲੀ ਦੀ ਨੁੱਕਰ ਲੈ ਕੇ ਪਹੁੰਚ ਜਾ। ਆ ਸਿੱਧਾ ਸੁਣਿਆ ਦੇ ਓਏ, ਕਲੀ ਦੀ ਨੁੱਕਰ ਤੇ ਰਕਸ਼ਾ ਆ ਗਿਆ, ਬੁਰਕਾ ਪਾ ਕੇ ਥੱਲੇ ਪਹੁੰਚ। ਅੰਮਾ ਬੁਰਖਾ ਦੀ ਨੁੱਕਰ ਤੇ ਗਲੀ ਆ ਗਈ ਹੈ, ਰਕਸ਼ਾ ਪਾ ਕੇ ਥੱਲੇ ਪਹੁੰਚ। ਆ ਸਿੱਧਾ ਸੁਣਿਆ ਦੇ, ਗਲੀ ਦੀ ਨੁੱਕਰ ਤੇ ਬੁਰਕਾ ਆ ਗਿਆ, ਰਕਸ਼ਾ ਪਾ ਕੇ ਥੱਲੇ ਪਹੁੰਚ। ਨਾ ਮੁਰਾਦਾ ਨਸ਼ਾ ਸ਼ੁਰੂ ਕਰਦਾ ਹੀ। ਯਾਰ ਸਿੱਧਾ ਸੁਣਿਆ ਦੇ, ਯਾਰ ਰਕਸ਼ਾ ਆ ਗਿਆ ਯਾਰ। ਅੰਮਾ ਰਕਸ਼ਾ ਤੇ ਆਪੇ ਕਹਿਣ ਲਾ, ਯਾਰ ਤੇਰੀ ਵੀ ਭੈਣ ਲੱਗਦੀ। ਏ ਭੈਣ ਜੀ, ਕੀ ਹੈ ਭਰਾ ਜੀ, ਥੱਲੇ ਬੋਲੋ। ਹਾਂ ਜਦੋਂ ਤੇਰੇ ਦਿਮਾਗ ਨੂੰ ਚੜ੍ਹਦਾ ਨਾ ਪੁੜੀ, ਫੂਕ ਮਾਰੀ ਆ, ਉਦੋਂ ਤੂੰ ਇਸ ਤਰ੍ਹਾਂ ਕਰਨਾ, ਪੁੜੀ ਚੜ੍ਹੀ ਤੈਨੂੰ। ਕਿੱਥੇ ਯਾਰ ਪੁੜੀ, 3 ਦਿਨ ਹੋ ਗਏ ਨੇ, ਪੁੜੀ ਨੀ ਲੱਭੀ। ਇੱਕ ਪੁੜੀ ਜਾਂਦੀ ਸੀ, ਪਤਾ ਨੀ ਆ ਬਾਨੋ ਦਾ ਨਾਸ ਹੋਏ ਕਿ ਅੰਮਾ ਨੇ ਕਿਧਰੇ ਲੁਕਾ ਛੱਡੀ। ਇਹ ਹੁਣ ਫੀਕੂ ਨੀ ਚਰਸੀ, ਉਹਦੇ ਵੱਲ ਗਿਆ ਸੋ, ਉਹ ਨਿਆਜ਼ ਵੰਡਣ ਡਿਆ ਸੀ। ਮੈਂ ਉਹਦੀ ਡੱਬੀ ਚੋਂ 5-6 ਸਿਗਰਟ ਚੋਰੀ ਕਰਕੇ ਦੌੜਾ। ਸਾਦਾ ਪੀਂਦਾ ਹੀ ਨੀ, ਉਹ ਤਾਂ ਪੀਂਦਾ ਹੀ ਭਰੇ ਵੇ। ਅਰੇ ਯਾਰ ਸਾਦਾ ਨੇ ਕਿ ਭਰੇ ਨੇ, ਜਦੋਂ ਦਾ ਪਾਊਡਰ ਸ਼ੁਰੂ ਕੀਤਾ ਨਾ, ਚਰਸ ਮਹਿਸੂਸ ਹੀ ਨੀ ਹੁੰਦੀ। ਓਏ ਸਿਗਰਟ ਦਾ ਨਾਂ ਕੀ ਹੈ? ਸ਼ਫੀਕ। ਯਾਰ ਮੈਂ ਵੀ ਬੜੇ ਸਿਗਰਟ ਪੀਤੇ ਨੇ, ਮੈਂ ਤੈਨੂੰ ਪੀ ਕੇ ਦੱਸਣਾ ਵੀ ਹੈ। ਹੁਣ ਕਿੱਥੇ ਪੀਤੇ ਜਾਂਦੇ ਜੇ ਇਹ ਸਿਗਰਟ, ਮਹਿੰਗਾਈ ਇੰਨੀ ਹੋ ਗਈ ਜੇ। ਕੱਲ ਮੈਂ ਕਰੇਲੇ ਲੈਣ ਗਿਆ, 1/2 ਕਿਲੋ, ਆਂਦਾ 75 ਰੁਪਈਏ ਦੀ। ਮੈਂ ਯਾਰ 75 ਦੇ 1/2 ਕਿਲੋ, ਆਂਦਾ ਪੈਟਰੋਲ ਤੇ ਵੇਖੋ ਕਿੱਡਾ ਮਹਿੰਗਾ ਹੋ ਗਿਆ। ਮੈਂ ਤੇਰੇ ਕੋਲੋਂ 1-5 ਕਰੇਲੇ ਮੰਗ ਲਏ ਨੇ। ਪੈਟਰੋਲ ਵਾਲੇ ਕਰੇਲੇ ਹੁਣ ਚੱਲਦੇ ਨੀ, ਹੁਣ ਡੀਜ਼ਲ ਵਾਲੇ ਹੀ ਆਣੇ ਚਾਹੀਦੇ। ਯਾਰ ਜ਼ੁਲਫੀ, ਹਾਂਜੀ, ਇਹ ਕਰੇਲਾ ਲੀਟਰ ਚ ਕਿੰਨਾ ਕਰਦਾ? ਯਾਰ ਇਹ ਤੇ ਨੀ ਮੈਨੂੰ ਪਤਾ ਲੀਟਰ ਚ ਕਿੰਨਾ ਕਰਦਾ, ਵੈਸੇ ਸਿਆਣੇ ਆਉਂਦੇ ਨੇ, ਕੁਛ ਨਾ ਕੁਛ ਕਰਦਾ ਰਹਿੰਦਾ। ਹਜੇ ਆਈ ਨੀ ਰਹੀ ਆ ਤੁਹਾਡੇ ਘਰ? ਕੱਲ ਮੈਂ ਬਾਜ਼ਾਰ ਗਿਆ। ਕੀ ਲੈਣ ਗਿਆ ਬਾਜ਼ਾਰ? ਜਦ ਬਾਜ਼ਾਰ ਛੱਡ ਜੂ ਆਇਓ ਤੇ ਉੱਥੇ ਲੈਣ ਕੀ ਗਿਆ? ਮੁੰਡਾ ਆਇਆ ਮੈਨੂੰ ਕਹਿੰਦਾ 2 50-50 ਦੇ ਹੈ ਨੀ। ਅੱਛਾ, ਮੈਂ ਹਾਲੇ ਮੁੰਡੇ ਨੂੰ ਨਹੀਂ ਗਏ, ਕਿਸੇ ਨੇ ਨਹੀਂ ਹੁੰਦੇ, ਕਿਸੇ ਲਈ ਕੀ ਜਿਹਾਰੇ ਲਈ ਨਹੀਂ ਹੁੰਦੇ। ਉਹ ਪੂਰੇ ਬਾਜ਼ਾਰ ਨੇ ਮੇਰੀ ਛੇਕਾ ਪਾਤੀ, 2 50-50 ਦੇ ਹੈਗੇ ਨੀ, 2 50-50 ਦੇ ਹੈਗੇ ਨੀ। ਇਹ ਬਾਜ਼ਾਰ ਵਾਲੇ ਆ ਹੀ ਲਾਂਤੀ ਨੇ ਦਫਾ ਕਰਾ ਇਹਨਾਂ ਨੂੰ, ਤੂੰ ਮੈਨੂੰ ਦੱਸ 2 50-50 ਦੇ ਹੈਗੇ। ਕੀ ਜ਼ਿੰਦਗੀ ਹੈ ਯਾਰ ਸਾਡੀ ਕੁੱਤੇ ਵਾਲੀ। ਕੌਣ ਕਿਸੇ ਬਗਾਨੇ ਮੁੰਡੇ ਨੂੰ ਆਪਣੇ ਘਰ ਜਮਾਉਂਦਾ ਜੀ? ਲੋ ਜੀ, ਪੇਟ ਦਾ ਦੋਲਕ ਭਰਨ ਵਾਸਤੇ ਅਸੀਂ ਸਰਕਸ ਚ ਮੁਲਾਜ਼ਮ ਹੋ। ਅੱਛਾ, ਉੱਥੇ ਸਾਡੀ ਫਖਰੂਨਿਸਾ ਨਾਲ ਸ਼ਾਦੀ ਹੋ ਗਈ। ਅਸੀਂ ਸੁਹਾਗ ਰਾਤਾਂ ਦੇ 3 ਫਖਰੂਨਿਸਾ ਦਾ ਘੁੰਡ ਚੁੱਕਿਆ ਤੇ ਹੁੰਦੀ ਹੈ ਕੌਣ ਕਿਆ? 2 50-50 ਦੇ ਗਏ ਨੀ। ਹਾਏ ਹਾਏ।
ਖਾਲੀ ਦਿਲ ਨਹੀਂ ਚੰਨ ਵੀ ਮੰਗਦਾ, ਖਾਲੀ ਦਿਲ ਨਹੀਂ ਚੰਨ ਵੀ ਮੰਗਦਾ, ਖੁਸਰਾ ਮੱਲੇ ਵਿੱਚੋਂ ਬਚ ਕੇ ਨਹੀਂ ਲੰਘਦਾ। ਓ ਆਈ ਖੁਸਰਾ ਬਾਜੀ, ਇਹ ਨਹੀਂ ਕਹਿੰਦਾ ਖੁਸਰਾ ਬਾਜੀ, ਫਿਰ ਉਹਨਾਂ ਦੇ ਗੁਰੂ ਉਹਨਾਂ ਨੂੰ ਮਾਰ ਦੇਣ। ਨਾ ਮਾਰਿਆ ਗੁਰੂ ਨੇ, ਇਹਨੂੰ ਕਹਿੰਦਾ ਖੁਸਰੀ ਬਾਜਾ। ਕਿਧਰੇ ਤੇਰੀ ਨੀਅਤ ਖਰਾਬ ਨੀ ਹੋ ਗਈ? ਲੋਕੀ ਕਹਿੰਦੇ ਨੇ ਅੱਖਾਂ ਨੀ ਨਜ਼ਰ ਆਉਂਦੀਆਂ ਤੇ ਨੀਤਾਂ ਦੀ ਭਾਗ ਜੇ ਸਰਕਾਰ। ਆਜ ਮੁਝਕੋ ਕਿਆ ਹੁਆ ਲਾ 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 ਲਾ, ਆਜ ਮੁਝਕੋ ਕਿਆ ਹੁਆ ਲਾ 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 ਲਾ, ਅਜੀਬ ਸਾ ਜ਼ਰੂਰ ਹੈ ਬਦਨ ਚ ਮਜੂਰ ਹੈ। ਕਿਸੇ ਸ਼ਾਇਰ ਨੇ ਕਿਆ ਖੂਬ ਲਿਖਾ ਹੈ, ਅਗਰ ਮੈਂ ਹਾਂ ਛੋੜ ਦੂੰ ਕਿਸੇ ਬਿਆਤ ਛੋੜ ਦੂੰ, ਚਾਂਜਰ ਦੀ ਪਾਵਾ ਛਨਿਕਾ, ਜੇ ਮੈਂ ਹੁੰਦੀ ਮੈਂ ਚੜੀ ਚੁਬਾਰੇ ਇਸ਼ਕ ਦੇ ਦਿਲ ਲਗਾਇਆ। ਉਹ ਖੁਸਰੇ ਦਾ ਹੈਡ ਖਰਾਬ ਹੋ ਗਿਆ ਏ। ਝਾਂਜਰ ਦੀ ਚਨਕਾਰ ਪੂਰੀ ਕਰ ਰਹੇ ਉਹ ਪੁਰਾਣੇ ਭਾਂਡਿਆਂ ਤੋਂ ਮੁਜਰਾ ਕਰਨ ਵਾਲੇ ਆ। ਤੂੰ ਇਹਨੂੰ ਕਿਹਾ ਖੁਸਰੇ ਦੇ ਬਾਬਲਾ, ਨਾ ਮੁਰਾਦਾ ਟੋਪੀ ਬਦਲ ਲਿਆ, ਲੱਗਦਾ ਕੋਈ ਨਵੀਂ ਆਈਸਕ੍ਰੀਮ ਨਿਕਲੀ। ਝਾਂਜਰ ਦੀ ਪਾਵਾਂ ਚ ਨਿਕਾ ਲੱਪਿਆ ਦੀ ਹੈ, ਮੁਜਰਾ ਵੇਖ ਕੇ ਮੁਜਰਾ ਕਰਨ ਵਾਲੇ ਖੁਸਰੇ। ਚਾਂਜਰ ਦੀ ਪਾਵਾਂ ਛਨਕਾ, ਚਾਂਜਰ ਦੀ ਪਾਵਾਂ ਛਨਕਾ, ਤਿਪਾਲ ਤਿਪਾਲ ਦਾ ਨਦਾ ਚਾਹੇ, ਆਪ ਇੱਕ ਵਾਰ ਪੀ ਕੇ ਤੂੰ ਦੇਖ। ਓਏ ਚਾਹ ਦੀ ਮਸ਼ਹੂਰੀ ਕਰ, ਤੂੰ ਤੇ ਉਬਾਲੇ ਦੇਣ ਲੱਗ ਪਈ। ਓਏ ਨਾ ਮੁਰਾਦਾ ਪੁਰਾਣੇ ਲੋਹੇ ਤੋਂ ਨੱਚਣ ਵਾਲੇ ਆ, ਓ ਚਾਂਜਰ ਦੀ ਚਨਕਾਰ ਸੁਣਾ। ਚਾਂਜਰ ਦੀ ਪਾਵਾਂ ਛਨੇ ਜੋ ਮੇਰੇ ਬੇਲੀਆ ਪਠਾਣ ਤੇਰੇ ਕੋਲ। ਓ ਲਾਣੇ ਤੋਂ ਤੇਰੇ ਦਿਓ ਕਿਸੇ ਕੁੱਤੇ ਦੇ ਆ ਖੁਸਰੇ ਆ। ਤੂੰ ਵੀ ਬਕਵਾਸ ਬੰਦ ਕਰੋ, ਕਿਸੇ ਖੁਸਰੇ ਦੇ ਆ ਕੁੱਤੇ ਆ। ਓ ਚਨਕਾਰ ਸੁਣਾ ਦਿਓ ਤੇਰੀ ਮਿਹਰਬਾਨੀ। ਚਾਂਜਰ ਦੀ ਪਾਵਾਂ ਛਨੇ ਕਾ ਸਬਸ ਸਿਤਾਰਾ ਯਾਦ ਰੱਖੋ। ਲਾਂਤੀਆ ਤੇਰਾ ਸਬਜ਼ ਸਿਤਾਰੇ ਨਾਲ ਕੀ ਤਲਕ? ਓਏ ਚਨਕਾਰ ਸੁਣਾ, ਬਜ਼ੂਰੀ ਖੁਸਰੇ ਆ। ਚਾਂਜਰ ਦੀ ਪਾਵਾਂ ਛਨਿਕਾ ਟਿੰਟੋਨੀ, ਗਾਣੇ ਵਾਲਾ
ਖੁਸਰਾ ਤੇ ਵੇਖਿਆ ਸੀ, ਇਹ ਮਸ਼ਹੂਰੀਆਂ ਵਾਲਾ ਖੁਸਰਾ ਪਹਿਲੇ ਆਬਾਬ ਰੇਸ਼ਮਾ ਕੀ ਆਵਾਜ਼ ਨੇ ਮਹਿਦੀ ਹਸਨ ਕਾ ਗਾਣਾ ਸੁਣਾ, ਜਿਸਕੀ ਧੁਨ ਬਣਾਈ ਹੈ ਮੁਸਤਫਰ ਹੁਸੈਨ ਤਾਰਨ ਨੇ, ਔਰ ਤਬਲੇ ਪਰ ਸਾਥ ਦੇਂਗੇ ਗਵਰਨਰ ਗੁਲਾਮ ਜਲਾਨੀ। ਔਰ ਚਿਮਟਾ ਵਜਾਏਂਗੇ ਸ਼ੀਦਾ ਟੁੰਡਾ। ਔਰ ਫਿਲਮ ਕਾ ਨਾਮ ਹੈ ਮੁਹੱਬਤ ਔਰ ਪੁਲਿਸ ਮੁਕਾਬਲੇ। ਚਾਂਜਰ ਦੀ ਪਾਵਾਂ ਛੇ ਕਾ ਥੋੜਾ ਸਾ ਮੀਠਾ ਥੋੜਾ ਸਾ ਨਹੀਂ 50-50। ਇਹ ਦੱਸਣ ਵਾਲੀ ਕਿਹੜੀ ਗੱਲ ਹੈ, ਸਾਨੂੰ ਪਤਾ ਤੂੰ 50-50। ਵੇ ਮੈਂ ਅੰਬ ਚੂ ਪੜ ਲਈ ਗਈ, ਵੇ ਮੈਂ ਅੰਬ ਚੂ ਪੜ ਲਈ ਗਈ, ਨੀ ਤੂੰ ਅੰਬ ਚੂ ਪੜ ਲਈ ਗਈ ਜਾਨ ਕੇ ਭਰੀ ਗਈ। ਤੇਰੇ ਪਿਓ ਦਾ ਨੌਕਰ ਲੱਗਾ ਬੜਾ ਰੌਲਾ ਪਾਇਆ ਮਾਲੀ ਬਾਜ ਨਾ ਆਇਆ ਮੈਂ ਤੇ ਇਸੇ ਕਰਮ ਸਾ ਗਈ ਜਾਣ ਕੇ। ਇਸੇ ਕੰਮ ਗਈ ਸੀ ਤੇ ਹੁਣ ਤੜਫਣ ਕਿਉਂ ਡਈ? ਤੜਫਣ ਨਹੀਂ ਡਈ, ਉਹ ਸੋਚਣ ਡਈ ਹੈ ਫੇਰ ਕਦੋਂ ਅੰਬਾਂ ਦਾ ਸੀਜ਼ਨ ਆਵੇ। ਮੁਸਰਾ ਬਾਜੀ ਕੀ ਕੀਤਾ ਤਕਦੀਰੇ? ਮੁਸਰਾ ਬਾਜੀ ਮੁਦੱਸਰ ਮਕਬੂਲ ਸਾਹਿਬ ਨੇ ਹੋ ਕੇ ਵੀਡੀਓ ਵਾਲੇ ਉਹਨਾਂ ਦੇ ਘਰ ਕਾਕਾ ਹੋਇਆ ਉਧਰ ਜਾਣਾ ਹੀ। ਕੀ ਕੀਤਾ ਤਕਦੀਰੇ? ਲਾਈਆਂ ਪਿੰਡੀਆਂ ਤੇ ਜੰਮ ਪਏ ਖੀਰੇ। ਮੇਰਾ ਮਾਹੀ ਬੂਟੀ ਪੀਂਦਾ ਏ ਤੇ ਤਲਾਕ ਲੈ ਕੇ ਦੂਜਾ ਘਰ ਲੈ। ਛੇੜ ਕਰ ਰਿਹਾ ਨਸ਼ਈਆ ਛੇੜ ਕਰ ਰਿਹਾ। ਮੇਰਾ ਮਾਹੀ ਬੂਟੀ ਪੀਂਦਾ ਏ ਇਹ ਪਤਾ ਕਰ ਉਹਨੂੰ ਘੋਟ ਕੇ ਕੌਣ ਦੇਂਦਾ? ਤੇਰੀ ਮਾਂ ਦੇ ਹੱਥਾਂ ਨੂੰ ਹਰਿਆਵਲ ਲੱਗੀ ਹੁੰਦੀ। ਅੱਛਾ ਵੀ ਅੱਲਾ ਤੇਰੀ ਮਾਂ ਦੀ ਗੋਦ ਵੀ ਹਰੀ ਕਰੇ। ਤੇਰੀ ਮਾਂ ਦੀ ਗੋਦ ਪੀਲੀ ਸੀ ਉਹਦੇ ਘਰ ਪਾਪੜ ਹੋਏ। ਹੋਇਆ 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 ਭੰਗ ਵਾਲਾ ਪਾਪੜ ਹੋਇਆ। ਆ ਮੇਰੇ ਪਤੀ ਹੱਥਾਂ ਵੱਲ ਵੇਖੋ ਯਾਰ। ਓਏ ਤੂੰ ਹੱਥਾਂ ਜੋੜਿਆ ਕਰ, ਕਿਸੇ ਕੋਲੋਂ ਕਿਉਂ ਪੁੱਛਣਾ? ਪੈਸੇ ਕਿ ਲੈ ਆਪੇ ਪਤਾ ਲੱਗ।
ਹੁਕਮ ਕਰੋ ਜਨਾਬ। ਸਾਡਾ ਇਲਮ ਕਹਿੰਦਾ ਉਹ ਜਿਸਲੇ ਆਏ ਫਿਰ ਉਹ ਗਏ। ਜ਼ੁਲਫਨ ਜੀ ਕੰਧ ਨਾਲ ਕੁੱਤਾ ਬਣਿਆ? ਨਹੀਂ ਯਾਰ, ਨਜ਼ਰ ਕਮਜ਼ੋਰ ਹੈ ਤੂੰ। ਨਹੀਂ ਨਹੀਂ, ਕੰਧ ਨਾਲ ਕੁੱਤਾ ਨਹੀਂ ਬਣੀ ਆ, ਉਹ ਕੰਧ ਡਿੱਗਣ ਵਾਲੀ ਹੋਈ ਸੀ, ਮੈਂ ਨਾਲ ਕੁੱਤਾ ਲਾ ਛੱਡੀ। ਯਾਰ ਬੜੇ ਬੇਵਕੂਫ, ਸ਼ੇਰ ਔਰ ਕੁੱਤੇ ਫਰਕ ਹੀ ਨਹੀਂ ਸਮਝਦੇ। ਮੈਂ ਕਿਹਾ ਬੜੀ ਮੁਸ਼ਕਲ ਲਿਆਇਆ ਸ਼ਾਇਸਤਾਨ ਨੂੰ। ਮੈਂ ਕਿਹਾ ਗੱਲ ਸੁਣੋ, ਇਹਦੇ ਕੋਲੋਂ ਗਾਣੇ। ਹਾਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ। ਕਿਹੜੀ? ਤੁਸੀਂ ਇਹਦੇ ਕੋਲੋਂ ਸਾਰੇ ਮਹੀਨਿਆਂ ਚ ਗਾਣੇ ਸੁਣੇ ਨੇ, ਸਾਰੇ ਮਹੀਨੇ ਸੁਣੇ ਨੇ ਨਾ ਗਾਣੇ। ਹੁਣ ਤਰਾਨਾ ਸੁਣੋ, ਖੁਸਰਾ ਤਰਾਨਾ ਕਿਵੇਂ ਗਾਏਗਾ? ਇਹ ਪੁੱਤਰ ਹਟਾਉਂਦੇ ਨਹੀਂ ਵਿਕਦੇ। ਏ ਪੁੱਤਰ ਵੀ ਨਹੀਂ ਨਾਤੀਆਂ ਨੇ, ਏ ਪੁੱਤਰ ਵੀ ਨਹੀਂ ਨਾਤੀਆਂ ਨੇ, ਏ ਰਹਿ ਗਏ ਨੇ ਵਿੱਚ ਕਾਰ ਕੂੜੇ। ਅਸੀਂ ਮੌਤ ਕੋਲੋਂ ਵੀ ਨਹੀਂ ਡਰਦੇ, ਅਸੀਂ ਮੌਤ ਦੇ ਖੂਹ ਤੇ ਕੰਮ ਕਰਦੇ। ਅਸੀਂ ਉਦਾਰਾ ਲਕੀਰਾਨੀ ਦੇ ਮੁਜਾਹਿਦਾ। ਓਏ ਢੋਲਕਿਆ ਲਿਆ, ਹਾਂਜੀ, ਸਿਰ ਤੇ ਕੱਪੜਾ ਲਿਆ, ਅੱਖਾਂ 'ਚ ਚਮਕ ਪੈਣ ਲਈ। ਆ ਮੇਰੇ ਵੱਡੇ ਹੱਥਾਂ ਵਾਲੇ ਵੇਖੋ, ਮੇਰੀ ਗੱਲ ਸੁਣੋ, ਬੜੀ ਮੁਸ਼ਕਲ ਲਿਆਇਆ ਮੈਂ ਸਾਇੰਸਦਾਨ ਨੂੰ, ਕੁਛ ਨਾ ਕਹਿਣਾ ਉਹਨੂੰ। ਲਿਆ ਯਾਰ ਇਹਨੂੰ, ਆ ਜਾਓ ਸਾਇੰਸਦਾਨ ਸਾਹਿਬ। ਆਏ ਸਦਕੇ ਚੰਨ ਚੰਨ ਦੇ ਸਾਹਮਣੇ ਆ ਗਿਆ, ਚੰਨ ਚੰਨ ਦੇ ਸਾਹਮਣੇ ਆ ਗਿਆ, ਚੰਨ ਚੰਨ ਦੇ ਸਾਹਮਣੇ ਆ ਗਿਆ, ਮੈਂ ਦੋਵਾਂ ਤੇ ਲਾਨਤ ਪਾਉਂਦਾ। ਸ਼ੈਂਪੂ ਤੇ ਬੈਠਾ ਬਸ ਬਈ ਬਸ, ਜ਼ਿਆਦਾ ਬਾਤ ਨਹੀਂ ਚੀਫ ਸਾਹਿਬ, ਅੱਜ ਕੇ ਬਾਅਦ ਮੁਲਾਕਾਤ ਨਹੀਂ ਚੀਫ ਸਾਹਿਬ, ਬਸ ਬਈ ਬਸ। ਤੂੰ ਨਾ ਕਿਆ ਕਰ ਖੁਸਰਿਆ, ਬਸ ਬਈ ਬਸ। ਕਿਉਂ? ਭੁੱਖਾ ਮਰ ਨਹੀਂ? ਮੈਂ ਸਦਕੇ ਜਾਵਾਂ। ਸਦਕੇ ਨਾ ਜਾ, ਤੂੰ ਟਾਈਮ ਨਾ ਘਰ ਚਲਾ ਜਾ, ਖਬਰਦਾਰ। ਜਾ ਡਾਕਟਰ ਲਿਆ, ਗੁਜ਼ਰਾ ਢਿੱਲਾ ਹੋ ਗਈ, ਮੁਰਾਦਾ ਰੋਜ਼ੀ ਬੰਦ ਹੋ ਜਾਏਗੀ, ਉਹ ਵਿਚਾਰਾ ਨੱਚਣ ਜੋ ਹੈ ਨਹੀਂ, ਨਸ਼ਾ ਚੜ ਗਈ। ਇਹਦੀ ਜੋ ਹਾਲਤ ਨੇ, ਇਹਦੇ ਵਾਸਤੇ ਮੋਟਰਸਾਈਕਲ ਲੈ ਕੇ ਆਉਂਦਾ ਜੀ। ਵੇਖ ਵੇਖ ਕੌਣ ਕਾਲਾ ਇਲਮ।
ਅਮਨ ਕਰ ਰਿਹਾ ਮੈਂ ਤੁਹਾਨੂੰ ਦੱਸਾਂ ਨੀ ਸੋਰੀ ਸਰ ਸ਼ੁਰੂ ਹੋ ਗਿਆ ਬਸ ਸ਼ੁਰੂ ਹੋਵੋ ਗੱਲ ਮੈਂ ਸਦਕੇ ਹਰੀੜ ਦੇ ਮੁਰੱਬੇ ਨੇ ਸਿਗਰਟ ਲਾ ਲਈ ਪਿਆਰੇ ਅੱਬੂ ਟਾਈਮ ਕੀ ਹੋਇਆ ਕਿਉਂ ਮੈਂ ਬੱਚੇ ਸਕੂਲੋਂ ਲੈਣੇ ਸਨ ਮੈਂ ਛੱਡ ਆਇਆ ਮੈਂ ਆਪਣੇ ਬੱਚਿਆਂ ਦੀ ਗੱਲ ਵੀ ਕਰਨੀ ਆ ਹਾਂ ਤੇਰੇ ਮੇਰੇ ਕੋਈ ਦੋ ਨੇ ਮੈਂ ਤੇ ਉੱਡਣ ਲੱਗੀ ਹਾਂ ਮੈਂ ਆਪ ਸਲਸਲੇ ਦੇ ਮੂੰਹ ਚ ਆਇਆ ਉਹਦਾ ਮੂੰਹ ਵੇਖ ਵੇਖ ਲੱਗਦਾ ਕਿਸੇ ਨੇ ਧੋਤੀ ਨਚੋੜੀ ਕਿਉਂ ਸਾਬੀ ਹੋ ਰਹੇ ਸਰਕਾਰ ਨੀਤਾਂ ਦੀ ਪਾਗਣੀ ਕੋਈ ਪਾਣੀ ਫੋ ਤੇਰਾ ਕੋਠਾ ਚੱਲਣਾ ਵੀ ਹੌਲੀ ਚਲਾ ਕੇ ਟੋਏ ਨੇ ਡਾਕਟਰ ਦੀ ਦੁਕਾਨ ਦੂਰ ਜੇ ਮਹੱਲੇ ਦੀ ਕੋਈ ਸਿਆਣੀ ਜੀ ਮਾਈ ਸੱਦ ਲਓ ਜ਼ਰੂਰੀ ਨਹੀਂ ਮਾਈਆਂ ਹੀ ਸਿਆਣੀਆਂ ਹੋਣ ਕਈ ਬਾਬੇ ਵੀ ਸਿਆਣੇ ਯਾਰ ਮਨ ਕੀ ਹੋ ਗਿਆ ਖੈਰ ਕਰੇ ਯਾਰ ਮੇਰਾ ਖਿਆਲ ਹੈ ਜ਼ਮੀਨ ਡੋਲਣ ਡਈ ਕਿਤਨਾ ਅੱਛਾ ਮੌਸਮ ਹੈ ਸਮੁੰਦਰ ਦਾ ਦੱਸੋ ਸਮੁੰਦਰ ਕਰਾਚੀ ਦੇ ਕੰਢੇ ਤੇ ਸ਼੍ਰੀਲੰਕਾ ਵਾਲੇ ਬੈਠੇ ਓਏ ਲੱਤਾਂ ਉੱਚੀਆਂ ਕਰ ਲੈ ਮਗਰਮੱਛ ਫੇਰਨ ਦੇ ਯਾਰ ਨਿਕਲਣ ਲਿਆ ਓਏ ਨਿਕਲ ਹਾਂ ਨਿਕਲਾਂ ਮੈਂ ਥੱਲੇ ਵੇਖੀ ਗਲੀ ਚ ਆਹੋ ਯਾਰ ਮੈਂ ਥੱਲੇ ਵੇਖੀ ਮੈਨੂੰ ਲੱਗਦਾ ਹੀ ਨਿਕਲਾਂ ਕੀ ਹਾਲ ਹੈ ਨਸ਼ਈ ਨਹੀਂ ਜੀ ਕੀ ਹਾਲ ਹੈ ਠੀਕ ਹੈ ਜੀ
ਉਹ ਜਾਨ ਕਿਹਨੂੰ ਦੇਣੀ? ਅੱਲਾ ਨੂੰ। ਖਲ ਮਿਲਦੇ ਨੇ ਨਾ ਮੁਰਾਦਾ, ਆਪਣੀ ਗੱਲ ਸਾੜ ਬੈਠਾ ਹੁਣ ਮੇਰੇ ਕੋਲੋਂ ਮੰਗਣ ਨੀ। ਅੱਬਾ ਤੇਰਾ ਰੋਦਿਆਂ ਦਾ ਕਹਿ ਗਏ, ਅੰਮਾ ਸਿਰੀ ਪਾਵਿਆਂ ਦਾ ਕਹਿ ਗਈ, ਮੈਂ ਤਾਂ ਤੁਹਾਡੇ ਜੀ ਵੰਡਿਆ ਗਿਆ। ਮੈਂ ਸਸਤਾ ਨਸ਼ਈਆ, ਤੇਰਾ ਆਪਾਂ ਸਿਗਰਟ ਚ ਰੁਪਈਏ ਭਰ ਕੇ ਪੀਂਦਾ। ਇੱਥੇ ਸਿਗਰਟ ਦੇ ਸੂਟੇ ਲਾ ਗਈ ਲੋ ਜੀ, ਇਹ ਵੀ ਕੋਈ ਨਵੀਂ ਸਟੋਰੀ ਹੋਣੀ ਜੀ। ਅੱਧਾ ਕੁ ਘੰਟਾ ਉਡੀਕੋ, ਫਿਰ ਉਹਨਾਂ ਹਰਕਤਾਂ ਨੂੰ ਆਪੇ ਸਿੱਧੀਆਂ ਕਰ ਦੇ। ਲੋ ਜੀ, ਸਾਰੇ ਮਹੱਲੇ ਨੂੰ ਮੁਬਾਰਕ ਹੋਵੇ, ਖਾਲਾ ਹੋਰਾਂ ਦਾੜੀ ਰੱਖ ਲਈ। ਗੁਜ਼ਰਾ ਨੱਚਣ ਵਾਲਾ ਕਿ ਬੋਰੀਆਂ ਚੁੱਕਣ ਵਾਲਾ? I love you, I hate you. Who are you? I love you. Oh, what is your name? My name is Terminator 2. Let us go for a morning walk. My best Come friend. On. My best friend. Hello, okay. You? Double swari te pabandi. ਔਰ ਡਬਲ ਤੇ ਪਾਬੰਦੀ ਹੈ, ਖੁਸ਼ ਰਹੀ ਹੈ, ਡੇਢ ਸਵਾਰੀ। ਮੈਂ ਕਿਹਾ ਸੀ ਰੇੜੀ ਤੇ ਬੈਠੇ, ਜਾਨੂੰ ਤੁਹਾਨੂੰ ਕਿਵੇਂ ਪਤਾ ਲੱਗ ਗਈ? ਅੱਗੇ ਕੋਈ ਖੋਤਾ ਚ ਹੋ ਗਈ। ਜਬ ਜਹਾਜ਼ ਸੇ ਉਤਰੋ ਤੋ ਖਤ ਉਹਦਾ ਵੀ ਖਾਨਾ ਖਰਾਬ ਕਰ ਦਿੱਤਾ। ਦੱਸੋ ਯਾਰ, ਦੋ ਦੋ ਸੂਟੇ ਲਾ ਕੇ ਸਾਰਾ ਮਹੱਲਾ ਹੀ ਮਿਕਸ ਹੋਇਆ ਪਈ। ਤੇ ਤੇਰਾ ਬੇੜਾ ਗਰਕ ਹੋਏ, ਮੇਰਾ ਖਾਨਾ ਖਰਾਬ ਹੋਏ, ਇਹਨਾਂ ਨੂੰ ਕੀ ਪਿਆਤਾ ਹੀ? ਜਾ ਕੇ ਕਿਸੇ ਡਾਕਟਰ ਨੂੰ ਲੈ ਕੇ ਆ। ਉਹ ਜੱਟ ਡਾਕਟਰ ਨੂੰ ਇੱਥੇ ਪਾਣੀ ਦੀ ਬਾਲਟੀ ਭਰ ਕੇ ਇਹਨਾਂ ਦੇ ਉੱਤੇ ਰੋੜ ਹੋਣੇ, ਉਹ ਕਰਕੇ ਠੀਕ ਹੋ ਜਾਣੀ। ਜੇ ਮਹੱਲੇ 'ਚ ਕਿਸੇ ਨੂੰ ਕੁਝ ਹੋ ਗਿਆ ਨਾ ਤੇ ਪੁਲਿਸ ਨੇ ਤੈਨੂੰ ਫੜ ਕੇ ਲੈ ਜਾਣਾ। ਚੰਗਾ ਸਗੋਂ ਲੈ ਜੇ, ਪੁਲਿਸ ਜੇਲ੍ਹ 'ਚ ਜਾਵਾਂਗੇ। ਮੇਰੇ ਯਾਰ ਦੱਸਦੇ ਨੇ ਜੇਲ੍ਹ 'ਚ ਸੁਚਲ ਲੱਭਦੀ। ਉਹ ਖੁਦਾ ਦਾ ਵਾਸਤਾ ਹੀ, ਇਹਨੂੰ ਨਿਕਰ ਨਾ ਪੁਆਈ, ਇਹਨੇ ਨਿਕਰ ਪਾਲੀ ਤੇ ਇੰਜ ਲੱਗਣਾ ਅੰਗੀਠੀ ਚ ਲੱਕੜਾਂ ਦਿੱਤੀ। ਨਹੀਂ ਪਾਣੀ ਨਿਕਰ, ਮੈਂ ਠੰਡ ਨਹੀਂ ਲਵਾਣੀ। ਨਹੀਂ ਪਾਣੀ ਤੈਨੂੰ ਭਾਵੇਂ ਠੰਡ ਨਾ ਲੱਗੇ, ਨਿਕਰ ਨੂੰ ਤਾ ਲੱਗ ਜਾਣੀ। ਚਾਚਾ ਤੈਨੂੰ ਕੀ ਹੋਇਆ? ਨਿਕਰ ਪਾ ਕੇ ਬਖਾਰ ਕੀ ਲੈ ਰਿਹਾ ਤੂੰ ਛਾਤੇ? ਮੈਨੂੰ ਨੀ ਪਛਾਣਿਆ? ਮੈਂ ਯੂਸਫ ਯੋਹਾਨਾ ਵਾ। ਤੂੰ ਕੱਲਾ ਹੀ ਨੀ ਆਇਆ, ਨਾਲ ਇੰਜ਼ਮਾਮੁਲ ਹੱਕ ਵੀ ਆਇਆ।
ਆਏ ਹੋਏ ਸਿੰਗਲਾ ਸਿੰਗਲਾ ਕਰਾਂਗੇ। ਚੱਲ ਵੇ ਚੱਲ ਵੇ ਕਾਲੇ ਆ ਗਿਆ, ਤੈਨੂੰ ਅਕਲ ਨਹੀਂ ਆਉਂਦੀ ਪਈ? ਜਾ ਫਿਰ ਕਾਲੇ, ਤੇਰੇ ਪੱਲਿਓਂ ਕਾਲੇ ਮੈਂ, ਜਾ ਮੇਰੇ ਤੋਂ ਪਰਚਾ ਕਰਾ ਦੇ, ਮੈਂ ਕਾਲੇ ਜਾ। ਪਾਗਲਾ ਮੈਂ ਤੈਨੂੰ ਕਹਿੰਦੀ ਪਈ ਆਪਣਾ ਰੰਗ ਚਿੱਟਾ ਕਰ ਲੈ, ਹੁਣ ਮੈਂ ਮੂੰਹ ਤੇ ਰੇਖ ਮਾਰ ਮਾਰਾਂ। ਪਾਗਲਾ ਤੇਰਾ ਰੰਗ ਚਿੱਟਾ ਹੋ ਸਕਦਾ ਹੈ? ਇਹ ਨਹੀਂ ਹੋਣਾ ਚਿੱਟਾ। ਹੋ ਜਾਏਗਾ। ਕਿਸ ਤਰ੍ਹਾਂ? ਪਤਾ ਦੁੱਧ ਪੀਆ ਕਰ, ਸੁਣਿਆ ਦੁੱਧ ਪੀਆ ਕਰ ਰੰਗ ਚਿੱਟਾ ਹੋ ਜਾਂਦਾ ਹੈ? ਲੋ ਜੀ, ਦੁੱਧ ਪੀਣਾ ਰੰਗ ਚਿੱਟਾ ਹੁੰਦਾ? ਹਾਂ। ਤੇ ਫਿਰ ਕੱਟਾ ਕਿਉਂ ਕਾਲਾ ਹੁੰਦਾ? ਉਹ ਤਾਂ ਕਾਲਾ ਹੁੰਦਾ ਈ, ਉਹ ਮੁਫਤ ਪੀਂਦਾ ਈ। ਤੂੰ ਮੁੱਲ ਲੈ ਕੇ ਪੀ, ਆਪੇ ਚਿੱਟਾ ਹੋ ਜਾਂਦਾ, ਬਲਕਿ ਮੱਛੀ ਖਾ ਕੇ ਉੱਤੋਂ ਦੁੱਧ ਪੀ ਲੈ। ਤੂੰ ਭਾਵੇਂ ਚਿੱਟਾ ਨਾ ਹੋਵੇ, ਮੱਛੀ ਦਾ ਬੇੜਾ ਕਰੇ ਕੋਈ। ਮੈਂ ਕਿਹਾ ਕੋਈ ਟਾਈਮ ਕੱਢ ਕੇ ਬਾਗੇ ਚ ਨਾ ਆਓ। ਉਹਦੇ ਕੋਲੋਂ ਨਾ ਨਿਕਲੇ ਤੇ ਮੈਂ ਆ ਜਾ, ਉਹਨੂੰ ਤਾਂ ਮੈਂ ਗੋਲ ਗੱਪੇ ਖਵਾਉਣਾ, ਤੇਰੇ ਕੋਲ ਸਾਈਕਲ ਸਹੀ ਕਰਾਉਣਾ। ਚਲੋ ਮੈਂ ਬਹਿ ਕੇ ਗੱਪਿਆਂ ਨੂੰ ਗੋਲ ਕਰਦਾ ਰਹਾਂ। ਤੂੰ ਪਾਗਲ 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 ਬਣਦਾ ਕੀ ਕਾਲਾ ਕਾਲਾ ਕਾਲਾ? ਹਾਂ, ਤੇਰੀ ਭੈਣ ਹੈ ਉਹ ਕਾਲੀ ਜੀ? ਆਹੋ ਸ਼ਾਹ ਜੀ, ਗੱਡੀ ਤੇ ਬਹਿ ਕੇ ਜਾਵਾਂਗੇ ਜਿੱਥੇ ਪੈਟਰੋਲ ਮੁੱਕੇਗਾ, ਹਨੀਮੂਨ ਮਨਾ ਲਾਂਗੇ। ਪੈਟਰੋਲ ਨਾ ਮੁੱਕਿਆ ਤੇ ਹਨੀਮੂਨ ਤੇ ਵਿੱਚ ਹੀ ਰਹਿ ਗਿਆ। ਚਲੀਏ ਦੁਨੀਆ ਦੀ ਉਸ ਨੂੰ, ਤੂੰ ਉਸ ਨੂੰ ਮੈਂ ਉਸੇ ਦੱਸੋ। ਲੱਗਦਾ ਕਿਸੇ ਦੇ ਲੈ ਲਿਆ ਖੁੱਲ ਗਏ। ਤੇਰਾ ਸਤਿਆ ਨਾਸ ਹੋਵੇ, ਜਾ ਕੇ ਕਿਸੇ ਡਾਕਟਰ ਨੂੰ ਲੈ ਕੇ ਆ। ਉਹ ਰਹਿਣ ਦੇ, ਡਾਕਟਰ ਨੂੰ ਜਾ, ਅੰਦਰ ਜਾ ਕੇ ਬੋ। ਹਾਏ ਹਾਏ, ਹੁਣ ਕੀ ਕਰੀਏ? ਤੇ ਮਾਂ ਵੀ ਘਰ ਨਹੀਂ ਹੈ। ਤੇ ਮਾਂ ਹੁੰਦੀ ਤੇ ਉਹਨੇ ਕਿਹੜਾ ਦੁਨਾਲੀ ਕੱਢ ਲਿਆਣੀ ਸੀ। ਜਾ ਉਦਾਰਾ ਵਾਸਤੇ ਪਾਲਾ ਛੱਪੜੀ। ਉੱਤੋਂ ਨਿਕਰ ਐਸੇ ਰੰਗ ਦੀ ਪਾਈ, ਸੂ ਲੱਗਦਾ ਪੋਲਕਾ ਚੋ ਚੌਕਲੇਟ ਚੋਣ ਲਈ। ਪਾਲਾ ਯਾਰ, ਕੱਪੜੇ ਪਾਲਾ। ਮੈਂ ਹੁਣ ਕੱਪੜੇ ਨਹੀਂ ਪਾਣੇ, ਭਾਵੇਂ ਮੇਰੇ ਉਸਤਾਦ ਮੁਦੱਸਰ ਮਕਬੂਲ ਓਕੇ ਵੀਡੀ ਵਾਲੇ ਨੂੰ ਜਾ ਕੇ ਕਹਿ ਦੋ ਮੈਂ ਨਹੀਂ ਪਾਣੇ ਕੱਪੜੇ। ਪਾਲਾ ਮੈਂ ਨਹੀਂ ਬਦਾ ਪਾਵਾ। ਨਹੀਂ ਪਾਣੇ, ਮੈਂ ਨਹੀਂ ਪਾਣੇ ਹੁਣ। ਮਾਰ ਨਹੀਂ ਮੈਨੂੰ ਪਾਲਾ ਕੱਪੜੇ, ਮੈਂ ਨਹੀਂ ਪਾਣੇ। ਹੁਣ ਮੈਂ ਨਿੱਕਰ ਪਾ ਲਈ, ਹੁਣ ਮੈਂ ਮਾਡਲਿੰਗ ਕਰਾਂਗਾ। ਜੀ ਹਾਂ, ਅੰਦਰੂਨੀ ਚੋਟ ਕੇ ਲਈ ਆਇਓਡੈਕਸ। ਫੈਸਲਾਬਾਦ ਕਾ ਸਪਨਾ ਮਲੇਸ਼ੀਆ।
बच्चा रोता है तो माँ कहती है चुप करो बाबू आ जाएगा। समझदार माए अपने बच्चों के लिए ऐसे बहु इस्तेमाल करती है। और बेवकूफ माओ के बच्चे बहु खा जाता। पाला कपड़े नहीं पाले, मैं नहीं पाले। तुम एक छत पे आ गए पुनिया आया जी। खबरदार तुम भी अपना नजर आया थे। चल बैठा हेठा की हेठा ने आई दवाई। चल ले ऐसा मेरे मोड़े हाथ रखना। क्यों हाल है वेला लाला वास्ते की है बादशाह तो वेख टाइटैनिक। ਮੈਂ ਤੇ ਸੁਣਿਆ ਸੀ ਟਾਈਟੈਨਿਕ ਸਮੁੰਦਰ ਚ ਡੁੱਬਾ ਸੀ। ਇਹ ਹੀਰੋ ਤੋਂ ਤੇ ਲੱਗਦਾ ਟਾਈਟੈਨਿਕ ਨੂੰ ਅੱਗ ਲੱਗ ਗਈ ਸੀ। ਇਥੋਂ ਦਵਾ ਜਾਣੀ ਤੇ ਮੈਂ ਟਾਈ ਫੜ ਕੇ ਇੱਕ ਟੈਨਿਕ ਛੱਡਣੀ। ਲਾਂਤੀ ਏਡਾ ਛੱਪੜ ਚ ਦੌੜਨ ਵਾਲਾ ਟਾਈਟੈਨਿਕ ਕੀ ਹੋ ਰਿਹਾ ਇੱਥੇ ਸ਼ਹਿਜ਼ਾਦੇ? ਹੋਣਾ ਕੀ ਹੈ ਯਾਰ, ਤਿੰਨ ਦਿਨ ਹੋ ਗਏ ਕੁੜੀ ਨੀ ਲੱਭੀ। ਸ਼ਕਲ ਤੋਂ ਮੈਨੂੰ ਅੱਜ ਲੱਗਦਾ ਅੱਜ ਟੁੰਨ। ਉਹ ਮੈਂ ਕਿੱਥੇ ਟੁੰਨੀ ਯਾਰ, ਸਾਰਾ ਮਹੱਲਾ ਹੀ ਟੁੰਨ ਹੋਇਆ। ਅੱਛਾ ਜੀ, ਉਹ ਮੈਂ ਫੀਕੂ ਵੱਲ ਗਿਆ ਚਿਰ ਸੀ ਜਿਹੜਾ। ਅੱਛਾ, ਉਹਦੀ ਡੱਬੀ ਚ ਮੈਂ ਪੰਜ ਛੇ ਸਿਗਰਟ ਚੋਰੀ ਕਰਕੇ ਆਉਂਦੀ ਨੀ। ਉਹ ਸਾਰੇ ਮਹੱਲੇ ਨੇ ਸੂਟੇ ਲਾ ਲੈ ਨੀ, ਸਾਰੇ ਹੀ ਟੁੰਨ ਹੋ ਗਏ ਫਿਰਨਡੇ। ਅੱਛਾ ਜੀ, ਇਹ ਚਾਚਾ ਬੰਬੇ ਵਾਲਾ ਨੀ ਉਹ ਨਜ਼ੀਰ? ਆਹੋ, ਗੁਜ਼ਰੇ ਨੂੰ ਫਖਰੂਨ ਨਿਸਾ ਸਮਝਿੰਦੀ। ਤੇ ਚਾਚੀ ਨੇ ਉਹਨੂੰ ਛਿੱਤਰ ਨੀ ਫੇਰੇ? ਚਾਚੀ ਘਰ ਹੀ ਕੋਈ ਨੀ, ਉਹ ਮੇਰੀ ਵਾਲਦਾ ਮਾਜਦਾ ਨਾਲ ਗਈ ਆ ਮਹਿਰੋ ਦਾ ਮੁਕਲਾਵਾ ਲੈ। ਤੇਰੀ ਮਾਂ ਵੀ ਘਰ ਨਹੀਂ? ਨਹੀਂ ਯਾਰ, ਨਾ ਮਾਂ ਘਰ, ਨਾ ਜੇਬ ਚ ਪੈਸਾ। ਤਿੰਨ ਦਿਨ ਹੋ ਗਏ ਯਾਰ, ਕੁੜੀ ਨੀ ਲੱਭੀ। ਓ ਪੈਸੇ ਬੜੇ, ਮੇਰੀ ਜਾਨ ਫੜ ਧਾਕਾ ਹੀ ਗਈ। ਅੱਲਾ ਤੇਰੀ ਕੈਰ ਕਰੇ, ਅੱਲਾ ਤੇਰੀਆਂ ਜ਼ਿੰਦਗੀਆਂ ਕਰੇ ਸ਼ਹਿਜ਼ਾਦਿਆ। ਹਮੇਸ਼ਾ ਉੱਥੇ ਵੇਲੇ ਤੂੰ ਹੀ। ਕੀ ਹੋਇਆ ਯਾਰ ਇਧਰ? ਬਾਨੋ ਹੀ ਉਹਨੇ ਜਾਣ ਹੀ ਨਹੀਂ ਦੇਣਾ। ਉਹ ਤਾਂ ਸ਼ਮ ਸ਼ਮੋਲੇ, ਇਧਰੋਂ ਚਲਾ ਜਾ, ਤੇਰੇ ਕੋ ਕਾਹਦਾ ਫੜਦਾ। ਅੱਲਾ ਤੇਰੀ ਖੈਰ ਕਰੇ ਸ਼ਹਿਜ਼ਾਦਿਆ। ਵੇਖੀ ਤੂੰ ਮੇਰੀਆਂ ਦੁਆਵਾਂ ਨਾਲ ਹੀ ਤੈਨੂੰ ਭਾਗ ਲੱਗਣੇ ਨੇ। ਅੱਲਾ ਨੇ ਬੜਾ ਦੇਣੇ ਮੇਰੀਆਂ ਦੁਆਵਾਂ ਨਾਲ ਹੀ ਦੋ ਦਰਸੀ ਜਾਣੇ। ਪੂਰਾ ਮਹੱਲਾ ਨਸ਼ੇ ਚ। ਅੱਜ ਮਨ ਦੀ ਮੁਰਾਦ ਪੂਰੀ ਹੋ ਸਕਦੀ ਸਿਰਫ ਦੋ ਜੀ ਹੋਰ ਜੀ, ਇੱਕ ਮੈਂ ਤੇ ਦੂਜੀ ਬਾਨੋ। ਪਰ ਅਸੀਂ ਵੀ ਹੋਸ਼ ਚ ਕਿਉਂ ਰਹੀਏ ਬਾਨੋ? ਸ਼ੁਕਰ ਹੈ ਅੱਲਾ ਨੇ ਕਰੋੜਪਤੀ ਨਹੀਂ ਬਣਾਇਆ, ਨਹੀਂ ਤੇ ਮੈਂ ਤੇ ਸਾਰੀਆਂ ਰਕਮਾਂ ਹੀ ਜੀ ਰੋੜ ਪੈਣੀ। ਇੱਥੋਂ ਕੰਧ ਟੱਪੀ ਸੀ, ਮੇਰਾ ਖਿਆਲ ਹੈ ਝਟਕੇ ਨਾਲ ਡਿੱਗ ਪਈ। ਕਾਗਜ਼ ਦੀ ਪੱਟੀ ਇੱਕ ਉਹਦੀ ਅੱਖਾਂ ਤੇ ਬੰਦ ਦੀ। ਖਵਾਬ ਗਿਆ, ਤੈਨੂੰ ਕੁਛ ਨਜ਼ਰ ਨਹੀਂ ਆਉਣਾ। ਕੀ ਮਤਲਬ ਹੈ ਤੇਰਾ? ਮੇਰੇ ਹਜ਼ਾਰ ਦੇ ਨੋਟ ਨੇ ਸਾਰਾ ਕੰਮ ਹੀ ਸਵਾਰ ਦਿੱਤਾ। ਦੇਖੀ ਮੈਂ ਇੱਥੋਂ ਚਲਾ ਜਾ, ਨਹੀਂ ਤੇ ਮੈਂ ਰੋਲਾ ਪਾ ਕੇ ਸਾਰਾ ਮੱਲਾ ਇਕੱਠਾ ਕਰ ਲਾਂਗੀ। ਇਹ ਵੀ ਕੰਮ ਤੇਰੇ ਭਰਾ ਨੇ ਆਪ ਸਾਂਭ ਕਰਦਾ। ਪੂਰਾ ਮੱਲਾ ਨਸ਼ੇ 'ਚ, ਤੇਰੀ ਕਿਸੇ ਨੇ ਨਹੀਂ ਉਹ ਸੁਣਨੀ। ਹੋਸ਼ ਕਰ ਜੀ ਮੈਂ। ਤੇਰੇ ਵਰਗਾ ਹੁਸਨ ਸਾਹਮਣੇ ਹੋਵੇ ਤੇ ਹੋਸ਼ ਕਿੱਥੋਂ? ਮੈਂ ਤੇਰੀ ਹਮਸਾਈ ਆ, ਤੇਰੀ ਭੈਣ ਆ। ਨਾ, ਤੂੰ ਖਾਇਸ਼ ਹੈ ਮੇਰੀ, ਹਸਰਤ ਹੈ ਤੂੰ ਮੇਰੀ, ਇੱਕ ਨਜ਼ਰ ਪਿਆਰ ਦੀ ਕਰ ਦੇ। ਬਰਾਬਰ, ਚਲਾ ਜਾ ਇੱਥੋਂ। ਜੇ ਮੇਰਾ ਭਰਾ ਆ ਗਿਆ ਨਾ, ਉਹਨੇ ਤੇਰੇ ਨਾਲ ਮੈਨੂੰ ਵੀ ਕਤਲ ਕਰ ਦੇਣਾ। ਇੱਕ ਨਸ਼ੇ 'ਚ ਐਡੀ ਜੁਰਅਤ ਤੇ ਤਾਕਤ ਹੋ ਹੀ ਨਹੀਂ ਸਕਦੀ ਕਿ ਇੱਜ਼ਤ ਤੇ ਗੈਰਤ ਤੋਂ ਕਿਸੇ ਨੂੰ ਕਤਲ ਕਰਦਾ ਫਿਰੇ। ਉਹ ਤੇ ਆਪਣੇ ਰੋਣੇ ਰੋਣੇ, ਤਿੰਨ ਦਿਨ ਆ ਗਏ ਨੇ ਪੁੜੀ ਨਹੀਂ ਲੱਭਦੀ, ਤਿੰਨ ਦਿਨ ਆ ਗਏ ਨੇ ਪੁੜੀ ਨਹੀਂ ਲੱਭਦੀ। ਤਿੰਨ ਦਿਨ ਆ ਗਏ ਨੇ ਪੁੜੀ ਨਹੀਂ।
ਨਸ਼ਾ ਉਹ ਜਿਹੜਾ ਅੰਦਰ ਜਗਾਵੇ, ਹੁਸਨੋ ਜਿਹਨੂੰ ਵੇਖਿਆ ਮੈਲ ਲਾਵੇ, ਕਿਤਾਬ ਉਹ ਜਿਹੜੀ ਬਿਨਾ ਹਰਫਾਂ ਸਬਕ ਪੜ੍ਹਾਵੇ, ਤੇ ਮੁਰਸ਼ਦ ਉਹ ਜਿਹੜਾ ਇੱਕੋ ਰਾਹ ਵਹਾਵੇ। ਇਸ਼ਕ ਉਹ ਜਿਹੜਾ ਰੱਬ ਦੇ ਨੇੜੇ ਲੈ ਜਾਵੇ, ਦੌਲਤ ਉਹ ਜਿਹੜੀ ਹਿਰਸ ਨੂੰ ਮਿਟਾਵੇ, ਔਰਤ ਉਹ ਜਿਹੜੀ ਰੱਜ ਕੇ ਵਫਾ ਕਮਾਵੇ, ਤੇ ਮਰਦ ਉਹ ਜਿਹੜਾ ਆਪਣਾ ਕੌਲ ਨਿਭਾਵੇ। ਅੱਜ ਤੋਂ ਬਾਅਦ ਨਸ਼ਾ ਨਹੀਂ ਕਰਾਂਗੇ।